ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ ਸ਼ੁੱਕਰਵਾਰ ਦਾ ਦਿਨ ਹੈ ਸਰੋਤਿਓ, ਤਰੀਕ ਹੈਗੀ ਆ ਜੀ 7 ਅਪ੍ਰੈਲ, ਅਤੇ ਆਪਣੇ ਨਾਲ ਇਸ ਟਾਈਮ ਖਬਰ ਅਤੇ ਨਜ਼ਰ, ਸਵੇਰ ਦੇ ਖਬਰ ਅਤੇ ਨਜ਼ਰ ਪ੍ਰੋਗਰਾਮ 'ਤੇ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9898 ਦੇ ਉੱਤੇ, 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਹੁਣੇ ਹੁਣੇ ਥੋੜ੍ਹਾ ਚਿਰ ਪਹਿਲਾਂ ਹੀ ਜਿਹੜੀ ਇੱਕ ਖਬਰ ਆ ਰਹੀ ਹੈ ਵੀ ਸਵੀਡਨ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਵੱਲੋਂ ਭੀੜ ਦੇ ਉੱਤੇ ਟਰੱਕ ਚੜਾਇਆ ਗਿਆ ਆ, 3 ਤੋਂ 5 ਜਣਿਆਂ ਦੀ ਮੌਤਾਂ ਦੀਆਂ ਖਬਰਾਂ ਆ, ਤੇ ਇਸ ਨੂੰ ਇੱਕ ਅੱਤਵਾਦੀ ਹਮਲਾ ਗਿਰਦਾਨਿਆ ਜਾ ਰਿਹਾ ਜੀ। ਇਹ ਸਵੀਡਨ ਦੇ ਸਟਾਕਹੋਮ ਦੇ ਵਿੱਚ ਹੋਇਆ ਹਮਲਾ, ਟਰੱਕ ਹਮਲਾ ਜਿਹੜਾ ਹੋਇਆ, ਔਰ ਇਹ ਸਟਾਕਹੋਮ ਦੇ ਹਮਲੇ ਦੇ ਵਿੱਚ 4-5 ਉਹ ਬੰਦੇ ਲਾਸ਼ਾਂ ਦੇ ਵਿੱਚ ਤਬਦੀਲ ਹੋ ਗਏ ਜਿਹੜੇ ਆਪਣੇ ਹੋਮ ਚੋਂ ਇਹ ਹੋਪ ਲੈ ਕੇ ਨਿਕਲੇ ਹੋਣੇ ਕਿ ਸ਼ਾਮ ਨੂੰ ਫਿਰ ਅਸੀਂ ਆਪਣੇ ਹੋਮ ਚ ਵਾਪਸ ਆ ਜਾਵਾਂਗੇ। ਬਦਕਿਸਮਤੀ ਦੇ ਨਾਲ ਇਸ ਹਮਲੇ ਦਾ ਸ਼ਿਕਾਰ ਹੋਇਆ। ਹਾਲੇ ਖਬਰਾਂ ਜਿਹੜੀਆਂ ਉਹ ਅੱਡੋ ਪਾਟੀ ਵਾਲੀਆਂ, ਕੋਈ 3 ਮੌਤਾਂ ਦੱਸਦਾ, ਕੋਈ 5, ਕੋਈ 5 ਤੋਂ ਵਧੇਰੇ ਦੱਸਦਾ। ਸੋ ਇਹ ਮੁੱਢਲੀਆਂ ਰਿਪੋਰਟਾਂ ਨੇ, ਮੌਤਾਂ ਦੀ ਗਿਣਤੀ ਹੈ ਜਿਹੜੀ ਘੱਟ ਵੱਧ ਸਕਦੀ ਹੈ। ਉਂਝ ਇਹ ਗੱਲ ਜਿਹੜੀ ਸਪਸ਼ਟ ਆ ਕਿ ਇਹ ਹਮਲਾ ਟਰੱਕ ਨਾਲ ਹੀ ਕੀਤਾ ਗਿਆ, ਔਰ ਇਹ ਪਿਛਲੇ ਹਮਲਿਆਂ ਵਾਂਗੂ ਕੀਤਾ ਗਿਆ। ਇਹ ਫਿਰਕ ਜੀ ਚੱਲ ਪਈ ਆ। ਅਸੀਂ ਜੇ ਦੇਖੀਏ ਪਿਛਲੇ ਸਾਲ ਜੁਲਾਈ 2016 ਦੇ ਵਿੱਚ ਫਰਾਂਸ 'ਚ ਇਸ ਤਰ੍ਹਾਂ ਦਾ ਹੀ ਹਮਲਾ ਹੋਇਆ ਸੀਗਾ। ਉਸ ਤੋਂ ਬਾਅਦ ਦਸੰਬਰ ਦੇ ਵਿੱਚ ਮੇਰੇ ਖਿਆਲ ਨਾਲ ਬਰਲਿਨ ਦੇ ਵਿੱਚ ਇਸ ਤਰ੍ਹਾਂ ਦਾ ਹਮਲਾ ਹੋਇਆ। ਹਾਂਜੀ, ਬਰਲਿਨ ਦੇ ਵਿੱਚ ਹਮਲਾ ਹੋ ਗਿਆ। ਸੋ ਇਹ ਇੱਕ ਨਵਾਂ ਮਾਡਲ ਆਇਆ ਜੋ ਦੇਖਦੇ ਹਾਂ ਅਸੀਂ ਅੱਤਵਾਦ ਦਾ, ਔਰ ਇਸ ਹਮਲੇ ਬਾਰੇ ਵੀ ਇਹੀ ਕਿਆਸ ਲਾਇਆ ਜਾ ਰਿਹਾ ਕਿ ਇਹ ਹਮਲਾ ਉਸੇ ਤਰੀਕੇ ਦਾ ਹੋ ਸਕਦਾ, ਉਸੇ ਮਾਡਲ ਦਾ ਹਮਲਾ ਹੋ ਸਕਦਾ। ਚਲੋ ਜੋ ਮਰਜ਼ੀ ਆ, ਜਿਸ ਤਰੀਕੇ ਦਾ ਮਰਜ਼ੀ ਆ, ਜਨੂਨ ਇਹਦੇ ਪਿੱਛੇ ਕੋਈ ਵੀ ਹੋਵੇ, ਕਾਰਨ ਕੋਈ ਵੀ ਹੋਵੇ, ਪਰ ਜੋ ਮਰ ਗਏ ਆ ਉਹ ਤੇ ਨਿਆਂ ਮੌਤੇ ਮਰ ਗਏ ਆ। ਦੂਜੀ ਗੱਲ ਇਹ ਆ ਕਿ ਇਸ ਸਮੇਂ ਵਿਸ਼ਵ ਦੇ ਵਿੱਚ ਮਾਹੌਲ ਵੀ ਥੋੜਾ ਜਿਹਾ ਕੁੜੱਤਣ ਵਾਲਾ, ਮਾਹੌਲ ਵੀ ਤਲਖੀ ਵਾਲਾ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਤਲਖੀ ਕੁੜੱਤਣ ਹੋਰ ਵਧਾ ਰਹੀਆਂ। ਸੋ ਸੌਖੀ ਸੁੱਖ ਸਕਦੇ ਆ, ਉਂਝ ਤੁਰਕੂ ਲੱਗਾ। ਦੁਨੀਆਂ ਦੇ ਕਿਸੇ ਵੀ ਕੋਨੇ 'ਚ ਕੋਈ ਬੈਠਾ ਇਨਸਾਨ ਜਿਹੜਾ ਉਹ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਪਾਇਆ, ਕਿਉਂਕਿ ਹਰ ਪਾਸੇ ਫਿਜ਼ਾ ਦੇ ਵਿੱਚ ਖੌਫ ਘੁਲਿਆ ਹੋਇਆ। ਜੀ 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 ਬਿਲਕੁਲ ਮਿੰਟੂ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਯੂਪੀ ਦੇ ਵੱਲ ਜੇ ਨਜ਼ਰ ਮਾਰੀਏ ਵੀ ਜੋਗੀ ਰਾਜ ਦੇ ਵਿੱਚ ਫੈਸਲੇ ਝੁੱਲ ਰਹੇ ਕਹਿੰਦੇ ਜੀ ਹਨੇਰੀ ਬਣ ਕੇ, ਅਤੇ ਯੋਗਾ ਜਿਹੜਾ ਆ ਉਹਨੂੰ ਸਕੂਲਾਂ 'ਚ ਲਾਜ਼ਮੀ ਕੀਤਾ ਆ, ਅਤੇ 3 ਤਲਾਕ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ 'ਚ ਜਾਣ ਦਾ ਐਲਾਨ ਹੋਇਆ ਆ। ਯੋਗੀ ਤਾਂ ਨਵੇਂ ਯੁੱਗ ਦੇ ਨਿਰਮਾਣ 'ਚ ਰੁੱਝ ਗਿਆ ਲੱਗਦਾ ਜੀ। ਪਤਾ ਨਹੀਂ ਇਹ ਯੁੱਗ ਹੁਣ ਕਿਹਦਾ ਕਿਹਦਾ ਰੁੱਗ ਭਰੇਗਾ, ਉਹ ਤਰ੍ਹਾਂ ਯੁੱਗ ਪਲਟਾਉਣ 'ਚ ਲੱਗ ਗਿਆ ਯੋਗੀ। ਅਸਲ ਦੇ ਵਿੱਚ ਅੱਜ ਇਹਨਾਂ ਨੇ ਜਿਹੜੇ ਫੈਸਲੇ ਲਏ ਆ ਉਹ ਫੈਸਲੇ ਕੁਛ ਚੰਗੇ ਵੀ ਆ। ਉਹਨਾਂ ਦੇ ਵਿੱਚੋਂ ਇੱਕ ਫੈਸਲਾ ਇਹਨਾਂ ਨੇ ਇਹ ਲਿਆ ਕਿ ਚਾਹੇ ਕੋਈ ਧਾਰਮਿਕ ਸਥਾਨ ਆ, ਚਾਹੇ ਕੋਈ ਵਿਦਿਅਕ ਸੰਸਥਾਨ ਆ, ਉਹਦੇ 500 ਮੀਟਰ ਦੇ ਦਾਇਰੇ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਹੋਏਗਾ। ਜੋ ਮੇਰੇ ਖਿਆਲ ਦੇ ਨਾਲ ਇੱਕ ਬਿਹਤਰ ਫੈਸਲਾ, ਵਧੀਆ ਫੈਸਲਾ ਹੈ। ਸਾਡੇ ਇੱਥੇ ਪੰਜਾਬ ਦੇ ਵਿੱਚ ਵੇਖੋ ਕੀ ਹਾਲ ਆ। ਦੂਰ ਨਾ ਜਾਇਓ, ਕਿਤੇ ਮੁਕਤਸਰ ਜਾਇਓ। ਮੁਕਤਸਰ ਜਿਹੜਾ ਇਤਿਹਾਸਿਕ ਗੁਰਦੁਆਰਾ ਹੈ ਨਾ, ਉਹ ਬਿਲਕੁਲ ਬਾਜ਼ਾਰ ਦੇ ਵਿੱਚ ਆ, ਤੇ ਉਸ ਬਾਜ਼ਾਰ ਦੇ ਵਿੱਚ ਬਹੁਤ ਕਿਸਮ ਦੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਮਿਲ ਜਾਂਦੀਆਂ ਜਿਹੜੀਆਂ ਬਿਲਕੁਲ ਕਈ ਨਾਲ ਕਹਿੰਦੀਆਂ, ਬਿਲਕੁਲ ਨਾਲ ਕਹਿੰਦੀਆਂ ਉਸ ਗੁਰਦੁਆਰਾ ਹਦੂਰ ਦੇ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖਾਮੀਆਂ ਪੇਸ਼ੀਆਂ ਅਸੀਂ ਇੱਥੋਂ ਕੱਢ ਸਕਦੇ ਹਾਂ, ਪਰ ਉਹਨਾਂ ਨੇ ਜਿਹੜਾ 500 ਮੀਟਰ ਦਾ ਦਾਇਰਾ ਰੱਖਿਆ ਉਹ ਲਗਭਗ 1/2 ਕਿਲੋਮੀਟਰ ਬਣ ਜਾਂਦਾ, 1/2 ਕਿਲੋਮੀਟਰ ਹੀ ਬਣ ਜਾਂਦਾ, ਤੇ ਉਹ ਬਹੁਤ ਦੂਰ ਆ। ਇਹਦੇ 'ਚ ਆ ਕਿ ਕਈ ਵਾਰ ਸ਼ਰਾਬੀ ਕਬਾਬੀ ਆ ਜਿਹੜੇ ਉਹ ਛੇੜਛਾੜ ਵੀ ਕਰਦੇ ਆ, ਜੋ ਸਕੂਲਾਂ ਕਾਲਜਾਂ ਦੇ ਵਿੱਚ ਕੁੜੀਆਂ ਜਾਂਦੀਆਂ, ਜਾਂ ਫਿਰ ਉਹ ਰਾਹਗੀਰਾਂ ਨੂੰ ਵੀ ਖਰਾਬ ਕਰਦੇ ਆ। ਇਹ ਨਹੀਂ, ਇਹਨਾਂ ਨੇ ਰਿਹਾਇਸ਼ੀ ਇਲਾਕਿਆਂ 'ਚ ਵੀ ਕਹਿਤਾ
ਕਿ ਜਿਹੜੇ ਠੇਕੇ 500 ਮੀਟਰ ਦੇ ਦਾਇਰੇ ਚੋਂ ਬਾਹਰ ਕੱਢੇ ਜਾਣਗੇ। ਉਹ ਜੀ ਇੱਕ ਚੰਗਾ ਫੈਸਲਾ, ਕਿਉਂਕਿ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਲੰਘਣ ਟੱਪਣ ਵਾਲੀਆਂ ਬੀਬੀਆਂ ਨੂੰ ਜਾਂ ਬਜ਼ੁਰਗਾਂ ਨੂੰ ਪਰੇਸ਼ਾਨੀ ਆਉਂਦੀ ਹੈ ਇਸ ਤਰ੍ਹਾਂ ਦੀਆਂ ਥਾਵਾਂ ਤੋਂ। ਸੋ ਇਹ ਫੈਸਲੇ ਕੁਛ ਇਹਨਾਂ ਦੇ ਵਧੀਆ ਸਨ। ਉੱਤੋਂ ਇਹਨਾਂ ਨੇ ਫੈਸਲਾ ਹੁਣ ਯੋਗਾ ਦਾ ਕੀਤਾ, ਨਾਲ ਯੋਗੇ ਦੇ ਇਹ ਕਾਰਨ ਦੱਸੇ ਆ ਕਿ ਜੀ ਦੇਖੋ ਇਹ ਸਰੀਰਕ ਸਿੱਖਿਆ ਸਕੂਲਾਂ ਦੇ ਵਿੱਚ ਅਕਾਦਮਿਕ ਸਿੱਖਿਆ ਦੇ ਨਾਲ ਜ਼ਰੂਰੀ ਹੈ, ਇਹ ਤਾਂ ਕਰਕੇ ਅਸੀਂ ਇਹਨੂੰ ਲਾਜ਼ਮੀ ਕਰਾਰ ਦੇ ਰਹੇ ਹਾਂ। ਠੀਕ ਹੈ, ਜੇ ਸਰੀਰਕ ਸਿੱਖਿਆ ਦਾ ਮਸਲਾ ਤਾਂ ਹੋਣਾ ਚਾਹੀਦਾ, ਯੋਗਾ ਕੋਈ ਮਾੜੀ ਚੀਜ਼ ਨਹੀਂ ਹੈ। ਉੱਥੇ ਪੂਰੇ ਸੰਸਾਰ ਦੇ ਵਿੱਚ ਯੋਗਾ ਆਪਣੀ ਤਾਂ ਜਮਾ ਚੁੱਕਾ, ਇਹਨਾਂ ਸਕੂਲਾਂ 'ਚ ਵੀ ਲਾਗੂ ਕਰ ਦਿੱਤਾ ਜਾਵੇ ਤਾਂ ਕੋਈ ਮੇਰੇ ਖਿਆਲ ਦੇ ਨਾਲ ਕੋਈ ਕਹਿਰ ਨਹੀਂ ਟੁੱਟਣ ਲੱਗਾ। ਪਰ ਗੱਲ ਇਹ ਆ ਕਿ ਜੇ ਯੋਗੇ ਦੇ ਉੱਤੇ ਇਹਨਾਂ ਨੇ ਆਪਦਾ ਫਿਰਕੂ ਜਨੂੰਨ ਲੱਦ ਦਿੱਤਾ ਜਾਂ ਆਪਣਾ ਕੱਟੜਤਾ ਵਾਲਾ ਏਜੰਡਾ ਲੱਦ ਦਿੱਤਾ, ਫਿਰ ਰੌਲਾ ਪੈ ਜਾਏਗਾ। ਕਿਉਂਕਿ ਜਿਹੜੇ ਸਕੂਲਾਂ 'ਚ ਮੁਸਲਮਾਨਾਂ ਦੇ ਬੱਚੇ ਪੜ੍ਹਦੇ ਆ ਉਹ ਸੂਰਜ ਨਮਸਕਾਰ ਜਾਂ ਓਮ ਦਾ ਜਾਪ ਕੀਤਾ ਜਾਂਦਾ ਜੋ ਯੋਗਾ ਦੇ ਵਿੱਚ ਕਈ ਥਾਈ, ਉਹ ਚੀਜ਼ਾਂ ਜੇ ਕਰਵਾਈਆਂ ਜਾਣਗੀਆਂ ਤੇ ਫਿਰ ਉੱਥੇ ਰੌਲਾ ਪੈ ਜਾਏਗਾ। ਮੁਸਲਮਾਨਾਂ ਦੇ ਬੱਚਿਆਂ ਲਈ ਇਹ ਔਖਾ ਹੋ ਜਾਣਾ ਕੰਮ। ਜੇ ਤੇ ਸਰੀਰਕ ਸਿੱਖਿਆ ਮੰਨ ਕੇ ਚੱਲਦੇ ਆ, ਇਹਨੂੰ ਆਪਣਾ ਏਜੰਡੇ ਦਾ ਸਾਧਨ ਨਹੀਂ ਬਣਾਉਂਦੇ, ਇਹਦੇ ਤੇ ਆਪਣੀ ਫਿਰਕਾ ਪ੍ਰਸਤੀ ਨਹੀਂ ਲੱਦਦੇ, ਫਿਰ ਫੈਸਲਾ ਠੀਕ ਆ। ਔਰ ਜੇ ਸਰੀਰਕ ਸਿੱਖਿਆ ਦੀ ਗੱਲ ਆਈ, ਜਿੱਥੇ ਕੋਈ ਇਤਰਾਜ਼ ਵੀ ਹੋਇਆ ਇਸ ਕਿਸਮ ਦਾ, ਜੇ ਸਰੀਰਕ ਸਿੱਖਿਆ ਵਾਲੇ ਪਾਸੇ ਹੀ ਇਹ ਇੰਨੇ ਸੁਹਿਰਦ ਹੋਏ ਤੇ ਫਿਰ ਉੱਥੇ ਆਪਸ਼ਨਲੀ ਇਹ ਪੀਟੀ ਵੀ ਦੇ ਸਕਦੇ ਕਿ ਭਾਈ ਸਰੀਰਕ ਸਿੱਖਿਆ ਜ਼ਰੂਰੀ ਹੈ, ਜੇ ਤੁਸੀਂ ਇਹ ਨਹੀਂ ਕਰਨਾ ਤੇ ਇਹ ਕਰ ਲਓ। ਉਤਰਾ ਇਹਨਾਂ ਨੇ ਇਹ ਛੋਟ ਦਿੱਤੀ ਹੈ ਕਿ ਜੇ ਕੋਈ ਬੱਚਾ ਨਹੀਂ ਕਰਨਾ ਚਾਹੇਗਾ ਯੋਗਾ, ਉਹਨੂੰ ਜ਼ਬਰਦਸਤੀ ਨਹੀਂ ਕਰਵਾਇਆ ਜਾਏਗਾ। ਪਰ ਇਹ ਕਹਿਣ ਤੇ ਕਰਨ ਦੀ ਗੱਲ ਜਿਹੜੀ ਹੈ ਉਹ ਬਹੁਤ ਦੂਰ ਦੂਰ ਖੜਦੀ ਹੈ, ਕਿਹਾ ਕੁਛ ਹੋ ਜਾਂਦਾ ਤੇ ਕੀਤਾ ਕੁਛ ਹੋ ਜਾਂਦਾ। ਵੈਸੇ ਇਸ ਯੋਗੇ ਦੇ ਫੈਸਲੇ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਹੋਣ ਲੱਗ ਪਏ ਆ। ਆ ਜਿਹੜੀ ਤੁਸੀਂ 3 ਤਲਾਕ ਵਾਲੀ ਗੱਲ ਕੀਤੀ ਹੈ, ਇਹ ਤੇ ਆ ਗੱਲ ਹੈ ਜਿਵੇਂ ਉਹ ਕਹਿੰਦੇ ਨਾ ਕਿ ਸੂਤ ਨਾ ਪਤਾਣ ਜੁਲਾਹੇ ਨਾਲ ਡਾਂਗੋ ਡਾਂਗੀ, ਇਹਨਾਂ ਦਾ ਕੀ ਲਾਗਾ ਤੇਗਾ 3 ਤਲਾਕ ਦੇ ਨਾਲ? ਇਹ ਦੇਖੋ ਇਹ ਤੁਸ਼ਟੀਕਰਨ ਦੀ ਨੀਤੀ ਹੈ, ਕਤਾਰਬੰਦੀ ਦੀ ਨੀਤੀ ਹੈ, ਮੁਸਲਮਾਨਾਂ ਦੇ ਅੰਦਰੂਨੀ ਮਸਲੇ ਹੈ ਜਿਹੜੇ ਉਹਨਾਂ ਨੂੰ ਛੇੜ ਕੇ ਉਹਨਾਂ ਨੂੰ ਖਿਜਾਉਣ ਦੀ ਨੀਤੀ ਹੈ। ਇਹ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਮਸਲਾ ਚੱਲਦਾ ਪਿਆ, ਪੈਂਡਿੰਗ ਆ, ਆਉਣ ਵਾਲੇ ਕੁਛ ਦਿਨਾਂ ਚ ਸੁਪਰੀਮ ਕੋਰਟ ਚੋਂ ਇਸ ਮੁਤਲਕ ਕੋਈ ਫੈਸਲਾ ਆ ਸਕਦਾ। ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਡਈ ਆ, ਸਾਰਾ ਮਸਲਾ ਜ਼ੇਰੇ ਸੁਣਵਾਈ ਆ, ਇਹ ਗੱਲ ਕਹਿਣ ਦੀ ਕੀ ਜ਼ਰੂਰਤ ਹੈ? ਔਰ ਸੁਪਰੀਮ ਕੋਰਟ ਵੱਖਰੀ ਸੁਣਵਾਈ ਸਵੀਕਾਰ ਵੀ ਨਹੀਂ ਕਰੇਗਾ। ਤੁਸੀਂ ਦੇਖ ਲਓ ਜੇ ਗਏ ਵੀ ਤਾਂ ਸੁਪਰੀਮ ਕੋਰਟ ਨੇ ਕਹਿਣਾ ਕਿ ਆਲਰੇਡੀ ਸੁਣਵਾਈ ਹੋ ਰਹੀ ਹੈ, ਲਿਆਓ ਤੁਸੀਂ ਪਟੀਸ਼ਨ ਲੈ ਲਓ, ਅਸੀਂ ਵਿੱਚ ਹੀ ਨੂੰ ਦਰਜ ਕਰ ਲੈਂਦੇ ਹਾਂ। ਸੋ ਇਹ ਜਿਹੜੀ ਗੱਲ ਹੈ ਨਾ, ਇਹ ਗਲਤ ਆ। ਤੂੰ ਕੌਣ ਮੈਂ ਖਾਮ ਖਾ? ਉਹਨਾਂ ਨੂੰ ਉਹਨਾਂ ਦੇ ਮਸਲੇ ਆਪਣੇ ਢੰਗ ਨਾਲ ਨਜਿੱਠਣੇ ਚਾਹੀਦੇ ਆ, ਨਜਿੱਠਣ ਲਈ ਛੱਡ ਦੇਣਾ ਚਾਹੀਦਾ। ਜੋ ਸੁਪਰੀਮ ਕੋਰਟ ਫੈਸਲਾ ਦੇਵੇਗਾ 3 ਤਲਾਕ ਤੇ, ਉਹ ਸਾਰਿਆਂ ਨੂੰ ਮੰਨਣਾ ਪਵੇਗਾ। ਸੋ ਸੁਪਰੀਮ ਕੋਰਟ ਤੇ ਰਹਿਣਾ ਚਾਹੀਦਾ। ਆਹ ਜਿਹੜੀਆਂ ਛੁਰਲੀਆਂ, ਇਹਨਾਂ ਨੂੰ ਛੱਡਣ ਤੋਂ ਬਚਣਾ ਚਾਹੀਦਾ। ਉਹਨੇ ਜਿਹੜਾ ਸ਼ਰਾਬ ਵਾਲਾ ਇਹਨਾਂ ਨੇ ਅੱਜ ਫੈਸਲਾ ਕੀਤਾ, ਉਹਦਾ ਸਾਰਿਆਂ ਨੇ ਸਵਾਗਤ ਕੀਤਾ ਕਿ ਠੀਕ ਆ, ਕਿ ਚਲੋ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ। ਯੋਗੀ ਨੂੰ ਸਾਰੇ ਆਲੋਚਨਾਤਮਕ ਤਰੀਕੇ ਨਾਲ ਲੈਂਦੇ ਆ, ਪਰ ਫਿਰ ਵੀ ਟਾਵਾਂ ਟਾਵਾਂ ਕੰਮ ਇਹੋ ਜਿਹਾ ਕਰ ਜਾਂਦਾ ਜਿਹਨੂੰ ਲੋਕ ਸਾਰੇ ਆ, ਜਿਹੜੇ ਚਾਹੇ ਉਹ ਆਲੋਚਕ ਵੀ ਆ, ਉਹ ਕਹਿੰਦੇ ਕਿ ਠੀਕ ਕਰ ਗਿਆ, ਆਹ ਕੰਮ ਠੀਕ ਕਰ ਗਿਆ। ਜੀ ਜੀ, ਅਗਲੀ ਆਪਾਂ ਸੁਪਰੀਮ ਕੋਰਟ ਦੇ ਨਾਲ ਹੀ ਜੁੜੀ ਹੋਈ ਗੱਲ ਕਰਦੇ ਹਾਂ ਵੀ ਗਊ ਰਾਖਿਆਂ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ 6 ਰਾਜਾਂ ਨੂੰ ਨੋਟਿਸ ਭੇਜਿਆ ਹੈ। ਦੇਖੋ ਪਹਿਲੂ ਖਾਨ ਦਾ ਕਤਲ ਹੋਇਆ, ਉਸ ਪਹਿਲੂ ਨੇ ਗਲੀ ਤੋਂ ਲੈ ਕੇ ਸੰਸਦ ਤੱਕ ਇੱਕ ਵਾਰੀ ਕੰਧਾਂ ਲਾ ਦਿੱਤੀਆਂ। ਬਹੁਤ ਜ਼ਬਰਦਸਤ ਬਹਿਸ ਛਿੜੀ ਹੋਈ ਹੈ ਇਸ ਮੁੱਦੇ ਤੇ ਦੁਬਾਰਾ ਫਿਰ। ਪਰ ਬਦਕਿਸਮਤੀ ਇਸ ਮੁਲਕ ਦੀ ਇਹ ਆ ਕਿ ਇਹੋ ਜਿਹੀਆਂ ਬਹਿਸਾਂ ਉਦੋਂ ਤੱਕ ਹੀ ਚੱਲਦੀਆਂ ਜਦੋਂ ਤੱਕ ਸੇਵਾ ਤੱਤਾ ਹੁੰਦਾ। ਜਦੋਂ ਕਿਸੇ ਦਾ ਸੇਵਾ ਠੱਗ ਜਾਂਦਾ ਫਿਰ ਤਾਪ ਉਤਰਿਆ ਤੇ ਵੈਦ ਵਿਸਰਿਆ, ਉਹ ਗੱਲ ਹੋ ਜਾਂਦੀ ਹੈ, ਫਿਰ ਕੁਛ ਵੀ ਨਹੀਂ ਯਾਦ ਰਹਿੰਦਾ। ਸੋ ਹੁਣ ਇੱਕ ਵਾਰ ਫਿਰ ਇਹ ਮੁੱਦਾ ਗਰਮਾਇਆ ਹੋਇਆ, ਸੰਸਦ ਤੋਂ ਹੁੰਦਾ ਹੋਇਆ ਮੁੱਦਾ ਸੁਪਰੀਮ ਕੋਰਟ ਤੱਕ ਚਲੇ ਗਿਆ। ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਕਿ ਜੋ ਗਊ ਰੱਖਿਆ ਦੇ ਨਾਂ ਤੇ ਗੁੰਡਾਗਰਦੀ ਹੁੰਦੀ ਹੈ, ਬੁਰਸ਼ਾਗਰਦੀ ਹੁੰਦੀ ਆ, ਲੋਕਾਂ ਤੋਂ ਵਸੂਲੀ ਕੀਤੀ ਜਾਂਦੀ ਹੈ, ਇਹ ਗਲਤ ਹੈ, ਬੰਦ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਤੁਰੰਤ ਇਸ ਅਪੀਲ ਨੂੰ, ਇਸ ਪਟੀਸ਼ਨ ਨੂੰ ਸੁਣਵਾਈ ਯੋਗ ਮੰਨਦਿਆਂ ਨੋਟਿਸ ਕਰ ਦਿੱਤਾ। 6 ਰਾਜ ਜਿਹਨਾਂ ਦੇ ਵਿੱਚ ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਝਾਰਖੰਡ, ਗੁਜਰਾਤ, ਇਹਨਾਂ ਸੂਬਿਆਂ ਨੂੰ ਔਰ ਇਹਨਾਂ ਤੋਂ ਇਲਾਵਾ ਕੇਂਦਰ ਨੂੰ, ਇਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਲਈ ਸੱਦਿਆ ਕਿ ਆ ਕੇ ਜਵਾਬ ਦਾਖਲ ਕਰੋ। ਜੇ ਆਪਾਂ ਗਊ ਰਾਖਿਆਂ ਦੀ ਗੱਲ ਕਰੀਏ ਤੇ ਗਊ ਰਾਖੇ ਕਿਹੋ ਜਿਹੇ ਆ, ਕਿਹੋ ਜਿਹੇ ਆ, ਉਹ ਤੇ ਖੁਦ ਦੇਸ਼ ਦਾ ਪ੍ਰਧਾਨ ਮੰਤਰੀ ਮੰਨ ਚੁੱਕਾ। ਜੇ ਤੁਸੀਂ ਭੁੱਲੇ ਨਾ ਹੋ, ਵਿਸਰੇ ਨਾ ਹੋ,
ਪਿਛਲੇ ਸਾਲ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਚ ਕੀ ਆਖਿਆ ਸੀ? ਉਹਨੇ ਆਖਿਆ ਸੀ ਕਿ 70-80% ਉਹ ਬੰਦੇ ਆ, ਉਹ ਬੰਦੇ ਗਊ ਰੱਖ ਕੇ ਬਣੇ ਬੈਠੇ ਆ, ਜਿਹੜੇ ਗਊ ਰੱਖਿਆ ਦੇ ਨਾਂ ਤੇ ਦੁਕਾਨਦਾਰੀਆਂ ਚਲਾਉਂਦੇ ਪਏ ਆ। ਉਹ ਦਿਨੇ ਗਊ ਰਾਖੇ ਬਣ ਜਾਂਦੇ ਆ, ਰਾਤ ਨੂੰ ਲਠੈਤ ਬਣ ਜਾਂਦੇ ਆ, ਡਕੈਤ ਬਣ ਜਾਂਦੇ ਆ। ਇਹ ਗੱਲ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਹਮਣੇ ਤਸਲੀਮ ਕੀਤੀ ਸੀ, ਮੰਨੀ ਸੀ, ਔਰ ਬਾਅਦ ਦੇ ਵਿੱਚ ਉਹਨੇ ਇਹ ਵੀ ਗੱਲ ਆਖੀ ਸੀਗੀ ਕਿ ਜੇ ਤੁਸੀਂ ਸੱਚੀ ਸੇਵਾ ਹੀ ਕਰਨੀ ਹੈ ਤੇ ਸੇਵਾ ਉਹਨਾਂ ਦੀ ਕਰੋ ਜੋ ਪਲਾਸਟਿਕ ਖਾ ਖਾ ਕੇ ਮਰ ਜਾਂਦੀਆਂ। ਔਰ ਇਹ ਵੀ ਗੱਲ ਕਹੀ ਸੀ ਪ੍ਰਧਾਨ ਮੰਤਰੀ ਨੇ ਕਿ ਜਿੰਨੀਆਂ ਗਾਵਾਂ ਕਤਲਗਾਹਾਂ ਦੇ ਵਿੱਚ ਜਾ ਕੇ ਕਤਲ ਹੁੰਦੀਆਂ ਉਹ ਤੋਂ ਕਈ ਗੁਣਾ ਜ਼ਿਆਦਾ ਕੂੜੇ ਦੇ ਢੇਰਾਂ ਤੇ ਮਰ ਜਾਂਦੀਆਂ, ਤੁਸੀਂ ਉਹਨਾਂ ਦੀ ਸੇਵਾ ਕਰੋ। ਪ੍ਰਧਾਨ ਮੰਤਰੀ ਅੱਜ ਪਤਾ ਨੀ ਮੰਨੂ ਜਾਂ ਨਾ ਮੰਨੂ, ਪਰ ਉਸ ਸਮੇਂ ਦੇਸ਼ ਦੇ ਸਾਹਮਣੇ ਖੜ ਕੇ ਇਹ ਗੱਲ ਮੰਨ ਚੁੱਕਾ ਪ੍ਰਧਾਨ ਮੰਤਰੀ। ਸੋ ਜਦੋਂ ਪ੍ਰਧਾਨ ਮੰਤਰੀ ਇਹ ਗੱਲ ਮੰਨ ਚੁੱਕਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਨੂੰ ਵੀ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਇਸ ਗਊ ਰਾਖੇ ਦੀ ਗਊ ਰਾਖਿਆਂ ਦੀ ਆੜ ਦੇ ਵਿੱਚ ਹੋਰ ਵੀ ਬਹੁਤ ਕੁਛ ਹੁੰਦਾ, ਉਹਨੂੰ ਰੋਕਣ ਲਈ ਕੋਈ ਕਾਇਦਾ ਕਾਨੂੰਨ ਜ਼ਰੂਰ ਬਣਾਉਣਾ ਚਾਹੀਦਾ। ਪ੍ਰਧਾਨ ਮੰਤਰੀ ਬੋਲਿਆ ਤੇ ਬਹੁਤ ਵਧੀਆ ਬੋਲਿਆ, ਉਦੋਂ ਸਾਰਿਆਂ ਨੇ ਕਿਹਾ ਕਿ ਠੀਕ ਆ, ਸੱਚ ਤੇ ਬੋਲਿਆ ਨਰਿੰਦਰ ਮੋਦੀ, ਚਾਹੇ RSS ਦਾ ਪ੍ਰਚਾਰ ਕਰਿਆ ਜੋ ਮਰਜ਼ੀ ਹੈ, ਪਰ ਸੱਚ ਤੇ ਬੋਲਿਆ ਬੰਦਾ, ਉਦੋਂ ਸਾਰਿਆਂ ਨੇ ਸਵਾਗਤ ਕੀਤਾ। ਹੁਣ ਉਦੋਂ ਬੋਲਿਆ ਤੇ ਸਿਰਫ ਬੋਲ ਹਵਾ ਚ ਹੀ ਰਹਿ ਗਏ, ਕੋਈ ਧਰਤੀ ਤੇ ਉਹਨਾਂ ਤੇ ਕੋਈ ਬਹੁਤੀ ਜ਼ਿਆਦਾ ਸਖਤੀ ਨਹੀਂ ਹੋਈ, ਉਹ ਬੋਲ ਬੋਲ ਹੀ ਰਹਿ ਗਏ। ਸੋ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਵਿੱਚ ਸਾਰਿਆਂ ਦੀ ਜਾ ਕੇ ਨਿਗਾਹ ਟਿਕ ਗਈ ਆ ਕਿ ਸ਼ਾਇਦ ਸੁਪਰੀਮ ਕੋਰਟ ਇਸ ਬੁਰਸ਼ਾਗਰਦੀ ਨੂੰ ਕੋਈ ਨਾ ਕੋਈ ਠੱਲ ਪਾ ਦੇਵੇ, ਕੋਈ ਨਾ ਕੋਈ ਨੱਥ ਪਾ ਦੇਵੇ। ਜੇ ਸੁਪਰੀਮ ਕੋਰਟ ਤੋਂ ਵੀ ਇਹ ਗੱਲ ਰਹਿ ਗਈ ਤੇ ਫਿਰ ਤੇ ਭਾਈ ਭਲੀ ਕਰੇ ਰਾਮ, ਫਿਰ ਤਾਂ ਇਹੀ ਕਿਹਾ ਜਾ ਸਕਦਾ ਕਿ ਫਿਰ ਰਾਮ ਰਾਖਾ। ਉਂਝ ਇੱਥੇ ਮਸਲਾ ਰਾਜਕਰਨਵੀਰ ਸਿੰਘ ਜੀ ਵੋਟਾਂ ਦਾ, ਆਹ ਚੀਜ਼ਾਂ ਜਿਹੜੀਆਂ ਸਾਨੂੰ ਚੁੱਭਦੀਆਂ, ਸਾਨੂੰ ਦੁੱਖ ਦਿੰਦੀਆਂ ਕਿ ਗਊ ਰੱਖਿਆ ਦੇ ਨਾਂ ਤੇ ਡਕੈਤੀਆਂ ਹੁੰਦੀਆਂ, ਲਟੈਤੀਆਂ ਹੁੰਦੀਆਂ, ਵਸੂਲੀਆਂ ਹੁੰਦੀਆਂ, ਬੰਦੇ ਕੁੱਟ ਕੁੱਟ ਕੇ ਨਜਾਇਜ਼ ਮਾਰੇ ਜਾਂਦੇ ਆ, ਪਰ ਬਹੁ ਗਿਣਤੀ ਚ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਕਰਨ ਡਏ ਆ, ਪਸੰਦ ਕਰ ਰਹੇ ਆ ਕਿ ਇਹ ਸਾਰਾ ਜਿਹੜਾ ਕੁਛ ਹੋਣਾ ਚਾਹੀਦਾ। ਇੱਥੋਂ ਤੇ ਹੁਣ ਇਹ ਵੀ ਆਵਾਜ਼ਾਂ ਉੱਠਦੀਆਂ ਪਈਆਂ ਕਿ ਸ਼ਿਵ ਜੀ ਨੂੰ ਰਾਸ਼ਟਰਪਿਤਾ ਲਾਣ ਦਿਓ, ਇਹੋ ਜਿਹੀਆਂ ਗੱਲਾਂ ਵੀ ਸਾਨੂੰ ਸੁਣਨ ਨੂੰ ਮਿਲਦੀਆਂ, ਇਤਿਹਾਸ ਨੂੰ ਐਂ ਕਰ ਦਿਓ, ਉਹ ਕਰ ਦਿਓ, ਜੋ ਕਰ ਦਿਓ। ਸੋ ਬਹੁ ਗਿਣਤੀ ਜਦੋਂ ਕਿਸੇ ਭਾਵਨਾ ਦੇ ਨਾਲ ਜੁੜ ਜਾਂਦੀ ਹੈ ਤੇ ਉਸ ਭਾਵਨਾ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਭਾਵਨਾ ਹੁੰਦੀਆਂ, ਘੱਟ ਗਿਣਤੀਆਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਅਧਿਕਾਰ ਜਾਂ ਇਸ ਤਰ੍ਹਾਂ ਦੀਆਂ ਹੱਕ ਰਸੀਆਂ ਹੁੰਦੀਆਂ, ਉਹਨਾਂ ਨੂੰ ਬਲੀ ਚਾੜ ਦਿੱਤਾ ਜਾਂਦਾ ਹੈ। ਇਹ ਦਸਤੂਰ ਹੈ ਕਿਸੇ ਵੀ ਰਾਜਨੀਤੀ ਦਾ, ਤੁਸੀਂ ਪੱਖ ਦੇਖ ਲਓ, ਚਾਹੇ 15ਵੀਂ ਸਦੀ ਤੋਂ ਪਹਿਲਾਂ ਦੀ ਹੋਵੇ ਚਾਹੇ ਬਾਅਦ ਦੀ ਹੋਵੇ, ਇਹ ਇਤਿਹਾਸਕ ਪੱਖ ਆ ਕਿ ਜਿੱਧਰਲੇ ਪਾਸੇ ਬਹੁ ਗਿਣਤੀ ਦੀ ਧਾਰਨਾ ਹੈ ਉਸ ਧਾਰਨਾ ਨੂੰ ਖੁਸ਼ ਰੱਖਣ ਲਈ ਛੋਟੇ ਤਬਕੇ ਆ ਜਿਹੜੇ ਉਹ ਬਲੀ ਚਾੜ ਦਿੱਤੇ ਜਾਂਦੇ ਆ। ਇਸ ਕਰਕੇ ਇੱਥੋਂ ਦੀ ਸਿਆਸਤ ਹੈ ਜਿਹੜੀ ਇਸ ਸਮੇਂ ਉਹ ਬਹੁ ਗਿਣਤੀ ਦੇ ਜੋ ਬਹੁ ਗਿਣਤੀ ਦੇ ਅੰਦਾਜ਼ੇ ਆ, ਬਹੁ ਗਿਣਤੀ ਦੇ ਜਿਹੜੇ ਦ੍ਰਿਸ਼ਟੀਕੋਣ ਆ, ਉਹਨਾਂ ਨੂੰ ਮਾਪ ਕੇ ਉਹਨਾਂ ਨੂੰ ਆਂਕ ਕੇ ਚੱਲਦੀ ਪਈ ਹੈ ਕਿ ਇਹ ਨਾ ਲੈ ਜਦ ਤੱਕ ਫਿਰ ਉਦੋਂ ਤੱਕ ਸਾਨੂੰ ਬਹੁਤਾ ਫਿਕਰ ਕਰਨ ਦੀ ਜ਼ਰੂਰਤ ਨਹੀਂ। ਸੋ ਉਹਨਾਂ ਚਿਰ ਇਹ ਦਰਿਆ ਦਾ ਜਿਹੜਾ ਚੱਲਦਾ ਪਿਆ ਰਹਿਣ, ਮੇਰੇ ਖਿਆਲ ਦੇ ਨਾਲ ਰੁਕਣਾ ਹਾਲੇ ਸੰਭਵ ਨਹੀਂ। ਨਹੀਂ ਸੰਭਵ ਜੀ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਬੰਬੇ ਹਾਈ ਕੋਰਟ ਦੇ ਕੋਲ 600 ਵੋਟਰਾਂ ਨੇ ਗੁਹਾਰ ਲਈ ਹੈ ਵੀ ਪਤਾ ਕਰੋ ਵੀ ਸਾਡੀਆਂ ਵੋਟਾਂ ਗਈਆਂ ਕਿੱਥੇ। ਉੱਥੇ ਦੀ ਆਈ ਥਿੰਕ ਮਿਊਨਿਸਪਲ ਕੌਂਸਲ ਦੀਆਂ ਵੋਟਾਂ ਸੀਗੀਆਂ। 27-28 ਸਾਲ ਪਹਿਲਾਂ ਇੱਕ ਫਿਲਮ ਆਈ ਸੀ ਰਾਜਕਰਨਵੀਰ ਸਿੰਘ ਜੀ ਦਿਲ ਜੀ ਆਮਿਰ ਖਾਨ ਦੀ, ਉਹਦੇ ਚ ਇੱਕ ਗਾਣਾ ਸੀਗਾ, ਮੁਝੇ ਨੀਂਦ ਨਾ ਆਏ ਮੁਝੇ ਚੈਨ ਨਾ ਆਏ, ਕੋਈ ਜਾਏ ਜ਼ਰਾ ਢੂੰਡ ਕੇ ਲਾਏ, ਨਾ ਜਾਣੇ ਕਹਾਂ ਦਿਲ ਖੋ ਗਿਆ। ਤੇ ਇਹ ਹੁਣ ਕਹਿਣ ਡਏ ਆ ਕੋਈ ਜਾਏ ਜ਼ਰਾ ਢੂੰਡ ਕੇ ਲਾਏ, ਨਾ ਜਾਣੇ ਕਹਾਂ ਮੇਰਾ ਵੋਟ ਖੋ ਗਿਆ। ਇਹ 27-28 ਸਾਲਾਂ ਬਾਅਦ ਉਹ ਗਾਣਾ ਜਿਹੜਾ ਉਹਦੇ ਅਰਥ ਬਦਲ ਗਏ ਆ। ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਕਿ ਉੱਥੇ ਨਿਗਮ ਦੀਆਂ ਚੋਣਾਂ ਹੋਈਆਂ ਸਨ ਮੁੰਬਈ ਦੇ ਵਿੱਚ ਫਰਵਰੀ ਦੇ ਮਹੀਨੇ ਚ, ਉਹ ਚੋਣਾਂ ਨਾਲ ਹੀ ਸੰਬੰਧਿਤ ਇਹ ਕੇਸ ਜਿਹੜੇ ਆ ਉਹ ਸਾਹਮਣੇ ਆਉਂਦੇ ਆ। ਪਹਿਲੀ ਗੱਲ ਤੇ ਇਹ ਹੋਈ ਕਿ ਉੱਥੇ ਹਜ਼ਾਰਾਂ ਲੱਖਾਂ ਵੋਟਾਂ ਗਾਇਬ ਹੋ ਗਈਆਂ ਵੋਟਾਂ ਤੋਂ ਐਨ ਪਹਿਲਾਂ, ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਲੱਗੀ, ਕੋਈ ਠੋਸ ਵਜ੍ਹਾ ਨਹੀਂ ਲੱਭੀ ਜਿਹਦੇ ਕਰਕੇ ਉਹ ਵੋਟਾਂ ਕੱਟੀਆਂ ਗਈਆਂ, ਜੇ ਕੱਟੀਆਂ ਗਈਆਂ ਤੇ ਕਿੰਨੇ ਕਟਵਾਈਆਂ, ਸਮਝ ਹੀ ਨਹੀਂ ਆਈ ਗੱਲ। ਚਲੋ ਉਹ ਮਸਲਾ ਇੱਕ ਦੋ ਦਿਨ ਉਬਲਿਆ, ਫਿਰ ਬਹਿ ਗਿਆ ਜਿਵੇਂ ਭਾਰਤੀ ਮੀਡੀਆ ਕਰਦਾ ਹੁੰਦਾ, ਇੱਕ ਦੋ ਦਿਨ ਦੀ ਚਰਚਾ ਤੇ ਮੁੜ ਕੇ ਫਿਰ ਉਹ ਖਚਰੀ ਜੀ ਚੁੱਪ। ਹੁਣ ਆਹ ਜਿਹੜਾ ਮੁੱਦਾ ਹੈ, ਇਸ ਮੁੱਦੇ ਨੇ ਬਹੁਤ ਸਾਰੇ ਸ਼ੰਕੇ ਖੜੇ ਕਰ ਦਿੱਤੇ। ਇਹ ਮੁੱਦਾ ਕੀ ਹੈ? ਅਸਲ ਦੇ ਵਿੱਚ ਉੱਥੇ ਵਾਰਡ ਨੰਬਰ 88 ਦੇ ਵਿੱਚ
ਇੱਕ ਆਜ਼ਾਦ ਉਮੀਦਵਾਰ ਖੜਾ ਸੀ। ਦੱਸਦੇ ਕਿ ਉਹਦੀ ਚੰਗੀ ਚੜ੍ਹਤ ਸੀ, ਆਜ਼ਾਦ ਉਮੀਦਵਾਰ ਸੀਗਾ ਜਿਹੜਾ, ਉਹਦਾ ਚੰਗਾ ਉੱਥੇ ਆਧਾਰ ਸੀ ਉਸ ਇਲਾਕੇ ਦੇ ਵਿੱਚ। ਉਹਦਾ ਨਾਂ ਸੀਗਾ ਨੀਲੋ ਤੱਤਲ ਮਰਨਾਲ। ਮਰਨਾਲੇ ਚੋਣ ਲੜੀ, ਉਹਨੂੰ ਵੋਟਾਂ ਨਸੀਬ ਹੋਈਆਂ ਮਹਿਜ 375। 375 ਪੂਰੇ ਵਾਰਡ ਚ ਵੋਟਾਂ ਨਿਕਲੀਆਂ ਤੇ ਕਈ ਬੂਥ ਇਹੋ ਜਿਹੇ ਸਨ ਜਿੱਥੇ ਉਹਦਾ ਛੱਕਾ ਵੀ ਨੀ ਵੱਜਿਆ, ਮਤਲਬ ਕਿ 4-5 ਵੋਟਾਂ ਹੀ ਰਹਿ ਗਈਆਂ। ਉਹ ਕਹਿੰਦਾ ਵੀ 4 ਦਿਨ ਤੇ ਮੈਨੂੰ ਤਾਪ ਚੜਿਆ ਰਿਹਾ ਵੀ ਮੇਰੇ ਨਾਲ ਸੌਖ ਹੀ ਗਈ ਹੈ, ਏਡੀ ਜ਼ਿਆਦਾ ਮਾੜੀ, ਏਡੀ ਜ਼ਿਆਦਾ ਮਾੜੀ। ਮੈਂ ਤੇ ਆਪਣੇ ਆਪ ਨੂੰ ਜੇਤੂ ਸਮਝੀ ਫਿਰਦਾ ਸਾਂ, ਮੈਂ ਤੇ ਹਾਰ ਖਰੀਦ ਕੇ ਰੱਖੇ ਸੀ ਕਿ ਚਲੋ ਆ ਲੋਕਾਂ ਤੋਂ ਗਲਾਂ ਚ ਪਵਾਂਗੇ, ਮੇਰੇ ਨਾਲ ਤੇ ਏਡੀ ਮਾੜੀ ਹੋਈ। ਬਾਅਦ ਦੇ ਵਿੱਚ ਹੁਣ ਇਹ ਮੁੱਦਾ ਇਸ ਕਰਕੇ ਚਰਚਿਤ ਹੋ ਗਿਆ ਕਿਉਂਕਿ ਉਸ ਵਾਰਡ ਨਾਲ ਸੰਬੰਧਿਤ 600 ਬੰਦਿਆਂ ਨੇ, ਜਾਂ ਕਹਿ ਲਈਏ 600 ਵੋਟਰਾਂ ਨੇ ਆਪਣੀ ਵੋਟ ਨੰਬਰ, ਆਪਣਾ ਬੂਥ ਨੰਬਰ, ਆਪਣਾ ਟੈਲੀਫੋਨ ਨੰਬਰ, ਆਪਣੀ ਫੋਟੋ ਲਾ ਕੇ ਹਲਫਨਾਮੇ ਦਿੱਤੇ ਅਦਾਲਤ ਦੇ ਵਿੱਚ। ਹਾਈ ਕੋਰਟ ਦੇ ਅੰਦਰ ਜਾ ਕੇ ਗੱਲ ਕਹੀ ਹੈ ਕਿ ਅਸੀਂ ਇਹਨੂੰ ਵੋਟ ਪਾਈ ਆ, ਅਸੀਂ ਇਹਨੂੰ ਵੋਟ ਪਾਈ ਆ। ਹੁਣ 600 ਬੰਦਾ ਜਾ ਕੇ ਹਲਫਨਾਮਾ ਦੇ ਕੇ ਕਹਿ ਰਿਹਾ ਕਿ ਮੈਂ ਇਹਨੂੰ ਵੋਟ ਪਾਈ ਆ, ਮੈਂ ਇਹਨੂੰ ਵੋਟ ਪਾਈ ਆ। 600 ਹਲਫਨਾਮਾ ਹੈ ਤੇ ਵੋਟ ਨਿਕਲੀ ਆ 375। ਸਾਰੇ ਪੁੱਛਦੇ ਪਏ ਕਿ ਮੇਰੀ ਵੋਟ ਕਿੱਥੇ ਗਈ ਆ, ਮੇਰੀ ਵੋਟ ਕਿੱਥੇ ਗਈ ਆ। ਹਾਲਾਂਕਿ ਜਿਹੜਾ ਮਰਨਾਲ ਹੈ ਉਹ ਇਹ ਗੱਲ ਕਹਿੰਦਾ ਕਿ ਭਾਵੇਂ ਇੱਥੋਂ ਦਾ ਇਲੈਕਸ਼ਨ ਕੈਂਸਲ ਵੀ ਹੋ ਜਾਏ, ਮੈਂ ਦੁਬਾਰਾ ਚੋਣ ਨਹੀਂ ਲੜੂੰਗਾ। ਉਹ ਕਹਿੰਦਾ ਕਿ ਆਪਣਾ ਤਾਂ ਦਿਲ ਹੀ ਟੁੱਟ ਗਿਆ, ਮੈਂ ਚੋਣ ਨਹੀਂ ਲੜਨੀ, ਮੇਰੇ ਵੱਲੋਂ ਆਰ ਹੋਵੇ ਪਾਰ ਹੋਵੇ ਜੋ ਮਰਜ਼ੀ ਹੈ, ਮੈਂ ਨੀ ਚੋਣ ਲੜਨੀ ਦੁਬਾਰਾ। ਇੱਥੋਂ ਜਿੱਤੀ ਸੀ ਸ਼ਿਵ ਸੈਨਾ, ਸ਼ਿਵ ਸੈਨਾ ਵਾਲੇ ਵੀ ਹੁਣ ਚੁੱਪ ਆ, ਉਹ ਬੋਲਦੇ ਨੀ ਪਏ, ਉਹ ਇਹਨਾਂ ਚੀਜ਼ਾਂ ਦਾ ਖੰਡਨ ਵੀ ਨੀ ਕਰਦੇ ਪਏ। ਹੁਣ ਜੇ ਅੰਦਾਜ਼ਾ ਲਾਈਏ ਮੋਟਾ ਜਿਹਾ ਕਿ 600 ਐਫੀਡੈਵਿਟ ਪ੍ਰਤੱਖ ਆ, ਤੇ ਕਿੰਨੇ ਲੋਕ ਇਹੋ ਜਿਹੇ ਵੀ ਹੋਣਗੇ ਜਿਹੜੇ ਇਹਨਾਂ ਸ਼ਿਵ ਸੈਨਿਕਾਂ ਤੋਂ ਡਰਦੇ ਬਾਹਰ ਨਹੀਂ ਆਏ ਹੋਣੇ, ਸਾਹਮਣੇ ਨਹੀਂ ਆਏ ਹੋਣੇ, ਪਰ ਅੰਦਰੋਂ ਕਾਤੀ ਚ ਉਹ ਵੀ ਚੁਰਦੇ ਹੋਣੇ ਕਿ ਮੇਰੀ ਵੋਟ ਕਿੱਧਰ ਗਈ, ਮੇਰੀ ਵੋਟ ਵੀ ਕਿੱਧਰ ਗਈ। ਸੋ ਜਿਹੜੇ ਸਾਡੇ ਵਰਗੇ ਈਵੀਐਮ ਮਸ਼ੀਨਾਂ ਦੇ ਪੱਖ ਚ ਖੜਦੇ ਸਨ ਕਿ ਨਹੀਂ ਯਾਰ ਏਦਾਂ ਨੀ ਹੋ ਸਕਦਾ, ਏਡੀ ਲੁੱਟ ਨੀ ਪੈ ਸਕਦੀ, ਹੁਣ ਉਹਨਾਂ ਦਾ ਦਸਾਂ ਵੀ ਡੋਲਣ ਲੱਗ ਪਿਆ, ਭਰੋਸਾ ਡੋਲਣ ਲੱਗ ਪਿਆ ਕਿ ਇਸ ਤਰ੍ਹਾਂ ਦੀਆਂ ਸਾਡੇ ਭਾਰਤ ਦੇ ਵਿੱਚੋਂ ਸ਼ਿਕਾਇਤਾਂ ਆ ਰਹੀਆਂ। ਆ ਚੰਡੀਗੜ੍ਹ ਦੇ ਵਿੱਚੋਂ ਇੱਕ ਵਿਚਾਰਾ ਪਿੱਟ ਦਾ ਮਰ ਗਿਆ, ਅਸੀਂ ਉਹਦੇ ਤੇ ਵੀ ਯਕੀਨ ਨਹੀਂ ਕੀਤਾ, ਅਸੀਂ ਸਗੋਂ ਉਹਦੇ ਨਾਲ ਵੀ ਹਾਸਾ ਮਖੌਲ ਕੀਤਾ, ਇਹਨੂੰ ਇਹਦੇ ਘਰਦਿਆਂ ਨੇ ਵੀ ਨੀ ਵੋਟ ਪਾਈ ਹੋਣੀ, ਸਮਝੀ ਹੋਣੀ ਕਿ ਕਾਹਨੂੰ ਖਰਾਬ ਕਰਨੀ ਆ। ਉਹ ਕਹਿੰਦਾ ਸੀ ਸਾਡੀਆਂ 6-7 ਵੋਟਾਂ ਕਰਦੀਆਂ, ਮੈਨੂੰ ਆਪਦੀ ਵੋਟ ਵੀ ਪਈ ਲੱਗਦੀ ਨੀ, ਇਹਦਾ ਵੋਟਾਂ ਇੱਕ ਦੋ ਹੀ ਨਿਕਲੀਆਂ, ਤੇ 6-7 ਸਾਡੇ ਘਰਦੇ ਜੀਆਂ ਦੀਆਂ ਵੋਟਾਂ ਕਿੱਧਰ ਗਈਆਂ। ਸਾਰਿਆਂ ਨੇ ਉਹਦਾ ਮਜ਼ਾਕ ਉਡਾਇਆ ਪਰ ਕਿਸੇ ਨੇ ਯਕੀਨ ਨੀ ਕੀਤਾ। ਹੁਣ ਇੱਥੋਂ ਵੀ ਉਹ ਜਿਹੜੀ ਗੱਲ ਨਿਕਲੀ ਹੈ ਉਹ ਵੀ ਮੱਥੇ 'ਚ ਠਣਕਦੀ ਹੈ ਕਿ ਕਿਤੇ ਵੀ ਸਭੋ ਸੱਚ ਤੇ ਨਹੀਂ ਹੋ ਗਿਆ। ਦੂਜੇ ਪਾਸੇ ਇੱਕ ਵਾਰੀ ਇਹੋ ਜਿਹਾ ਸੱਜਣ ਵੀ ਸਾਹਮਣੇ ਆਇਆ ਸੀ ਮਹਾਰਾਸ਼ਟਰ 'ਚੋਂ, ਜਿਹੜਾ ਵਿਧਾਇਕੀ ਦੀ ਚੋਣ ਲੜ ਰਿਹਾ ਸੀ ਤੇ ਜਿਹਨੇ ਜਾ ਕੇ ਹਾਈਕੋਰਟ ਦੇ ਵਿੱਚ ਇਸੇ ਤਰ੍ਹਾਂ ਬੰਬੇ ਹਾਈਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਸੀਗਾ ਕਿ ਮੇਰੀ ਮਸ਼ੀਨ ਤੇ ਸੁੱਕੀ ਦੀ ਸੁੱਕੀ ਰਹਿ ਗਈ ਹੈ, ਉਹਦੇ 'ਚ ਵੋਟ ਹੀ ਕੋਈ ਨੀ ਪਈ, ਤੇ ਮੈਂ ਖੁਦ ਆਪਣੇ ਆਪ ਨੂੰ ਵੋਟ ਪਾ ਕੇ ਆਇਆ, ਦੱਸੋ ਮੇਰੀ ਵੋਟ ਕਿੱਧਰ ਗਈ। ਹੋਰ ਕਿਸੇ ਨੇ ਨਹੀਂ ਪਾਈ, ਖਸਮਾਂ ਦਾ ਸਿਰ ਖਾਵੇ, ਮੇਰੀ ਵੋਟ ਕਿੱਧਰ ਘੱਲੀ ਹੈ ਉਹ ਤੇ ਦੱਸੋ। ਸੋ ਹੁਣ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਿਕਲੀਆਂ ਨੇ, ਸ਼ੰਕਾ ਸੰਸਥਾ ਬੜੇ ਵੱਡੇ ਪੱਧਰ ਤੇ, ਅੱਗੇ ਤੇ ਅਸੀਂ ਕਹਿੰਦੇ ਸੀ ਅਰਵਿੰਦ ਕੇਜਰੀਵਾਲ ਐਵੇਂ ਰੌਲਾ ਪਾਈ ਜਾਂਦਾ, ਮਾਇਆਵਤੀ ਰੌਲਾ ਪਾਈ ਜਾਂਦੀ, ਫਲਾਣਾ ਰੌਲਾ ਪਾਈ ਜਾਂਦਾ, ਪਰ ਆਹ ਜਿਹੜੀਆਂ ਚੀਜ਼ਾਂ ਨਿਕਲੀਆਂ ਨੇ, ਪਿੰਡ ਦੇ ਵਿੱਚੋਂ ਆਇਆ ਮਸਲਾ ਸਾਹਮਣੇ, ਉੱਥੇ ਜਿਵੇਂ ਟ੍ਰਾਇਲ ਦੇ ਵਿੱਚ VVPAT ਮਸ਼ੀਨਾਂ ਤੇ ਦੋ ਬਟਨ ਵੱਖੋ ਵੱਖ ਨੱਪਣ ਤੇ ਇੱਕੋ ਕਮਲ ਦੇ ਨਿਸ਼ਾਨ ਨੂੰ ਵੋਟ ਪੈ ਗਈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ EVM ਦੀ ਭਰੋਸੇਯੋਗਤਾ ਨੂੰ ਸੱਟ ਮਾਰਦੀਆਂ ਪਈਆਂ, ਚੋਣ ਕਮਿਸ਼ਨ ਨੂੰ ਕੁਛ ਨਾ ਕੁਛ ਸੋਚਣਾ ਪਊ, ਵਿਚਾਰਨਾ ਪਊ। ਪਰ ਉਹ ਤੋਂ ਪਹਿਲਾਂ, ਕਿਉਂਕਿ ਇਹ ਮੁੱਦਾ ਹਾਈਕੋਰਟ ਤੇ ਸੁਪਰੀਮ ਕੋਰਟ, ਬੰਬੇ ਹਾਈਕੋਰਟ ਤੇ ਸੁਪਰੀਮ ਕੋਰਟ ਦੋਨਾਂ ਦੇ ਵਿੱਚ ਚਲੇ ਗਿਆ, ਕੋਰਟਾਂ ਨੂੰ ਵੇਖਣਾ ਪਵੇਗਾ ਕਿ ਕੀ ਹੁਣ ਇਸ ਮਸਲੇ ਨੂੰ ਇੱਥੇ ਫਿਰ ਹਵਾ 'ਚ ਲਟਕਦਾ ਛੱਡਣਾ ਜਾਂ ਕਿਸੇ ਹੰਨੇ ਬੰਨੇ ਲਾਉਣਾ। ਜੇ ਹਵਾ 'ਚ ਲਟਕਦਾ ਰਹਿ ਗਿਆ ਤੇ ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਸ਼ਿਕਾਇਤਾਂ ਦੀ ਫਿਰ ਭਰਮਾਰ ਹੋ ਜਾਏਗੀ, ਤੇ ਜੇ ਇਤਨਾ ਹੀ ਭਰਮਾਰ ਹੁੰਦੀ ਰਹੀ ਫਿਰ ਇੱਕ ਦਿਨ EVM ਮਸ਼ੀਨਾਂ ਦਾ ਜਿਹੜਾ ਭਰੋਸਾ ਬਿਲਕੁਲ ਮਨਫੀ ਹੋ ਜਾਏਗਾ। ਇਹਦੇ 'ਤੇ ਕੁਛ ਨਾ ਕੁਛ ਅਦਾਲਤਾਂ ਨੂੰ ਸੋਚਣਾ ਪਵੇਗਾ, ਸੋਚਣਾ ਹੀ ਨਹੀਂ ਕੁਛ ਨਾ ਕੁਛ ਤੈਅ ਵੀ ਕਰਨਾ ਪਵੇਗਾ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਦਸੂਹੇ ਨੇੜੇ ਹਾਦਸੇ ਦੇ ਵਿੱਚ 3 ਸਕੂਲੀ ਬੱਚਿਆਂ ਸਮੇਤ 5 ਜਾਣਿਆਂ ਦੀ ਮੌਤ। ਇਹ ਬੜੀ ਸੈਡ ਖਬਰ ਆਈ ਰਾਜਕਰਨਵੀਰ ਸਿੰਘ ਜੀ, ਤੜਕੇ ਤੜਕੇ ਸਾਰਾ ਪੰਜਾਬ ਜਿਹੜਾ ਉਖਲਾ ਉੱਠਿਆ ਜਦੋਂ ਇਹ ਗੱਲ ਸੁਣੀ ਕਿ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਆ। ਜਦੋਂ ਵੀ ਸਕੂਲੀ ਬੱਸ ਦੀ ਕੋਈ ਖਬਰ ਆਉਂਦੀ ਹੈ ਤੇ ਉਸ ਤਰ੍ਹਾਂ ਵੀ ਮਨ ਖਰਾਬ ਹੋ ਜਾਂਦਾ, ਕਿਉਂਕਿ ਮਾਸੂਮ ਸਾਰਿਆਂ ਦੇ ਬੱਚੇ ਹੁੰਦੇ ਆ, ਜ਼ਰੂਰੀ ਨਹੀਂ ਜਿਹਨਾਂ ਦੇ ਢਿੱਡੋਂ ਜੰਮੇ ਆ ਉਹਨਾਂ ਦੇ ਬੱਚੇ ਹੋਣ, ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ। ਇਸ ਘਟਨਾ ਦੇ ਵਿੱਚ
ਜਿਹੜਾ ਬੱਸ ਚਾਲਕ ਸੀ ਸਕੂਲੀ ਬੱਸ ਚਾਲਕ ਸੀ ਉਹਦੀ ਕੋਈ ਬਹੁਤੀ ਗਲਤੀ ਨਜ਼ਰ ਨਹੀਂ ਆਉਂਦੀ। ਸਾਹਮਣੇ ਤੋਂ ਦੱਸਦੇ ਆ ਕਿ ਆਲੂਆਂ ਦਾ ਟਰੱਕ ਭਰਿਆ ਹੁੰਦਾ ਸੀ, ਟਰੱਕ ਵੀ ਆ ਕੀ ਆ ਜਿਹੜੀਆਂ ਹੁੰਦੀਆਂ ਪਿਕਅਪ ਜੀਪਾਂ ਜੀਆਂ, ਉਹਨਾਂ ਨੂੰ ਲਵਾ ਲੈਂਦੇ ਆ ਬਾਡੀ, ਉਹ ਬਾਡੀ ਲਵਾ ਕੇ ਉਹਨੂੰ ਟਰੱਕ ਕਹਿ ਦਿੰਦੇ, ਮਿੰਨੀ ਟਰੱਕ ਕਹਿ ਦਿੰਦੇ ਆ। ਭੱਜਦੀਆਂ ਬਹੁਤ ਨੇ ਉਹ, ਤੇ ਉਹ ਜ਼ਿਆਦਾਤਰ ਸਾਡੇ ਇੱਥੇ ਰਿਵਾਜ਼ ਹੀ ਆ ਕਿ ਹਰੇਕ ਚੀਜ਼ ਓਵਰਲੋਡ ਹੁੰਦੀ ਆ, ਜਿੰਨਾ ਤੈਅ ਹੁੰਦਾ ਵਜ਼ਨ ਉਹਦੇ ਤੋਂ ਵੱਧ ਪਾਉਂਦੇ ਆ ਵੱਧ ਕਮਾਈ ਦੇ ਚੱਕਰ ਚ। ਚਲੋ ਖੈਰ ਉਹ ਵੱਖਰਾ ਵਿਸ਼ਾ, ਪਰ ਇਹ ਜੋ ਉੱਥੇ ਹਾਦਸਾ ਹੋਇਆ ਦਸੂਏ ਦੇ ਲਾਗੇ ਪਿੰਡ ਆ ਕੋਈ ਤਲਵਾੜੇ ਤੇ ਦਸੂਏ ਦੇ ਵਿਚਾਲੇ ਸਿੰਘਪੁਰ, ਉੱਥੇ ਜਿਹੜੇ ਹੋਇਆ ਕੈਂਬਰਿਜ ਸਕੂਲ ਸੀਗਾ ਉਹਦੇ ਚ ਬੱਚੇ ਜਾ ਰਹੇ ਸਨ, ਤਿੰਨ ਬੱਚੇ ਮਰੇ ਆ, ਦੋ ਹੋਰ ਵਿਅਕਤੀ ਮੇਰੇ ਖਿਆਲ ਦੇ ਨਾਲ ਦੋਨੇ ਡਰਾਈਵਰ ਆ ਜਿਹੜੇ ਸ਼ਾਇਦ ਉਹ ਮਰੇ ਆ ਜਾਂ ਕੋਈ ਹੋਰ ਵੀ ਆਇਆ ਚਪੇੜ ਦੇ ਵਿੱਚ, ਇਹਦਾ ਪਤਾ ਨਹੀਂ। ਪਰ ਇਹ ਤੋਂ ਵੀ ਇੱਕ ਮਾੜੀ ਘਟਨਾ ਇਹ ਵਾਪਰ ਗਈ ਕਿ ਇੱਕ ਮਾਂ ਦੇ ਬੱਚੇ ਇਸੇ ਤਰ੍ਹਾਂ ਇਸੇ ਸਕੂਲ ਦੇ ਵਿੱਚ ਇਸੇ ਪ੍ਰਕਾਰ ਦੀ ਇੱਕ ਵੈਨ ਦੇ ਵਿੱਚ ਸਵਾਰ ਹੋ ਕੇ ਗਏ ਸੀ। ਜਦੋਂ ਕਿਸੇ ਆ ਕੇ ਬੰਦੇ ਨੇ ਉਹਨੂੰ ਕਿਹਾ ਕਿ ਕੈਂਬਰਿਜ ਸਕੂਲ ਚ ਗਈ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਜਵਾਕ ਮਰ ਗਿਆ, ਉਸ ਮਾਂ ਨੂੰ ਦਿਲ ਦਾ ਦੌਰਾ ਪਿਆ, ਥਾਂ ਹੀ ਖਿੱਤੀ ਹੋ ਗਈ, ਥਾਂ ਹੀ ਫੌਤ ਹੋ ਗਈ ਜੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਸ ਮਾਂ ਦੇ ਬੱਚੇ ਸਨ ਜਿਹੜੇ ਸੁਰੱਖਿਅਤ ਸੀ ਉਹ ਦੂਜੀ ਵੈਨ ਦੇ ਵਿੱਚ ਸਨ, ਪਰ ਘਰ ਤੇ ਉਹਨਾਂ ਦਾ ਵੀ ਉਜੜ ਗਿਆ, ਉਹਨਾਂ ਬੱਚਿਆਂ ਦੀ ਮਾਂ ਚਲੇ ਗਈ, ਉਹ ਬੱਚੇ ਬਚ ਗਏ। ਸੋ ਹੁਣੀ ਉੱਥੇ ਵੀ ਜਾ ਕੇ ਕਹਿਰ ਬਰਪਾ ਗਈ, ਬਹੁਤ ਕਹਿਰਵਾਨ ਖਬਰ ਆ। ਬਾਕੀ ਰਾਜਕਰਨਵੀਰ ਸਿੰਘ ਜੀ ਦੇਖੋ ਇਹ ਜਿਹੜੇ ਹਾਦਸੇ ਆ, ਅਸੀਂ ਅੱਗੇ ਦੇਖਿਓ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ, ਮੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬੱਸ ਨਾਲੇ ਚ ਡਿੱਗ ਪਈ ਸੀ, ਫਿਰ ਉਸ ਤੋਂ ਬਾਅਦ ਗੁਰਦਾਸਪੁਰ ਚ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ, ਆ ਹੁਣ ਇੱਥੇ ਵਾਪਰ ਗਈ। ਹਰੇਕ ਸਾਲ ਦੇ ਵਿੱਚ ਇਸ ਤਰ੍ਹਾਂ ਦੀਆਂ 5-6 ਘਟਨਾਵਾਂ ਵੱਡੀਆਂ ਵਾਪਰਦੀਆਂ ਪੰਜਾਬ ਦੇ ਵਿੱਚ, ਔਰ ਇਹ ਓਨਾ ਚਿਰ ਵਾਪਰਦੀਆਂ ਹੀ ਰਹਿਣਗੀਆਂ ਜਿੰਨਾ ਚਿਰ ਸਾਡਾ ਕੋਈ ਸਰਕਾਰੀ ਸਕੂਲਾਂ ਦਾ ਪ੍ਰਬੰਧ ਵਧੀਆ ਨਹੀਂ ਹੁੰਦਾ, ਢਾਂਚਾ ਵਧੀਆ ਨਹੀਂ ਹੁੰਦਾ। ਤਾਂ ਕਾਰਨ ਇਹ ਆ ਕਿ ਨਿੱਜੀ ਸਕੂਲਾਂ ਦੇ ਵਿੱਚ ਬੱਚੇ ਆ ਜਿਹੜੇ ਬਹੁਤ ਬਹੁਤ ਜ਼ਿਆਦਾ ਜਾ ਰਹੇ ਆ। ਸਾਡੇ ਅੱਜ ਦੇ ਅੰਕੜੇ ਆ ਕਿ 2011 ਤੋਂ 2016 ਤੱਕ 2,00,000 ਬੱਚਾ ਜਿਹੜਾ ਸਰਕਾਰੀ ਸਕੂਲ ਛੱਡ ਕੇ, ਤੇ ਉਹਨਾਂ ਚੋਂ 1,20,000 ਬੱਚਾ ਜਿਹੜਾ ਨਿੱਜੀ ਸਕੂਲਾਂ 'ਚ ਚਲੇ ਗਿਆ। ਜੇ ਇਸ ਤਰ੍ਹਾਂ ਦੇ ਹਾਦਸੇ, ਕਿਉਂਕਿ ਇਸ ਤਰ੍ਹਾਂ ਦੇ ਹਾਦਸੇ ਟਲਣੇ ਇਸ ਕਰਕੇ ਨਹੀਂ ਕਿਉਂਕਿ ਕੁਛ ਮਾਮਲਿਆਂ 'ਚ ਇਹ ਜਿਹੜੀਆਂ ਸਕੂਲੀ ਵੈਨਾਂ ਦੇ ਚਾਲਕ ਆ ਉਹ ਲਾਪਰਵਾਹੀ ਕਰ ਦਿੰਦੇ ਆ, ਜਾਂ ਉਹਨਾਂ ਤੋਂ ਕੋਈ ਗਲਤੀ ਰਹਿ ਜਾਂਦੀ ਹੈ, ਜਾਂ ਉਹ ਸਹੀ ਹੋਣ ਤੇ ਅੱਗੋਂ ਕੋਈ ਗਲਤ ਬੰਦਾ ਆ ਜਾਂਦਾ, ਉਹ ਤਬਾਹੀ ਬਣ ਕੇ ਆ ਜਾਂਦਾ। ਸੋ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਜਿੰਨੇ ਵੇਖਿਆ ਬੱਚੇ ਪੜ੍ਹਦੇ, ਉਹਨਾਂ 'ਚ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਪਿੰਡਾਂ ਦੇ ਵਿੱਚ ਸਕੂਲ ਹੈ ਬਹੁਤੇ, ਔਰ ਜੇ ਸ਼ਹਿਰਾਂ ਦੇ ਵਿੱਚ ਵੀ ਹੈ ਤਾਂ ਉਹ ਭੀੜ ਭੜੱਕੇ ਵਾਲੇ ਇਲਾਕੇ 'ਚ ਨਹੀਂ, ਬਾਹਰਲੇ ਇਲਾਕਿਆਂ 'ਚ ਨੇ। ਸੋ ਇਸ ਤਰ੍ਹਾਂ ਦੇ ਹਾਦਸੇ ਆ ਜਿਹੜੇ ਸਰਕਾਰੀ ਸਕੂਲ, ਜੇ ਆਪਾਂ ਇੰਪਰੂਵ ਕਰ ਲਈਏ ਸਰਕਾਰੀ ਸਕੂਲਾਂ ਦਾ ਪ੍ਰਬੰਧ ਢਾਂਚਾ ਠੀਕ ਕਰ ਲਈ, ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਬਹੁਤ ਜ਼ਿਆਦਾ ਘਟਾਏ ਜਾ ਸਕਦੇ ਆ। ਜਿੰਨੇ ਸਕੂਲ ਨਿੱਜੀ ਜ਼ਿਆਦਾ ਹੋਣਗੇ ਉਨੇ ਇਸ ਤਰ੍ਹਾਂ ਦੇ ਹਾਦਸੇ ਵਧਣਗੇ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ, ਜਿੰਨਾ ਮਰਜ਼ੀ ਕੋਈ ਰੌਲਾ ਪਾ ਲਵੇ, ਇਸ ਤਰ੍ਹਾਂ ਇਹ ਹਾਦਸੇ ਰੁਕਣੇ ਨਹੀਂ ਗਏ ਜੀ। ਜੀ ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਗਿਆਨੀ ਗੁਰਬਚਨ ਸਿੰਘ ਹੁਣਾਂ ਨੇ ਆਖਿਆ ਵੀ ਜੇ ਕਿਸੇ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਰਕੇ ਬੇਅਦਬੀ ਹੋਈ ਤਾਂ ਉਹਨਾਂ ਨੂੰ ਮੁੜ ਸਰੂਪ ਨਹੀਂ ਦਿੱਤੇ ਜਾਣਗੇ। ਦੇਖੋ ਕੁਛ ਨਾ ਕੁਛ ਤੇ ਸਖਤ ਕਰਨਾ ਪਵੇਗਾ। ਬੇਅਦਬੀ ਦੀਆਂ ਘਟਨਾਵਾਂ ਸਰਕਾਰ ਬਦਲੀ ਤੋਂ ਬਾਅਦ ਵੀ ਚੱਲਦੀਆਂ ਪਈਆਂ, ਨਿਰੰਤਰ ਚੱਲਦੀਆਂ ਪਈਆਂ, ਮਾਨਕਪੁਰੇ ਦੇ ਵਿੱਚ ਹੋ ਗਈ, ਲੁਧਿਆਣੇ ਦੇ ਵਿੱਚ ਹੋ ਗਈ, ਚਲੋ ਇਹ ਹੋ ਗਈਆਂ ਜਿਹੜੀਆਂ ਇੱਥੇ ਰੁਕ ਜਾਣ ਅੱਗੇ ਨਾ ਹੋਣ। ਪਰ ਜਿਹੜੀ ਮਾਨਕਪੁਰ ਦੇ ਵਿੱਚ ਘਟਨਾ ਵਾਪਰੀ ਸੀ ਉਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜੀ। ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਬੰਦੇ ਨੇ ਬੇਅਦਬੀ ਕੀਤੀ, ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 6 ਅੰਗ ਜਿਹੜੇ ਪਾੜੇ, ਉਹ ਬੰਦਾ ਖੁਦ ਗੁਰਦੁਆਰਾ ਕਮੇਟੀ ਦਾ ਮੈਂਬਰ ਸੀ। ਉਂਝ ਸਾਡੇ ਵਿੱਚ ਸਿੱਖਾਂ ਦੇ ਆਗੂ ਝੱਟ ਦੇ ਨਹੀਂ ਕਹਿ ਦਿੰਦੇ ਕਿ ਫਲਾਣਾ ਵੀ ਬੰਦਾ ਆਰ ਐਸ ਐਸ ਦਾ, ਫਲਾਣਾ ਵੀ ਏਜੰਸੀਆਂ ਨੇ ਛੱਡਿਆ, ਇਹ ਕੰਮ ਏਜੰਸੀਆਂ ਦਾ। ਗੁਰਦੁਆਰੇ ਕਮੇਟੀ ਦਾ ਖੁਦ ਦਾ ਮੈਂਬਰ ਹੈ ਜਿਹੜਾ, ਉਹ ਇਹੋ ਜਿਹੀ ਘਿਨਾਉਣੀ ਹਰਕਤ ਕਰਦਾ ਪਿਆ, ਕੀ ਕਰੋਗੇ ਤੁਸੀਂ, ਦੂਜੇ ਤੇ ਦੋਸ਼ ਕੀ ਲਾਓਗੇ। ਇਸ ਬੰਦੇ ਨੇ ਇਸ ਕਰਕੇ ਬੇਅਦਬੀ ਕੀਤੀ ਕਿਉਂਕਿ ਇਹਦੀ ਕਿਰਤ ਸੀ ਗ੍ਰੰਥੀ ਦੇ ਨਾਲ, ਗ੍ਰੰਥੀ ਤੇ ਗ੍ਰੰਥੀ ਦੀ ਕਰਦੀ ਦੇ ਨਾਲ ਲੜਾਈ ਹੋਈ ਸੀ, ਉਹਨਾਂ ਨੂੰ ਫਸਾਉਣ ਲਈ ਇਸ ਬੰਦੇ ਨੇ ਬੇਅਦਬੀ ਨੂੰ ਅੰਜਾਮ ਦੇ ਦਿੱਤਾ। ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਨੇ। ਇੱਕ ਵਾਰੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਦੀ ਬੇਅਦਬੀ ਵਾਪਰੀ ਸੀਗੀ, ਔਰ ਉਹਦੇ 'ਚ ਜਿਹੜਾ ਮੁਲਜ਼ਮ ਫੜਿਆ ਗਿਆ ਸੀਗਾ ਉਹ ਐਸ ਜੀ ਪੀ ਸੀ ਦਾ ਕਰਮਚਾਰੀ ਸੀ, ਔਰ 8 ਦਫ਼ਾ ਪਹਿਲਾਂ ਉਹ ਸਸਪੈਂਡ ਵੀ ਹੋਇਆ ਹੋਇਆ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਮਸਲੇ ਆ ਇਹ ਬੜੇ ਗੰਭੀਰ ਆ, ਗੁੰਝਲਦਾਰ ਆ, ਕੁਛ ਨਾ ਕੁਛ ਤੇ ਸਖਤਾਈ ਕਰਨੀ ਪਵੇਗੀ, ਸੋਚਣਾ ਪਵੇਗਾ। ਅੱਜ ਇਹਨਾਂ ਨੇ
ਇਹ ਗੁਰਮਤਾ ਜਾਰੀ ਕੀਤਾ ਕਿ ਭਾਈ ਜੇ ਕੋਈ ਅਣਗਹਿਲੀ ਪਾਈ ਜਾਂਦੀ ਹੈ ਕਿਸੇ ਗੁਰਦੁਆਰੇ ਦੇ ਵਿੱਚ ਜਾਂ ਗੁਰਦੁਆਰੇ ਕਮੇਟੀ ਦੇ ਵਿੱਚ ਜਾਂ ਪ੍ਰਬੰਧਕਾਂ ਦੀ ਕੋਈ ਇਸ ਤਰ੍ਹਾਂ ਦੀ ਉਣਤਾਈ ਸਾਹਮਣੇ ਆ ਜਾਂਦੀ ਹੈ ਤਾਂ ਉਸ ਗੁਰੂ ਘਰ ਨੂੰ ਦੁਬਾਰਾ ਸਰੂਪ ਨਹੀਂ ਦਿੱਤੇ ਜਾਵੇਗਾ। ਮੇਰੇ ਖਿਆਲ ਦੇ ਨਾਲ ਚੰਗਾ, ਚਲੋ ਥੋੜੀ ਜ਼ਿੰਮੇਵਾਰੀ ਵਧੇਗੀ। ਨਾਲ ਇਹਨਾਂ ਨੇ ਕਿਹਾ ਕਿ ਭਾਈ ਗ੍ਰੰਥੀ ਹੈ ਜਿਹੜੇ ਉਹ ਪੜ੍ਹੇ ਲਿਖੇ ਰੱਖੋ ਔਰ ਉਹਨਾਂ ਨੂੰ ਚੰਗੀ ਤਨਖਾਹ ਦਿਓ ਤੇ ਗੁਰੂ ਘਰ ਵਿੱਚ ਨਾਲ ਲੰਗਰ ਤੇ ਨਾਲ ਕੋਈ ਦੋ ਚਾਰ ਬੰਦਿਆਂ ਦੀ ਰਿਹਾਇਸ਼, ਜਿਹੜੇ ਕਿ ਰਾਹਗੀਰ ਹੁੰਦੇ ਆ ਜਾਂ ਕੋਈ ਹੋਰ ਆਏ ਗਏ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਕਰੋ। ਵੀ ਠੀਕ ਆ ਕਿ ਦੋ ਚਾਰ ਬੰਦਿਆਂ ਦਾ ਉਹ ਪ੍ਰਬੰਧ ਹੈ ਜਿਹੜਾ ਹੋਣਾ ਚਾਹੀਦਾ ਕਿਸੇ ਨਿਆਸਰੇ ਨੂੰ ਆਸਰਾ ਜਿਹੜਾ ਗੁਰੂ ਘਰ ਚੋਂ ਮਿਲਦੇ ਰਹਿਣਾ ਚਾਹੀਦਾ। ਪਰ ਆ ਜਿਹੜੀ ਗ੍ਰੰਥੀ ਸਿੰਘ ਵਾਲੀ ਗੱਲ ਹੈ ਨਾ, ਠੀਕ ਹੈ ਗ੍ਰੰਥੀ ਪੜ੍ਹੇ ਲਿਖੇ ਵੀ ਹੋਣੇ ਚਾਹੀਦੇ ਆ, ਔਰ ਆ ਜਿਹੜਾ ਤਨਖਾਹ ਵਾਲਾ ਮੁੱਦਾ ਹੁਣ ਚੁੱਕ ਰਹੇ ਆ, ਇਹਨਾਂ ਨੂੰ ਬਹੁਤ ਸਮਾਂ ਪਹਿਲਾਂ ਚੁੱਕਣਾ ਚਾਹੀਦਾ ਸੀ। ਇਹਨਾਂ ਨੂੰ ਤਨਖਾਹ ਨਿਸ਼ਚਿਤ ਕਰਨੀਆਂ ਚਾਹੀਦੀਆਂ ਸੀ। ਗ੍ਰੰਥੀਆਂ ਦੇ ਬੱਚੇ ਅੱਜ ਜਿਵੇਂ ਪੜ੍ਹਦੇ ਹੋ, ਜਿਵੇਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹ ਇੱਥੇ ਰਹਿ ਕੇ ਪਤਾ ਲੱਗਦਾ ਪੰਜਾਬ ਦੇ ਵਿੱਚ ਕਿ ਇੱਕ ਗ੍ਰੰਥੀ ਨੂੰ ਕਿੰਨੀ ਕੁ ਮਾਇਕ ਆਮਦਨ ਹੁੰਦੀ ਹੈ ਤੇ ਕਿੰਨੀਆਂ ਉਹਦੀਆਂ ਜ਼ਰੂਰਤਾਂ ਹੁੰਦੀਆਂ, ਕਿਵੇਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਪੜ੍ਹਾਉਂਦੇ ਕੀ ਬਹੁਤੇ ਵਿਚਾਰੇ 8-10 ਕਰਾ ਕੇ ਉਸੇ ਕੰਮ 'ਚ ਹੀ ਲਾ ਲੈਂਦੇ ਕਿ ਚਲੋ ਗਾਂ ਮੈਂ ਮੰਜੇ ਤੇ ਬਹਿਜੂ ਤੇ ਇਹ ਇਸ ਤਰ੍ਹਾਂ ਜੀਵਨ ਰੇੜਨ ਦਾ ਕੋਈ ਸਾਧਨ ਬਣਾ ਲੂਗਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਤੇ ਪਹਿਲਾਂ ਸੋਚਣੀਆਂ ਵਿਚਾਰਨੀਆਂ ਚਾਹੀਦੀਆਂ ਸੀ, ਫਿਰ ਵੀ ਦੇਰ ਆਈ ਦਰੁਸਤ ਆਈ। ਇਹਦੇ ਨਾਲ ਇਹ ਵੀ ਹੋਣਾ ਚਾਹੀਦਾ ਕਿ ਗ੍ਰੰਥੀ ਹੋਰ ਕੋਈ ਕੰਮ ਨਾ ਕਰੇ। ਅਕਸਰ ਰਾਜਕਰਮਵੀਰ ਸਿੰਘ ਜੀ ਅਸੀਂ ਇਹ ਵੇਖਿਆ ਕਿ ਗ੍ਰੰਥੀ ਸਿੰਘ ਨੂੰ ਮਜਬੂਰੀ ਹੁੰਦੀ ਹੈ, ਉਹ ਸਵੇਰੇ ਸ਼ਾਮ ਜੋ ਨਿਤਨੇਮ ਹੁੰਦਾ ਉਹ ਨਿਪਟਾ ਕੇ ਉਸ ਤੋਂ ਬਾਅਦ ਕੋਈ ਸਾਈਡ ਤੇ ਕੰਮ ਵੀ ਕਰਦਾ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਉਧਰ ਵੀ ਹੱਥ ਪੱਲਾ ਮਾਰ ਲਾ, ਮੇਰਾ ਹੱਥ ਥੋੜਾ ਸੌਖਾ ਹੋ ਜਾਊ। ਜੇ ਚੰਗੀ ਤਨਖਾਹ ਹੋਵੇ, ਚੰਗੀ ਉਹਦੀ ਇੱਥੋਂ ਮਾਇਕ ਆਮਦਨ ਹੋਵੇ, ਤੇ ਮੇਰੇ ਖਿਆਲ ਦੇ ਨਾਲ ਉਹ ਜਿਹੜਾ ਆਸੇ ਪਾਸੇ ਜਾਂਦਾ ਉਹ ਆਵਾਜਾਈ ਉਹਦੀ ਬੰਦ ਹੋ ਜੂਗੀ। ਜੇ 24 ਘੰਟੇ ਉਹ ਆਪਣੀ ਡਿਊਟੀ ਤੇ ਹਾਜ਼ਰ ਰਹੇ, ਤੇ ਇਹੋ ਜਿਹੀਆਂ ਘਟਨਾਵਾਂ ਜਿਹੜੀ ਕਿ ਕੱਲ ਮਾਣਕਪੁਰ ਦੇ ਵਿੱਚ ਵਾਪਰ ਗਈ ਕਿ ਗੁਰਦੁਆਰੇ ਦੇ ਵਿੱਚ ਵੜ ਕੇ ਹੀ ਸਾਰਾ ਕੁਛ ਕਰ ਗਿਆ, ਅੱਜ ਇੱਕ ਹੋਰ ਜਗੋਂ ਤੇਰਵੀਂ ਹੋ ਗਈ ਕੋਟਕਪੁਰੇ ਦੇ ਲਾਗੇ ਪਿੰਡ ਆ ਜਾਣ ਵਾਲਾ, ਉੱਥੇ ਇੱਕ ਅਕਾਲੀ ਸਾਬਕਾ ਸਰਪੰਚ ਹੈ ਜਿਹੜਾ ਅੰਦਰ ਦੱਸਦੇ ਕਿ ਦਾਰੂ ਦੂਰੂ ਪੀ ਕੇ ਉਹ ਅਨਾਊਂਸਮੈਂਟ ਹੀ ਕਰ ਗਿਆ ਤੇ ਗਾਲਾਂ ਕੱਢ ਗਿਆ ਆਪਣੀ ਦੂਜੀ ਧਿਰ ਨੂੰ, ਗੰਦੀਆਂ ਗਾਲਾਂ ਕੱਢ ਗਿਆ ਸਪੀਕਰ ਦੇ ਵਿੱਚ। ਹੁਣ ਉੱਥੇ ਵੀ ਦੇਖੋ ਕਿ ਉੱਥੇ ਗ੍ਰੰਥੀ ਕਿੱਥੇ ਹੋਏਗਾ, ਜੇ ਸੀ ਤੇ ਉਹਨੇ ਸਭ ਕੁਛ ਕਿਉਂ ਹੋਣ ਦਿੱਤਾ। ਸੋ ਇਹ ਜ਼ਿੰਮੇਵਾਰੀ ਤੈਅ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਪਰ ਉਹਨਾਂ ਦੀ ਡਿਊਟੀ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਜਾਵੇ। ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਨਾ ਦੇਣ ਦਾ ਫੈਸਲਾ ਠੀਕ ਆ, ਪਰ ਇਹਦੇ ਨਾਲ ਨਾਲ ਜਿਹੜੇ ਘਰਾਂ 'ਚ ਆ ਜਾਂ ਹੋਰ ਗੁਟਕਿਆ ਸਾਹਿਬ ਆ ਜਾਂ ਹੋਰ ਪੋਥੀਆਂ ਨੇ, ਵੱਖ ਵੱਖ ਕਿਸਮ ਦੇ ਧਾਰਮਿਕ ਗ੍ਰੰਥ ਨੇ, ਉਹਨਾਂ ਨੂੰ ਵੀ ਰਿਕਾਰਡ 'ਚ ਲਿਆਉਣਾ ਚਾਹੀਦਾ। ਇਹ ਸਾਰਾ ਕੁਛ ਕਰ ਲੈਣਾ ਚਾਹੀਦਾ, ਜਲਦੀ ਜਲਦੀ ਇਹਨਾਂ 'ਤੇ ਕੋਈ ਨਾ ਕੋਈ ਗਾਈਡਲਾਈਨ ਬਣਾਉਣੀ ਚਾਹੀਦੀ ਹੈ, ਕੋਈ ਨਾ ਕੋਈ ਵਿਚਾਰ ਕਰਕੇ ਕੋਈ ਨਾ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਇੱਕ ਧਾਮ ਇੱਥੇ ਰੁਕ ਜਾਣ, ਨਹੀਂ ਤੇ ਇਹ ਜਿਹੜਾ ਸਿਲਸਿਲਾ ਹੈ ਇਹ ਰੁਕੇਗਾ ਨਹੀਂ, ਤੇ ਕਿਤੇ ਨਾ ਕਿਤੇ ਇਹ ਸਿਲਸਿਲਾ ਫਿਰ ਹੋ ਸਕਦਾ ਕੋਈ ਹੋਰ ਖਤਰਨਾਕ ਮੋੜ ਮੁੜ ਜਾਵੇ, ਉਹ ਮੋੜ ਮੁੜ ਜਾਵੇ ਉਸ ਤੋਂ ਪਹਿਲਾਂ ਅਸੀਂ ਇਹਨੂੰ ਮੋੜਾ ਪਾ ਲਈਏ ਤੇ ਬਿਹਤਰ ਆ, ਬਿਹਤਰ ਰਹੇਗਾ। ਜੀ ਜੀ ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ, ਇੱਕ ਔਰਤ ਨੇ ਪੁਲਿਸ ਤੇ ਲਾਇਆ ਬੇ ਇੰਤਹਾ ਤਸ਼ੱਦਦ ਕਰਨ ਦਾ ਦੋਸ਼। ਦੇਖੋ ਪੰਜਾਬ ਪੁਲਿਸ ਦੀ ਜਿਹੜੀ ਮਾਨਸਿਕਤਾ ਨਾ, ਰਾਜਕਰਨਵੀਰ ਸਿੰਘ ਜੀ, ਇਹ ਦਿਨੇ ਤੇ ਦੇਵ ਪੁਰਸ਼ ਵਾਲੀ ਹੁੰਦੀ ਆ, ਰਾਤ ਨੂੰ ਦੈਂਤ ਵਾਲੀ ਬਣ ਜਾਂਦੀ ਆ। ਜਿਹੜੇ ਜਿਹੜੇ ਬੰਦਿਆਂ ਨੇ ਥਾਣੇ 'ਚ ਕਿਤੇ ਰਾਤ ਕੱਟੀ ਹੋਏਗੀ, ਉਹ ਇਸ ਮਾਨਸਿਕਤਾ ਤੋਂ ਭਲੀ ਭਾਂਤ ਵਾਕਫ ਹੋਣਗੇ ਕਿ ਦਿਨੇ ਇਹ ਬਿਲਕੁਲ ਦੇਵ ਪੁਰਸ਼ ਲੱਗਦੇ ਆ, ਕੱਛਾਂ 'ਚ ਹੱਥ ਲੈ ਕੇ ਤੁਰੇ ਫਿਰਦੇ ਆ, ਪਰ ਰਾਤ ਨੂੰ ਇਹਨਾਂ ਦੇ ਵਿੱਚ ਪਤਾ ਨੀ ਕਿਹੜੇ ਦੈਤੀ ਰੂਪ ਪ੍ਰਵੇਸ਼ ਕਰ ਜਾਂਦੀ ਹੈ। ਇਹ ਘਟਨਾ ਜਿਹੜੀ ਵਾਪਰੀ ਆ ਇਹ ਵੀ ਇਹੋ ਜਿਹੀ ਆ। ਨੂਰ ਮਹਿਲ ਹੈ ਜਲੰਧਰ ਦੇ ਲਾਗੇ, ਜਿੱਥੇ ਬਾਬਾ ਵੀ ਲੱਗਾ ਫਰਿੱਜ ਦੇ ਵਿੱਚ, ਉੱਥੋਂ ਦੀ ਘਟਨਾ ਇਹ। ਬੀਬੀ ਝੁੱਗੀ ਝੋਪੜੀ 'ਚ ਰਹਿੰਦੀ ਸੀਗੀ, ਦਾ ਗੁਜ਼ਰ ਬਸਰ ਕਰਦੇ ਸਨ ਝੁੱਗੀਆਂ 'ਚ ਰਹਿ ਕੇ। ਬੀਬੀ ਦੱਸਦੀ ਹੈ ਕਿ ਇੱਕ ਦਿਨ ਅਸੀਂ ਪਏ ਸਾਂ ਤੇ ਆਂਢ ਗੁਆਂਢ ਕੋਈ ਕੁੜੀ ਰਾਤ ਨੂੰ ਕਿਸੇ ਮੁੰਡੇ ਦੇ ਨਾਲ ਘਰੋਂ ਭੱਜ ਗਈ। ਉਹ ਘਰ ਵਾਲੇ ਨੂੰ ਪਤਾ ਲੱਗਿਆ, ਉਹਨਾਂ ਨੇ ਪਿੱਛਾ ਕੀਤਾ, ਮੁੰਡਾ ਤੇ ਕੁੜੀ ਨੂੰ ਛੱਡ ਕੇ ਉੱਥੋਂ ਨਿਕਲ ਲਿਆ, ਤੇ ਉਹ ਜਿਹੜੀ ਕੁੜੀ ਸੀ ਉਹ ਅੱਬੜ ਵਾਏ ਇਹਨਾਂ ਦੇ ਘਰੇ ਵੜ ਗਈ, ਇਹਨਾਂ ਦੀ ਝੁੱਗੀ 'ਚ ਆ ਗਈ ਜੀ, ਮੈਨੂੰ ਮਾਰ ਨਾ ਦੇਣ। ਉਹ ਜਿਹੜੇ ਘਰ ਵਾਲੇ ਸੀ ਉਹਨਾਂ ਨੇ ਕੁੜੀ ਤੋਂ ਕੁਛ ਨੀ ਆਖਿਆ, ਉਹ ਇਹਨਾਂ ਦੇ ਦੁਆਲੇ ਹੋ ਗਏ ਕਿ ਸਾਡੀ ਕੁੜੀ ਨੂੰ ਤੁਸੀਂ ਭਜਾਇਆ, ਤੁਸੀਂ ਭਜਾਉਣ 'ਚ ਸ਼ਾਮਲ ਹੋ। ਇਹਨਾਂ ਨੇ ਬੜੀ ਹਾਲ ਪਾਰਿਆ ਕੀਤੀ ਕਿ ਇਹੋ ਜਿਹੀ ਗੱਲ ਨੀ, ਕੁੜੀ ਆਪਣੇ ਆਪ ਆਈ ਹੈ, ਕੁੜੀ ਨੂੰ ਪੁੱਛ ਲਓ ਤੁਸੀਂ। ਪਰ ਉਹਨਾਂ ਨੇ ਗੱਲ ਨੀ ਮੰਨੀ, ਉਹਨਾਂ ਨੇ ਪਹਿਲਾਂ ਤੇ ਇਹਨਾਂ ਨੂੰ ਆਪ ਕੁੱਟਿਆ ਮਾਰਿਆ ਤੇ ਮੁੜ ਕੇ ਉਹ ਥਾਣੇ ਫੜਾਤਾ। ਥਾਣੇ ਦੱਸਦੇ ਕਿ ਰਾਤ ਨੂੰ ਉਸ ਵੇਲੇ ਜਿਹੜੇ ਡਿਊਟੀ ਦੇ ਮੁਲਾਜ਼ਮ ਸਨ ਉਹ ਸ਼ਰਾਬੀ ਸੀ। ਔਰ ਇਹ ਬੀਬੀ ਦੱਸਦੀ ਹੈ, ਇਹਦਾ ਨਾਂ ਤੇ ਹੁਣ ਆਪਾਂ ਕੱਲ੍ਹ ਨੂੰ ਚਲੋ ਵਿਚਾਰੀ ਦਾ ਲੈਣਾ,
ਜੀ ਇਹ ਬੀਬੀ ਦੱਸਦੀ ਆ ਕਿ ਰਾਤ ਨੂੰ ਮੇਰੇ ਗੁਪਤੰਗਾ ਤੇ ਪਹਿਲਾਂ ਤੇ ਕਰੰਟ ਲਾਇਆ ਗਿਆ, ਫਿਰ ਜੇ ਪਿਸ਼ਾਬ ਕਰਨ ਗਈ ਤੇ ਪਿਸ਼ਾਬ ਦੇ ਵਿੱਚ ਵੀ ਕਰੰਟ ਛੱਡਿਆ ਗਿਆ। ਇੱਥੋਂ ਤੱਕ ਉਹ ਕਹਿੰਦੀ ਹੈ ਕਿ ਮੈਨੂੰ ਗੋਤੇ ਦਿੱਤੇ ਗਏ ਪਾਣੀ ਦੇ ਵਿੱਚ, ਔਰ ਤਸ਼ੱਦਦ ਦਾ ਸ਼ਿਕਾਰ ਤੇ ਇਹ ਬੀਬੀ ਹੋਈ ਆ। ਜੀ ਚਲੋ ਮਾੜੀ ਮੋਟੀ ਕੋਈ ਬੰਦਾ ਗੱਲ ਵਧਾ ਚੜਾ ਕੇ ਕਰ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਦੋਂ ਕਿਸੇ ਨੂੰ ਗੁੱਸਾ ਹੋਵੇ ਤੇ ਉਹਦਾ ਕੋਈ ਦਾਅ ਫੱਬਿਆ ਹੋਵੇ ਉਹ ਦੋ ਚਾਰ ਵਧਾ ਕੇ ਵੀ ਕਰਦਾ, ਪਰ ਜੋ ਇਹਦੀ ਹਾਲਤ ਹੈ ਬੀਬੀ ਦੀ, ਕੋਈ ਪੱਤਰਕਾਰ ਜਾਂਦਾ ਤੇ ਇਹ ਤਰਾਹ ਤਰਾਹ ਕਰਦੀ ਹੈ, ਉਦੋਂ ਜਿੱਦਾਂ ਬੰਦਾ ਡਰਿਆ ਹੁੰਦਾ ਸਹਿਮਿਆ ਹੁੰਦਾ ਕਿ ਮੇਰਾ ਕੋਈ ਕਸੂਰ ਨਹੀਂ ਜੀ, ਮੈਨੂੰ ਨਾ ਮਾਰਿਓ ਮੈਨੂੰ ਨਾ ਮਾਰਿਓ, ਅਪਸੈਟ ਹੋਈ ਪਈ ਹੈ ਬੀਬੀ। ਇਹ ਡਰਦੇ ਉੱਥੇ ਦਾਖਲ ਵੀ ਨਹੀਂ ਹੋਏ, ਦਾਖਲ ਇੱਥੇ ਆ ਕੇ ਮਖੂ ਹੋਏ ਜਿੱਥੇ ਇਹਦੇ ਬੀਬੀ ਦੇ ਪੇਕੇ ਸੀਗੇ। ਮਖੂ ਵਾਲੇ ਡਾਕਟਰਾਂ ਨੇ ਕੀ ਕੀਤਾ ਕਿ ਇਹਨੂੰ ਜੀਰੇ ਭੇਜਤਾ, ਜੀਰੇ ਵਾਲਿਆਂ ਨੇ ਫੇਰ ਵਾਪਸ ਮਖੂ ਭੇਜਤਾ। ਮਖੂ ਵਾਲੇ ਡਾਕਟਰ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤਮਾਸ਼ਾ ਕੀ ਬਣਾ ਰੱਖਿਆ ਤੁਸੀਂ, ਏਡਾ ਕਹਿਰ ਵਰਤਿਆ ਇਸ ਬੀਬੀ ਦੇ ਨਾਲ, ਤੁਸੀਂ ਇਹਨੂੰ ਕਦੇ ਉਧਰ ਤੋਰ ਦਿੰਦੇ ਹੋ ਕਦੇ ਉਧਰ ਤੋਰ ਦਿੰਦੇ ਹੋ। ਉਹ ਕਹਿੰਦੇ ਜੀ ਸਾਡੇ ਕੋਲ ਲੇਡੀ ਡਾਕਟਰ ਹੈ ਨੀ, ਅਸੀਂ ਕੀ ਕਰੀਏ। ਦੇਖੋ ਸਰਕਾਰੀ ਹਸਪਤਾਲ ਚ ਲੇਡੀ ਡਾਕਟਰ ਹੈ ਨੀ। ਹੁਣ ਇਸ ਬੀਬੀ ਨੂੰ ਮੇਰੇ ਖਿਆਲ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਐਡਮਿਟ ਕਰਾਇਆ ਗਿਆ। ਇਸ ਤੋਂ ਇਲਾਵਾ ਜਥੇਦਾਰ ਇੰਦਰਜੀਤ ਸਿੰਘ ਜੀਰਾ ਜਿਹੜਾ ਕਾਂਗਰਸੀ ਆਗੂ, ਉਹ ਅੱਗੇ ਆਇਆ, ਉਹਨੇ ਕਿਹਾ ਮੈਂ ਕਿਸੇ ਵੀ ਕੀਮਤ ਤੇ ਇਸ ਬੀਬੀ ਨੂੰ ਇਨਸਾਫ਼ ਦਵਾਵਾਂਗਾ। ਇਨਸਾਫ਼ ਪਤਾ ਨੀ ਕਦੋਂ ਹੋਏਗਾ, ਉਹ ਤੇ ਜਦੋਂ ਹੋ ਵੇਖੀ ਜਾਊਗੀ। ਪਰ ਇਸ ਮਾਮਲੇ ਦੇ ਵਿੱਚ ਇੱਕ ਪੱਖ ਹੋਰ ਵੀ ਸਾਹਮਣੇ ਆਇਆ ਕਿ ਇਹਨਾਂ ਬੰਦਿਆਂ ਕੋਲੇ ਇੱਕ ਲਿਖਤੀ ਆਰਡਰ ਆ ਕੁੜੀ ਦੇ ਬੀਬੀ ਦੇ ਵਾਰਸਾਂ ਕੋਲ। ਉਹ ਲਿਖਤੀ ਆਰਡਰ ਕੀ ਹੈ, ਉਹਦੇ ਤੇ ਉਹ ਜਿਹੜੀ ਕੁੜੀ ਭੱਜ ਕੇ ਗਈ ਸੀ ਉਹਦੇ ਘਰ ਦੇ ਤੇ ਪੁਲਿਸ ਵਾਲੇ ਉਹਨਾਂ ਸਾਰਿਆਂ ਨੇ ਇੱਕ ਰਜ਼ਾਮੰਦਗੀ ਦੇ ਨਾਲ ਇਹ ਹੁਕਮ ਪਾਸ ਕੀਤਾ ਕਿ ਭਾਈ ਇਹ 3 ਸਾਲ ਲਈ ਬੀਬੀ ਹੈ ਜਿਹੜੀ ਉਹ ਇਸ ਸ਼ਹਿਰ ਦੇ ਵਿੱਚ ਨਹੀਂ ਵੜੇਗੀ। ਯਾਨੀ ਉਹਨੂੰ ਆਪਣੇ ਪੱਧਰ ਤੇ ਤੜੀ ਪਾਰ ਕਰ ਦਿੱਤਾ। ਆਪ ਹੀ ਉੱਥੇ ਉਹਨਾਂ ਨੇ ਆਪਦੀ ਅਦਾਲਤ ਲਾ ਲਈ, ਅਦਾਲਤ ਲਾ ਕੇ ਤੜੀ ਪਾਰ ਵੀ ਕਰ ਦਿੱਤਾ। ਉਹ ਲਿਖਤੀ ਹੁਕਮ ਇਹਨਾਂ ਦੇ ਘਰਦਿਆਂ ਦੇ ਕੋਲ ਆ। ਸੋ ਇਹੋ ਜਿਹਾ ਕੰਮ ਇਹ ਪੁਲਿਸ ਕਰਦੀ ਪਈ ਹੈ, ਪੰਜਾਬ ਪੁਲਿਸ ਕਰਦੀ, ਬਦਨਾਮ ਪੁਲਿਸ ਆ। ਔਰ ਸਾਡੇ ਇੱਥੇ ਅੱਗੇ ਤੇ ਇਹੋ ਜਿਹੇ ਮਾਮਲੇ ਬੜੇ ਘੱਟ ਸਨ, ਵਿਰਲੇ ਟਾਵੇਂ ਸੀ, ਉਹ ਥਾਣਿਆਂ ਦੀਆਂ ਕੰਧਾਂ ਦੇ ਪਿੱਛੇ ਰਹਿ ਜਾਂਦੇ ਸੀਗੇ, ਸਾਹਮਣੇ ਨਹੀਂ ਸੀ ਆਉਂਦੇ। ਪਰ ਹੁਣ ਬੀਬੀਆਂ ਦੇ ਨਾਲ ਵੀ ਵੱਧ ਮਿਜ਼ਾਜੀ, ਪੱਕ ਜ਼ੁਬਾਨੀ ਔਰ ਤਸ਼ੱਦਦ ਦੇ ਮਾਮਲੇ ਥਾਣਿਆਂ ਚੋਂ ਸਾਹਮਣੇ ਆ ਰਹੇ ਆ। ਪਿਛਲੇ ਤੋਂ ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਇੱਕ ਕੁੜੀ ਮਾਨਸਾ ਜ਼ਿਲ੍ਹੇ ਦੇ ਵਿੱਚ ਥਾਣੇ ਦੇ ਅੰਦਰ ਫਾਹ ਲੈ ਕੇ ਮਰ ਗਈ ਸੀ, ਸਿਰ ਤੇ ਸਿਰਫ ਇਸ ਕਰਕੇ ਉਹਦੀ ਰਿਸ਼ਤੇਦਾਰ ਕੁੜੀ ਸੀ ਜਿਹੜੀ ਉਹ ਆਪਣੇ ਪ੍ਰੇਮੀ ਨਾਲ ਚਲੇ ਗਈ, ਔਰ ਉਹਨੂੰ ਪੁੱਛਗਿੱਛ ਲਈ ਸੱਦਿਆ ਸੀ ਥਾਣੇ। ਪੁੱਛਗਿੱਛ ਇਹੋ ਜਿਹੀ ਕੀਤੀ ਕਿ ਇੰਨੀ ਜ਼ਲਾਲਤ ਦਿੱਤੀ, ਇੰਨੀ ਜ਼ਲਾਲਤ ਦਿੱਤੀ ਕਿ ਕੁੜੀ ਬਾਥਰੂਮ ਦੇ ਵਿੱਚ ਫਾਹ ਲੈ ਕੇ ਮਰ ਗਈ ਸੀ। ਸੋ ਇਹ ਸਾਰਾ ਕੁਛ ਜਿਹੜਾ ਵਾਪਰਦਾ ਪਿਆ, ਇਹਦੇ ਵਿੱਚ ਤੁਸੀਂ ਇੱਕ ਪੱਖ ਹੋਰ ਵੇਖੋ ਕਿ ਸੁਪਰੀਮ ਕੋਰਟ ਦਾ ਹੁਕਮ ਆ ਕਿ ਕੋਈ ਵੀ ਜੇ ਗ੍ਰਿਫਤਾਰੀ ਕਿਸੇ ਔਰਤ ਦੀ ਪਾਉਣੀ ਆ ਤੁਸੀਂ, ਉਹ ਸੂਰਜ ਖੜੇ ਤੋਂ ਪਾਉਣੀ ਆ। ਮਤਲਬ ਕਿ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੋਂ ਪਹਿਲਾਂ ਉਹ ਗ੍ਰਿਫਤਾਰੀ ਹੋਣੀ ਆ। ਜੇ ਸੂਰਜ ਛਿਪ ਗਿਆ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਤੁਸੀਂ ਕਿਸੇ ਔਰਤ ਨੂੰ ਗ੍ਰਿਫਤਾਰ ਨਹੀਂ ਕਰਨਾ। ਇਹ ਬਹੁਤ ਜ਼ਰੂਰੀ ਹੈ ਤੇ ਲੇਡੀ ਪੁਲਿਸ ਹੋਣੀ ਬਹੁਤ ਲਾਜ਼ਮੀ ਹੈ। ਪਰ ਇੱਥੇ ਕੀ ਹੈ, ਇਸ ਬੀਬੀ ਨੇ ਦੱਸਿਆ ਕਿ ਉਹ ਕਹਿੰਦੀ ਜਦੋਂ ਮੈਨੂੰ ਕੁੱਟਿਆ ਮਾਰਿਆ ਜਾ ਰਿਹਾ ਸੀ ਉਦੋਂ ਵੀ ਉੱਥੇ ਲੇਡੀ ਪੁਲਿਸ ਨਹੀਂ ਸੀ। ਸੋ ਇਹ ਸਾਰਾ ਹਾਲ ਹੈ ਜਿਹੜਾ ਉਹ ਬਿਆਨ ਕਰਦਾ ਹੈ ਕਿ ਇਸ ਪੰਜਾਬ ਪੁਲਿਸ ਦੀ ਮਾਨਸਿਕਤਾ ਜਿਹੜੀ ਉਹ ਮਾਨਸਿਕਤਾ ਹਾਲੇ ਵੀ 70-80 ਵਾਲੇ ਦਹਾਕੇ ਚ ਜਾਂ ਮੱਧ 90 ਦੇ ਦਹਾਕੇ ਚ ਤੁਰੀ ਫਿਰਦੀ ਹੈ, ਜਿੱਥੇ ਇਹ ਬੰਦੇ ਨੂੰ ਗਾਜਰ ਮੂਲੀ ਸਮਝਦੇ ਸਨ ਔਰ ਜਿੱਥੇ ਹਰੇਕ ਕਿਸਮ ਦਾ ਹਰਬਾ ਜਿਹੜਾ ਉਹ ਵਰਤ ਲਿਆ ਜਾਂਦਾ ਸੀਗਾ। ਪਰ ਇਹ ਗੱਲ ਅੱਜ ਦੇ ਦੌਰ ਚ ਜਾਂ ਉਦੋਂ ਦੇ ਦੌਰ ਚ ਇਹ ਯਾਦ ਨਹੀਂ ਰੱਖਦੇ ਕਿ ਬੁਰਾ ਗਰੀਬ ਦਾ ਮਾਰਨਾ, ਬੁਰੀ ਗਰੀਬ ਦੀ ਆ, ਮੋਏ ਬੱਕਰੇ ਦੀ ਖੱਲ ਤੋਂ ਲੋਹਾ ਭਸਮ ਹੋ ਜਾ। ਇਹ ਕਈ ਵਾਰੀ ਗਰੀਬ ਦੀ ਹਾਂ ਵੀ ਲੱਗ ਜਾਂਦੀ ਹੈ, ਮਜ਼ਲੂਮ ਦੀ ਹਾਂ ਲੱਗ ਜਾਂਦੀ ਹੈ, ਪਰ ਇਹਨਾਂ ਨੂੰ ਕਿਸੇ ਦੀ ਹਾਂ ਬਦਦੁਆ ਦੀ ਕੋਈ ਪਰਵਾਹ ਨਹੀਂ, ਕਿਉਂਕਿ ਰਾਤ ਨੂੰ ਇਹ ਆਪ ਧਰਤੀ ਦੇ ਖੁਦਾ ਬਣੇ ਹੁੰਦੇ ਆ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਆਪਾਂ ਇੱਥੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਇਸ ਤੋਂ ਬਾਅਦ ਦੇ ਵਿੱਚ ਆਪਾਂ ਸਰੋਤਿਆਂ ਦੇ ਜਿਹੜੇ ਸਵਾਲ ਆ ਉਹ ਲਵਾਂਗੇ। 10 ਵਜੇ ਤੱਕ ਆਪਣਾ ਜਿਹੜਾ ਪ੍ਰੋਗਰਾਮ ਹੈ ਚੱਲੇਗਾ। ਸਰੋਤਿਓ, ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ 408-272-5200 408-272-5200 ਦੇ ਉੱਤੇ। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵੀ ਮਿੰਟੂ ਜੀ ਤੋਂ ਜਿਹੜਾ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਪੁੱਛ ਸਕਦੇ ਹੋ। ਅਤੇ ਮਿਲਦੇ ਹਾਂ ਆਪਣੇ ਸਰੋਤਿਓ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ ਸਰੋਤਿਓ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ ਜੀ ਸ਼ੁਕਰੀਆ ਜੀ ਰਾਜਕਾਂਗਰਸ ਅਤੇ ਸਰੋਤਿਓ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ ਨੰਬਰ ਹੈਗਾ ਜੀ 408-272-5200 408-272-5200 ਦੇ ਉੱਤੇ ਅਤੇ ਵਾਰੀ ਵਾਰੀ ਸਰ ਆਪਣੇ ਸਰੋਤਿਆਂ ਦੇ ਨਾਲ ਕਾਲ ਜਿਹੜੇ ਜੀ ਕਰਦੇ ਹਾਂ ਬਲਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪੁੱਛਣਾ ਸੀਗਾ ਜਿੱਦਾਂ ਪਹਿਲਾਂ ਰੇਤਾ ਬਜਰੀ ਬਹੁਤ ਮਹਿੰਗਾ ਮਿਲਦਾ ਸੀਗਾ ਜੀ ਤੇ ਜਿੱਦਾਂ ਉਹਨਾਂ ਦੇ ਬੰਦਿਆਂ ਦਾ ਪਹਿਲਾਂ ਉੱਥੇ ਕਬਜ਼ਾ ਸੀਗਾ ਹੁਣ ਇੱਦਾਂ ਇਹਨਾਂ ਦਾ ਤਾਂ ਨਹੀਂ ਹੋ ਜਾਊਗਾ ਰੇਤਾ ਬਜਰੀ ਕੋਈ ਸਸਤਾ ਵੀ ਹੋ ਸਕਦਾ ਜੀ ਠੀਕ ਹੈ ਜੀ ਥੈਂਕ ਯੂ ਜੀ ਨਹੀਂ ਨਹੀਂ ਦੇਖੋ ਬਲਵੀਰ ਸਿੰਘ ਜੀ ਹਾਲੇ ਤੇ ਕੋਈ ਸਸਤਾ ਨਹੀਂ ਹੋਇਆ ਹਾਲੇ ਤੇ ਪਹਿਲਾਂ ਨਾਲੋਂ ਵੀ ਮਹਿੰਗਾ ਹੋ ਗਿਆ ਕਿਉਂਕਿ ਸਪਲਾਈ ਦੇ ਵਿੱਚ ਸ਼ਾਰਟੇਜ ਆਈ ਹੈ ਹੁਣ ਦੁਬਾਰਾ ਇਹਨਾਂ ਨੇ ਕਾਰਡਾਂ ਦੀ ਨਿਲਾਮੀ ਕਰਨੀ ਹੈ 24-25 ਕਾਰਡਾਂ ਦੀ ਨਿਲਾਮੀ ਕਰਨੀ ਹੈ ਪਰ ਜੇ ਨਿਲਾਮੀ ਤੇ ਉਸੇ ਤਰੀਕੇ ਦੇ ਜਾ ਕੇ ਚਾਮ ਚਿੜ ਕੇ ਬਹਿ ਗਏ ਤੇ ਫਿਰ ਜੋ ਤੁਸੀਂ ਸ਼ੱਕ ਸਾਰ ਕੀਤਾ ਉਹ ਸ਼ੱਕ ਸੱਚਾ ਵੀ ਹੋ ਸਕਦਾ ਪਰ ਜੇ ਕੁਛ ਨਾ ਬਦਲਿਆ ਤੇ ਫਿਰ ਲੋਕਾਂ ਚ ਨਿਰਾਸ਼ਾ ਜ਼ਰੂਰ ਹੋਏਗੀ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਰੇਤਾ ਜਿਹੜਾ ਉਹ ਇਸ ਪਾ ਕੇ ਵੀ ਚਲਾ ਗਿਆ ਸੀ ਕਿ ਜੇ ਕੋਈ ਕਿਸੇ ਨੂੰ ਕੋਈ ਟਰਾਲੀ ਰੇਤੇ ਦੀ ਮਿਲ ਵੀ ਜਾਂਦੀ ਤੇ ਉਹ ਬਾਹਰ ਲਾ ਕੇ ਮੁੜ ਕੇ ਉੱਤੇ ਰਾਤ ਨੂੰ ਮੰਜਾ ਡਾ ਕੇ ਬਹਿੰਦਾ ਸੀ ਕਿਤੇ ਕੋਈ ਬੱਟਲ ਦੋ ਬੱਟਲ ਕੋਈ ਚੋਰੀ ਨਾ ਕਰਕੇ ਲੈ ਜਾਵੇ ਪਰ ਜੇ ਉਹ ਹਾਲ ਫਿਰ ਦੁਬਾਰਾ ਰਿਹਾ ਤੇ ਲੋਕ ਬਹੁਤ ਜ਼ਿਆਦਾ ਨਿਰਾਸ਼ ਹੋਣਗੇ ਜੀ ਜੀ ਅਗਲੇ ਕਾਲਰ ਆਪਣੇ ਨਾਲ ਲਸਾਰੀਆ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਜੀ ਮਿੰਟੂ ਸਾਹਿਬ ਨੂੰ ਬੇਨਤੀ ਕਰਨੀ ਸੀ ਜੀ ਕਰ ਸਕਦਾ ਜੀ ਬੋਲੋ ਜੀ ਬੋਲੋ ਬੇਨਤੀ ਇਹ ਕਰਨੀ ਹੈ ਜੀ ਕਿ ਮੈਂ ਉਹ ਕੱਲ੍ਹ ਸੁਣਦਾ ਸੀ ਕਿ ਆਪਣੇ ਜਥੇਦਾਰ ਸਾਹਿਬ ਨੇ ਕਿ ਹੋਰ ਕਿਸੇ ਨੂੰ ਮੁਆਫ਼ੀਨਾਮਾ ਦੇਣਾ ਸੀ ਜਦੋਂ ਦੂਸਰੇ ਜਥੇਦਾਰ ਨੇ ਪੁੱਛਿਆ ਕਿ ਮੁਆਫ਼ੀਨਾਮਾ ਦਿਖਾ ਲਓ ਤਾਂ ਉਹ ਕੋਈ ਦਿਖਾ ਲੈ ਨਹੀਂ ਸਕੇ ਸੋ ਇਹ ਜਥੇਦਾਰ ਸਾਡਾ ਜਿਹੜਾ ਹੈਗਾ ਇਹ ਕਿੱਧਰ ਨੂੰ ਲਿਜਾ ਰਿਹਾ ਜੀ ਕੌਮ ਨੂੰ ਮੈਂ ਇਹ ਬੇਨਤੀ ਕਰਨੀ ਸੀ ਜੀ ਥੈਂਕ ਯੂ ਜੀ ਜੀ ਮਿੰਟੋ ਜੀ ਉਹ ਤੇ ਹੁਣ ਦੇਖੋ ਸਾਰਿਆਂ ਨੂੰ ਪਤਾ ਹੀ ਹੈ ਕਿ ਜਥੇਦਾਰ ਕੀ ਕਰਦਾ ਪਿਆ ਜੀ ਪਰ ਜੋ ਕੱਲ ਇਹਨਾਂ ਨੇ ਕੀਤਾ ਬੜਾ ਨਮੋਸ਼ੀਜਨਕ ਕੰਮ ਸੀਗਾ ਉਹਦੀ ਆਲੋਚਨਾ ਕੀਤੀ ਹੈ ਭਗਵਾਨ ਸਿੰਘ ਹੈਡ ਗ੍ਰੰਥੀ ਰਹੇ ਦਰਬਾਰ ਸਾਹਿਬ ਦੇ ਬਹੁਤ ਲੰਬਾ ਸਮਾਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਨਿਖੇਧੀ ਕੀਤੀ ਇਸ ਕੰਮ ਦੀ ਕਿ ਇਸ ਤਰ੍ਹਾਂ ਕੰਮ ਤੁਸੀਂ ਨਹੀਂ ਸੀ ਕਰਨਾ ਮੈਂ ਕੱਲ ਮਸਾਲਾਂ ਵੀ ਦਿੱਤੀਆਂ ਸੀ ਤੁਹਾਨੂੰ ਕਿ ਸੰਤਾ ਸਿੰਘ ਨੂੰ ਖੀਰੀ ਵੀਲ ਚੇਅਰ ਤੇ ਆ ਕੇ ਪੇਸ਼ ਹੋਣਾ ਪਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਆਪ ਪੇਸ਼ ਹੋਣਾ ਪਿਆ ਸੀ ਪਹਿਲੀ ਗੱਲ ਕਿ ਜੇ ਉਹ ਕੋਈ ਮਾਫ਼ੀਨਾਮਾ ਆਇਆ ਦਿਖਾ ਦੇਣਾ ਚਾਹੀਦਾ ਸੀ ਦੂਜੀ ਗੱਲ ਆ ਕਿ ਮਾਫ਼ੀਨਾਮਾ ਇਸ ਤਰ੍ਹਾਂ ਡਾਕ ਰਾਹੀਂ ਜਾਂ ਫੈਕਸ ਰਾਹੀਂ ਇਹ ਕਿਉਂ ਲਿਆਉਣ ਦੀ ਪ੍ਰਥਾ ਪਾਈ ਜਾ ਰਹੀ ਆ ਜਿਸ ਬੰਦੇ ਨੇ ਭੁੱਲ ਬਖਸ਼ਾਉਣੀ ਆ ਮੈਂ ਕਹਿੰਦਾ ਕਿ ਜਿੱਦਾਂ ਮਰਜ਼ੀ ਕੋਈ ਗੁਨਾਹਗਾਰ ਆ ਜੇ ਉਹ ਗੁਰੂ ਦੀ ਸ਼ਰਨ 'ਚ ਆ ਜਾਂਦਾ ਤੇ ਉਹਨੂੰ ਮਾਫ਼ ਕਰਨਾ ਚਾਹੀਦਾ ਪਰ ਘੱਟੋ ਘੱਟੋ ਆਵੇ ਤੇ ਸਹੀ ਇਹ ਜਿਹੜੇ ਲਿਫਾਫੇ 'ਚ ਮਾਫ਼ੀਨਾਮੇ ਆਉਣ ਲੱਗ ਪਏ ਆ ਇਹ ਗਲਤ ਪ੍ਰਥਾ ਇਹ ਤੇ ਹੁਣ ਜਿਹੜਾ ਜਥੇਦਾਰ ਆ ਤੁਸੀਂ ਪੁੱਛਿਆ ਕਿ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਕੌਮ ਲਿਜਾ ਰਿਹਾ ਕੌਮ ਪਤਾ ਨੀ ਕਿੱਧਰ ਨੂੰ ਜਾ ਰਹੀ ਹੈ ਪਰ ਉਹ ਸਹੀ ਦਿਸ਼ਾ ਲਿਜਾ ਰਿਹਾ ਕਿਉਂਕਿ ਮੁਕਤਸਰ ਦੇ ਬਾਜ਼ਾਰ ਦੇ ਵਿੱਚ ਉਹਦਾ ਹੋਟਲ ਹੈ ਜਿਹੜਾ ਉਹ ਤਾਂ ਨੂੰ ਤਾਂ ਦਿਨੋ ਦਿਨ ਜਾਂਦਾ ਹੈ ਉਹ ਸਹੀ ਦਿਸ਼ਾ ਨੂੰ ਜਾ ਰਿਹਾ ਕੌਮ ਪਤਾ ਨੀ ਕਿੱਧਰ ਨੂੰ ਜਾ ਰਹੀ ਹੈ ਕੌਮ ਬਿਲਕੁਲ ਜੀ ਕੌਮ ਤਾਂ ਨੀਹਾਂ ਦੇ ਵਿੱਚ ਜਿਹੜਾ ਜੀ ਉਹਨੇ ਕਰਤਾ ਕੰਮ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਯਾਦਵਿੰਦਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਜਕਰਨ ਤੇ ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਇੱਕ ਇਹ ਸੀਗਾ ਜੀ ਆਮ ਤੌਰ ਤੇ ਆਪਣੇ ਬਹੁਤ ਚਿਰ ਤੋਂ ਇੱਕ ਗੱਲ ਚੱਲੀ ਆ ਰਹੀ ਹੈ ਵੀ ਜ਼ਿਮੀਂਦਾਰ ਜਿਹੜਾ ਖੁਦਕਸ਼ੀ ਕਰਦਾ ਉਹ ਕਰਜ਼ਾ ਕਿਸੇ ਕੰਮ ਹੋਰ ਦੀ ਖਾਤਰ ਲੈਂਦਾ ਤੇ ਵਰਤੋਂ ਕਿਤੇ ਹੋਰ ਲੈਂਦਾ ਇਸ ਕਰਕੇ ਉਹ ਮੁੜਦਾ ਨਹੀਂ ਗਾ ਮਜ਼ਬੂਰ ਨੇ ਇਹਨੂੰ ਇਹ ਕੁਛ ਕਰਨਾ ਪੈ ਰਿਹਾ ਵਾ ਕੀ ਅੱਜ ਬਾਦਲ ਸਰਕਾਰ ਦਾ ਵੀ ਇਹੀ ਇਸੇ ਕਰਕੇ ਖੁਦਕਸ਼ੀ ਹੋਈ ਆ ਕਿ ਉਹਨੇ ਪੈਸਾ ਕਿਸੇ ਨਾ ਕਿਸੇ ਪਾਸੇ ਹੋਰ ਲਿਆ ਤੇ ਲਾਈ ਸੰਗ ਦਰਸ਼ਨ ਜਾਂ ਕਿਤੇ ਗਈ ਜਾਂ ਇਹਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਥੈਂਕ ਯੂ ਜੀ ਇਹ ਵੀ ਇੱਕ ਕਿਸਮ ਦੀ ਖੁਦਕਸ਼ੀ ਆ ਜੀ ਥੈਂਕ ਯੂ ਨਹੀਂ ਦੇਖੋ ਬਾਦਲ ਸਰਕਾਰ ਦੀ ਮੈਂ ਉਹ ਤੁਹਾਡੇ ਵਾਲਾ ਸ਼ਬਦ ਨਹੀਂ ਵਰਤੂੰਗਾ ਇੱਕ ਇਹ ਸਿਆਸੀ ਸੰਗਠਨ ਦੀ ਹਾਰ ਆ ਔਰ ਉਸ ਹਾਰ ਦੇ ਬਹੁਤ ਸਾਰੇ ਕਾਰਨ ਆ ਜੇ ਗਿਣ ਬੈਠੀਏ ਤੇ ਲੰਮਾ ਸਮਾਂ ਨਿਕਲ ਜਾਏਗਾ ਪਰ ਮੈਂ ਇੱਕ ਦੋ ਮੇਜਰ ਕਾਰਨ ਤੁਹਾਨੂੰ ਦੱਸ ਦੇਣਾ ਬੇਅਦਬੀ ਦਾ ਸਭ ਤੋਂ ਵੱਡਾ ਉਹਨਾਂ ਨੂੰ ਨੁਕਸਾਨ ਹੋਇਆ ਲਾ ਐਂਡ ਆਰਡਰ ਪੰਜਾਬ ਦੇ ਵਿੱਚ 10 ਸਾਲ ਜਿਵੇਂ ਸ਼ਿੱਕੇ ਤੇ ਟੰਗਿਆ ਰਿਹਾ ਸਾਰਿਆਂ ਨੇ ਵੇਖਿਆ ਕਿੱਡੇ ਕਿੱਡੇ ਵੱਡੇ ਕਾਂਡ ਹੋਏ ਮੈਂ ਤੇ ਕਈ ਵਾਰੀ ਸੋਚਦਾ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਸਿਆਣੇ ਆਦਮੀ ਆ ਉਹ ਇੱਕ ਚੀਜ਼ ਤੇ ਝੂਰਦੇ ਜ਼ਰੂਰ ਹੋਣਗੇ ਕਿ ਜਿਹੜੀ ਆ ਦੂਜੀ ਪਾਰੀ ਆਈ ਸਾਡੀ ਲਗਾਤਾਰ ਇਹ ਨਹੀਂ ਸੀ ਆਉਣੀ ਚਾਹੀਦੀ
पैसे की दुरवरतों की पैसे की दुरवरतों जी है इस पद्धर से हुई है सरदार साहब के बहुत सारिया योजनावा पैसे है जेडे मोड़ लै गए केंद्र वालों क्योंकि जिहड़े भेजे गए पहले क्योंकि पड़ा दर पड़ा पैसा आता है ना कट्ठा नहीं आती मसलन एक योजना ली 1000 करोड़ रुपया मंजूर होया उन्होंने पहला तुहानू 250 करोड़ रुपया दिता कि 250 करोड़ रुपए की यूजिंग भेजो यूजिंग वाले जिहड़े सर्टिफिकेट भेजो पर इन्होंने वो जो 250 करोड़ रुपया से वो इधर उधर चीता चुन दिता तो मुड़ के वो जी यूजिंग के सर्टिफिकेट भेजे नहीं तो जो पैसा बकाया से उन्होंने भेजा ही नहीं बहुत सारे इस तरह के पैसे आ बहुत सारिया इस तरह दकम है जिड़िया इन्हों बेवकूफिया कह लो या इन चालबाजिया कह लो उन्होंने भेट चढ़ गई सो बहुत सारे कारण आला एक कारण ही कि इन्होंने पैसे न गलत थां से वरत्या उ कारण इन्हों लै डुबिया बहुत सारे कारण आ बेअदबी का सब तो व्डा कारण आ किसान दिनों दिन निगर गया वो कारण आ लॉ एंड ऑर्डर का कारण आ कारण ही कारण आ तुसी आप अंदाजा ला लो कि 5 सालों धरने जिहड़े आ वो एक अखबार ने एवरेज कढ़ी सी कि पंजाब दे विच रोजाना 250 तो 300 थावां ते धरने लगदे मजहरे हुंदे आ रोस प्रदर्शन हुंदे आ तुसी आप अंदाजा ला लो किन्ने कारण आ जी जी अगले कॉलर गुरदीप सिंह जी स्वागत है सत श्री अकाल सत श्री अकाल भाजी मेरी मिंटू साहब ने मारी ये गल कराओगे सुन रहे आ जी तुहानू हां जी हां जी करो जी करो मिंटू साहब सत श्री अकाल मैं तुहाडे कोलों ना तुहाडियां दो कवितावां पढ़ियां एक तां लीडरां दी लुट दा शिकार दूजा परदेसी जी मैनू जे कोई होर भी कविता लिखी आ मैनू दसो तुहाडियां कवितावां कित्थों मिलणगियां तीजा मैनू दसो मैं इंडिया जा रहा मैं तुहाडी ओही डाकुआं दा मुंडा किताब है ना आई एम वेरी नीड ऑफ टू रीड दैट बुक ठीक है जी जी गुरदीप जी रूंगे चूंगे चो जेडी कोई खबरां च रह जांदी आ जां कोई लेख लिखण चो रह जांदी आ जां बोलण चालण चो रह जांदी आ जो बची खुची हुंदी उह तुकबंदी बन जांदी आ तुकबंदी कठी करके भेज दू जिन्या भी है पढ़ लो मेरे लिए धन पा गया कि मेरा रूंगा चूंगा तुहाडे काम आ गया तुसी इन चंगा किया मेरे लिए बड़े माण वाली गल आ जो तुसी इत्थे आए ते मैनू टेलीफोन कर लियो राजकरणवीर सिंह तो नंबर लै जो मेरा ਤੁਸੀਂ ਜਿੱਥੇ ਵੀ ਹੋਏ ਤੁਹਾਨੂੰ ਉੱਥੇ ਨੇੜਲੇ ਕਿਸੇ ਬੁੱਕ ਸਟਾਲ ਦਾ ਮੈਂ ਤੁਹਾਨੂੰ ਐਡਰੈਸ ਦੇ ਦੂੰ ਤੁਸੀਂ ਕਿਤਾਬ ਵੀ ਖਰੀਦ ਲਿਓ ਜੀ ਤੇ ਮਿੰਟੂ ਜੀ ਜਿਹੜੀਆਂ ਤੁਕਬੰਦੀਆਂ / ਕਵਿਤਾਵਾਂ ਆ ਸਾਨੂੰ ਵੀ ਜ਼ਰੂਰ ਕਰ ਦਿਓ ਅਸੀਂ ਵੀ ਆਪਣੇ ਸਰੋਤਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ ਜ਼ਰੂਰ ਜੀ ਮੈਂ ਰਾਜਕਰਨਵੀਰ ਜੀ ਤੁਹਾਨੂੰ ਵੀ ਭੇਜ ਜੀ ਚਰਨਜੀਤ ਸਿੰਘ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬੇਨਤੀ ਕਰਨੀ ਸੀ ਵੀ ਉਹ ਕੱਲ ਜਥੇਦਾਰ ਦਾ ਸੁਣ ਰਿਹਾ ਸੀ ਟੀਵੀ ਤੇ ਉਹ ਕਹਿੰਦੇ ਹੁਣ ਜਿਹੜੇ ਸਿਰੋਪਾਓ ਆ ਉਹ ਕਿਸੇ ਪਾਰਟੀ ਮੁਫਾਦ ਲਈ ਨਹੀਂ ਦਿੱਤੇ ਜਾਣਗੇ ਇਹ ਤਾਂ 10-11 ਸਾਲ ਤੋਂ ਇਹੀ ਜਥੇਦਾਰ ਦੇ ਰਿਹਾ ਅਕਾਲ ਤਖ਼ਤ ਦਾ ਅੱਜ ਇਹਨੇ ਬੰਦ ਕਰਤੇ ਵੀ ਦੂਜੀ ਗੌਰਮੈਂਟ ਬਹਾ ਲਈ ਇਹਦੇ ਬਾਰੇ ਕੀ ਖਿਆਲ ਹੈ ਜੀ ਥੈਂਕ ਯੂ ਜੀ ਨਹੀਂ ਸਹੀ ਗੱਲ ਆ ਜਥੇਦਾਰ ਨੇ ਚਲੋ ਫੈਸਲਾ ਕੀਤਾ ਠੀਕ ਆ ਇਹ ਸਿਰੋਪਿਆਂ ਦਾ ਤੇ ਇਹ ਹਾਲ ਆ ਕਿ ਜਦੋਂ ਸਰੂਪੇ ਪਾਉਣ ਤੇ ਆਉਂਦੇ ਆ ਫਿਰ ਇੰਨੇ ਅੰਨੇਵਾਹ ਪਾਉਂਦੇ ਆ ਕਿ ਇੱਕ ਵਾਰੀ ਗੈਂਗਸਟਰ ਕੁਲਵੀਰ ਨਰੂਆ ਨੇ ਇਹਨੂੰ ਵੀ ਇਹਨਾਂ ਨੇ ਸਰੂਪਾ ਪਾਤਾ ਸੀ ਸਾਲੇ ਭਣੋਈਏ ਨੇ ਉਹ ਅੱਜ ਵੀ ਤੁਸੀਂ ਨੈਟ ਤੋਂ ਕਿਤੋਂ ਲੱਭ ਲਿਓ ਫੋਟੋ ਲੱਭ ਜਾਣੀ ਤੁਹਾਨੂੰ ਕੁਲਵੀਰ ਨਰੂਆ ਨੇ ਇਹਨੂੰ ਸਰੂਪਾ ਪਾਉਂਦਿਆਂ ਦੀ ਸਰੂਪੇ ਉਹ ਇਹੋ ਜਿਹੇ ਬੰਦਿਆਂ ਨੂੰ ਵੀ ਪਾਏ ਗਏ ਆ ਜਿਹੜੇ ਬੰਦੇ ਕਿਸੇ ਵੀ ਤਰੀਕੇ ਨਾਲ ਉਹ ਸਿਰ ਤੋਂ ਨਾ ਤੇ ਸਿੱਖ ਲੱਗਦੇ ਨਾ ਅਕਾਲੀ ਲੱਗਦੇ ਆ ਉਹਨਾਂ ਦੇ ਗਲਾਂ ਚ ਸਰੂਪੇ ਪਾਏ ਗਏ ਔਰ ਉਹੋ ਜਿਹੇ ਬੰਦੇ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਗਲਾਂ ਚ ਵੀ ਸਰੂਪੇ ਪਾਉਂਦੇ ਰਹੇ ਆ ਪਰਸੋਂ ਚੌਥ ਇੱਕ ਥਾਂ ਤੇ ਇੱਥੇ ਸਾਡੇ ਲੰਬੀ ਇਸ ਤਰ੍ਹਾਂ ਸਰੂਪਾ ਪੈਣ ਲੱਗਾ ਸੀ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਇਹ ਹੁਕਮ ਆ ਚੁੱਕੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਰੂਪਾ ਰੋਕਤਾ ਔਰ ਸਰੂਪਾ ਜਿਹੜਾ ਪਾ ਰਿਹਾ ਸੀ ਉਸ ਸਿਆਣੇ ਦਾ ਆਪਦਾ ਸਿਰ ਨਹੀਂ ਸੀ ਢੱਕਿਆ ਸਿਰ ਮੂੰਹ ਤੇ ਮੇਰੇ ਵਾਂਗੂ ਕੁਛ ਸੀ ਉਹਦਾ ਉਹਨੇ ਸਿਰ ਤੇ ਰੁਮਾਲ ਵੀ ਨਹੀਂ ਸੀ ਲਿਆ
ਜਦੋਂ ਇਹ ਧਾਰਮਿਕ ਰੀਤ ਨਿਭਾਉਣ ਲੱਗਿਆ ਸੀਗਾ। ਸੋ ਇਹ ਹਾਲ ਸੀ, ਮੈਂ ਕਹਿੰਦਾ ਠੀਕ ਕੀਤਾ, ਪਰ ਇਹ ਤੋਂ ਵੀ ਅੱਗੇ ਜਾ ਕੇ ਜੇ ਕੁਛ ਕਰਨ ਦੀ ਜ਼ਰੂਰਤ ਆ ਉਹ ਇਹ ਆ ਕਿ ਜਿਹੜੇ ਆ ਜੋੜ ਮੇਲੇ ਆ, ਆ ਸ਼ਹੀਦੀ ਮੇਲੇ ਆ, ਇਹ ਜਿਹੜੀਆਂ ਧਾਰਮਿਕ ਥਾਵਾਂ ਜਿਨ੍ਹਾਂ ਤੇ ਸਿਰਫ ਇਤਿਹਾਸ ਦਾ ਬਖਿਆਨ ਹੋਣਾ ਚਾਹੀਦਾ, ਧਰਮ ਦੀ ਗੱਲ ਹੋਣੀ ਚਾਹੀਦੀ ਆ, ਉੱਥੇ ਜਾ ਕੇ ਜਿਹੜਾ ਕੂੜ ਕਪਾੜਾ ਕਰਦੇ ਆ, ਮੇਰੇ ਖਿਆਲ ਦੇ ਨਾਲ ਤੇ ਇਹ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਜੇ ਸਰੋਪੇ ਬੰਦ ਕਰਵਾ ਸਕਦਾ ਜਥੇਦਾਰ ਇਹਨਾਂ ਕੋਲੋਂ, ਉੱਥੇ ਜਾ ਕੇ ਜਿਹੜੀ ਗੱਪਬਾਜੀ ਕਰਦੇ ਆ, ਕੀ ਗੱਲ ਉਹ ਨਹੀਂ ਬੰਦ ਕਰਵਾ ਸਕਦਾ? ਜੀ ਉਹਨਾਂ ਦੀ ਜ਼ਰੂਰਤ ਰਹਿੰਦੀ ਹੈ ਇਹਨਾਂ ਨੂੰ। ਅਗਲੀ ਗੱਲ ਕਰੀਏ ਸੁਖਵਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਵੀਰ ਜੀ, ਮੇਰੇ ਦੋ ਸਵਾਲ ਹੈ। ਜੀ ਹਾਂਜੀ ਵੀਰ ਜੀ, ਇੱਕ ਤਾਂ ਮੇਰਾ ਇਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਇਹਨਾਂ ਦਾ ਸੈਸ਼ਨ ਪਿਛੇਰਿਆ ਹੈ, ਇਹਨਾਂ ਜੋ ਕੁਰਸੀ ਦੇ ਪਿੱਛੇ ਮਤਲਬ ਕੁਰਸੀ ਦੇ ਅੱਗੇ ਬਹਿਣ ਜਾਂ ਪਿੱਛੇ ਕੋਈ ਮੁੱਦਾ ਉਠਾਉਣ ਦੀ ਬਜਾਏ ਕੁਰਸੀ ਦੇ ਮਤਲਬ ਉਹਦੇ ਤੇ ਹੀ ਸਾਰਾ ਇਹਨਾਂ ਦਾ ਸਿਮਟ ਕੇ ਰਹਿ ਗਿਆ, ਕੀ ਉਹ ਮਤਲਬ ਸਹੀ ਸੀ ਜਾਂ ਇਹਨਾਂ ਦੀ ਕਾਰਗੁਜ਼ਾਰੀ ਸੰਤੁਸ਼ਟ ਸੀ? ਤੇ ਦੂਸਰਾ ਭਾਜੀ ਮੇਰਾ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਭਗਵੰਤ ਮਾਨ ਦੀ ਗੱਲ ਸਹੀ ਨੀ ਗੀ ਜਾਂ ਅੱਜ ਦੇ ਸਥਿਤੀ ਪੰਜਾਬ ਦੀ, ਵੀ ਜਿਹੜਾ ਬੰਦਾ ਕਹਿੰਦਾ ਵੀ ਮੈਂ ਆਖਰੀ ਵਾਰ ਮੈਨੂੰ ਇੱਕ ਵਾਰ ਬਣਨਾ ਹੈ, ਤੇ ਉਹ ਗੱਲ ਸਾਬਤ ਨੀ ਹੁੰਦੀ ਜਾਪਦੀ ਵੀ ਉਹ ਇੱਕ ਵਾਰ ਬਣ ਤੇ ਗਿਆ, ਹੁਣ ਉਹ ਆਪਣੀ ਮਰਜ਼ੀ ਕਰੇ, ਜੇ ਇਸ ਆਦਮੀ ਨੇ ਦੂਸਰੀ ਵਾਰ ਬਣਨਾ ਹੀ ਨੀ ਉਸ ਨੂੰ ਜਨਤਾ ਦੇ ਨਾਲ ਕੀ ਲੱਗੇ? ਜੀ ਹਾਂਜੀ ਭਾਈ, ਕੀ ਕਹਿਣਾ ਚਾਹੋਗੇ? ਥੈਂਕ ਯੂ। ਦੇਖੋ ਜਿਹਦੇ ਬਾਰੇ ਤੁਸੀਂ ਕਹਿਣ ਡੇ ਹੋ ਕਿ ਮੈਂ ਇੱਕ ਵਾਰੀ ਬੰਦਾ ਦੂਜੀ ਵਾਰੀ ਬੰਦਾ ਨਹੀਂ, ਵੈਸੇ ਤੇ ਬੰਦੇ ਕੱਲ ਨਾ ਕੱਲ ਦਾ ਕਿਸੇ ਵੀ ਬੰਦੇ ਦਾ ਕੱਲ ਦਾ ਪਤਾ ਨੀ ਗਾ, ਉਹਨੇ ਕੱਲ ਨੂੰ ਦੁਬਾਰਾ ਉਸ ਥਾਂ ਤੇ ਬਹਿਣਾ ਜਾਂ ਨਹੀਂ ਬਹਿਣਾ ਉਹ ਤੇ ਸਮੇਂ ਦੇ ਹੱਥ ਆ। ਪਰ ਜਿਸ ਬੰਦੇ ਬਾਰੇ ਤੁਸੀਂ ਕਹਿ ਰਹੇ ਹੋ, ਮੈਂ ਸਮਝ ਗਿਆ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ, ਉਹ ਬੰਦਾ ਤੇ ਇਹ ਗੱਲ ਕਹਿਣ ਡਿਆ ਕਿਉਂਕਿ ਯੂ ਟਰਨ ਚ ਮਾਰਿਆ, ਉਹ ਕਹਿੰਦਾ ਕਿ ਦੇਖੋ ਜੇ ਮੇਰਾ ਕੋਈ ਉੱਤਰ ਅਧਿਕਾਰੀ ਗਿਆ ਲੱਭ ਇਹਨਾਂ ਨੂੰ, ਫਿਰ ਤੇ ਮੈਂ ਸੋਚੂ, ਨਹੀਂ ਤੇ ਮੈਂ ਹੋਰ ਵੀ ਸੇਵਾ ਕਰਨ। ਉਹ ਬਹਿੰਦੇ ਸਾਰ ਹੀ ਇਹ ਗੱਲ ਕਹਿਣ ਲੱਗ ਪਿਆ ਸੀ। ਸੋ ਉਧਰੋਂ ਤੁਸੀਂ ਸੁਰਖਰੂ ਹੋ ਜਾਓ ਸੋਚਣ ਤੋਂ ਕਿ ਇਹ ਆਖਰੀ ਪਾਰੀ ਆ ਜਾਂ ਆਖਰੀ ਵਾਰੀ ਹੈ। ਬਾਕੀ ਜਿਹੜਾ ਕੰਮ ਕਰਦਾ ਉਹ ਥੋੜਾ ਟਾਈਮ ਦਿਓ, ਮੈਂ ਕਹਿੰਦਾ ਕਿ ਟਾਈਮ ਦਿਓ, ਅਸੀਂ ਵੀ ਚੁੱਪ ਕਰਕੇ ਬੈਠੇ ਹਾਂ, ਤਮਾਸ਼ਾ ਵੇਖਣ ਡਿਆ, ਤੇਲ ਵੇਖਣ ਡਿਆ, ਤੇਲ ਦੀ ਧਾਰ ਵੇਖਣ ਡਿਆ ਕਿ ਕੀ ਹੋ ਰਿਹਾ। ਕਿਉਂਕਿ ਕੋਈ ਵੀ ਸ਼ੁਰੂਆਤ ਕਰਦਾ ਸ਼ੁਰੂਆਤ ਚ ਉਹਨੂੰ ਸਮਾਂ ਦਿੱਤਾ ਜਾਂਦਾ, ਸਮਾਂ ਦੇਣਾ ਚਾਹੀਦਾ, ਘੱਟੋ ਘੱਟ 28 ਦਿਨ। ਆ ਜਿਹੜਾ ਪਹਿਲਾ ਮੁੱਦਾ ਨਸ਼ੇ ਦਾ, ਇਹ 28 ਦਿਨ ਵੇਖਣੇ ਚਾਹੀਦੇ ਆ ਕਿ ਕਿਸ ਤਰ੍ਹਾਂ ਦੀ ਤਬਦੀਲੀ ਆਉਂਦੀ ਆ, ਫਿਰ ਉਹ ਪੜਾਅ ਦਰ ਵੇਖਿਆ ਜਾਏਗਾ ਕਿ ਕੀ ਗੁਲ ਖਿਲਾਉਂਦੇ ਆ ਜੀ। ਸੋ ਮੇਰੇ ਖਿਆਲ ਦੇ ਨਾਲ ਇੰਤਜ਼ਾਰ ਕਰ ਲੈਣਾ ਚਾਹੀਦਾ। ਹੁਣ ਮੇਰਾ ਇੱਕ ਸਭ ਤੋਂ ਵੱਡਾ ਦੁੱਖ ਇਹ ਆ ਕਿ ਮੈਂ ਭੁੱਲ ਜਾਂਦਾ, ਹੁਣ ਤੁਸੀਂ ਦੂਜਾ ਕੀ ਕਿਹਾ ਸੀਗਾ ਮੇਰੇ ਖਿਆਲ ਦੇ ਨਾਲ, ਉਹ ਜਿਹੜਾ ਜਿਹੜਾ ਸਨਮਾਨ ਵਾਲਾ ਸੈਸ਼ਨ ਦੀ ਗੱਲ ਕਰਦੇ ਸੀ, ਆਮ ਆਦਮੀ ਪਾਰਟੀ ਵੀ ਕੁਰਸੀ ਨੂੰ ਲੈ ਕੇ ਸਿਮਟੇ ਨੇ। ਉਹਦੇ ਚ ਇਹ ਆ ਸਰਦਾਰ ਸਾਹਿਬ, ਦੇਖੋ ਇੱਥੇ ਸਪੀਕਰ ਨੇ ਵੀ ਥੋੜੀ ਜਿਹੀ ਅੜੀ ਕੀਤੀ ਹੈ। ਪਹਿਲਾਂ ਤਾਂ ਇਹਨਾਂ ਨੂੰ ਕਮਰਾ ਜਿਹੜਾ ਉਹ ਕਮਰਾ ਉਹਨਾਂ ਬੰਦਿਆਂ ਨਾਲ ਵੀ ਛੋਟਾ ਦਿੱਤਾ ਜਿਹਨਾਂ ਦੇ ਕੋਲ ਚੁੱਕੇ ਚ 3 MLA ਆ, ਭਾਰਤੀ ਜਨਤਾ ਪਾਰਟੀ ਕੋਲ 3 MLA ਆ, ਤੇ ਉਹਨਾਂ ਤੋਂ ਵੀ ਛੋਟਾ ਕਮਰਾ ਇਹਨਾਂ ਨੂੰ ਦਿੱਤਾ। ਉੱਥੇ ਰੌਲਾ ਪੈ ਗਿਆ, ਇਹ ਕਹਿੰਦੇ ਅਸੀਂ ਬੰਦੇ 22 ਆ, ਅਸੀਂ ਕਿੱਥੇ ਬਹੀਏ, ਤੇ ਜਿਹੜੇ ਬੰਦੇ 3 ਆ ਉਹਨਾਂ ਨੂੰ ਤੁਸੀਂ ਕਮਰਾ ਵੱਡਾ ਦਿੱਤਾ, ਤੇ ਉਹੀ ਕਮਰਾ ਉਹਨਾਂ ਨੂੰ ਫੇਰ ਅਲਾਟ ਕਰਤਾ ਜਿਹੜਾ ਪਿਛਲੇ ਵਾਰੀ ਸੀ। ਚਲੋ ਉਹ ਮਸਲਾ ਨਿਬੜਿਆ, ਇਹਨਾਂ ਨੂੰ ਕਮਰਾ ਵੱਡਾ ਦਿੱਤਾ ਗਿਆ, ਫਿਰ ਰੌਲਾ ਪੈ ਗਿਆ ਕੁਰਸੀ ਦਾ। ਕੁਰਸੀ ਦਾ ਰੌਲਾ ਇਹ ਸੀਗਾ ਕਿ ਉਹ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੋਵਾਂ ਦੇ ਜਿਹੜੇ ਅਲਾਇੰਸ ਦੇ ਬੰਦੇ ਸੀਗੇ ਉਹਨਾਂ ਨੂੰ ਅੱਡੋ ਅੱਡ ਬਿਠਾਉਂਦੇ ਸੀ, ਔਰ ਇਹਦੇ ਚ ਬੈਂਸ ਬ੍ਰਦਰ ਸੀਗੇ ਜਿਹੜੇ ਉਹਨਾਂ ਨੂੰ ਬਿਲਕੁਲ ਫਾਡੀ ਸੀਟਾਂ ਤੇ ਬਿਠਾਉਂਦੇ ਸੀ। ਉਹ ਕਹਿੰਦੇ ਸਨ ਕਿ ਅਸੀਂ ਆਪਣੇ ਅਲਾਇੰਸ ਦੇ ਬੰਦਿਆਂ ਦੇ ਨਾਲ ਬਹਿਣਾ, ਕਿਉਂਕਿ ਸਾਡਾ ਇਹ ਜਿਹੜਾ ਪ੍ਰੀ ਪੋਲਿੰਗ ਅਲਾਇੰਸ ਆ ਵੋਟਾਂ ਤੋਂ ਪਹਿਲਾਂ ਦਾ ਅਲਾਇੰਸ ਆ, ਔਰ ਅਸੀਂ ਇੱਥੇ ਬਹਿ ਸਕਦੇ ਹਾਂ। ਔਰ ਉਹਨਾਂ ਨੇ ਮਿਸਾਲ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਔਰ ਅਕਾਲੀ ਇਕੱਠੇ ਬਹਿੰਦੇ ਆ। ਉਹ ਸਪੀਕਰ ਨੇ ਕਿਤੇ ਨਾ ਕਿਤੇ ਉਸ ਮਾਮਲੇ ਦੇ ਵਿੱਚ ਅੜੀ ਰੱਖੀ ਆ। ਮਸਲਾ ਇਹ ਨਜਿੱਠਿਆ ਜਾ ਸਕਦਾ ਸੀਗਾ ਜੇ ਉੱਥੇ ਬੈਸ ਬ੍ਰਦਰਸ ਉਹਨਾਂ ਦੇ ਨਾਲ ਬਹਿ ਜਾਂਦੇ, ਚਲੋ ਦੋ ਨਹੀਂ ਇੱਕ ਨੂੰ ਪਾ ਦਿੰਦੇ, ਤੇ ਮਸਲਾ ਮੇਰੇ ਖਿਆਲ ਦੇ ਨਾਲ ਸੁਲਟ ਜਾਣਾ ਸੀਗਾ। ਔਰ ਦੂਜੀ ਗੱਲ ਹੈ ਜਿਹੜੀ ਕਿ ਇਹ ਸੈਸ਼ਨ ਹੈ ਜਿਹੜਾ ਉਹ ਸਪੈਸ਼ਲ ਸੈਸ਼ਨ ਸੀਗਾ, ਇੱਕ ਦਿਨ ਹੀ ਵੈਸੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਇੱਕ ਦਿਨ ਬਹਿਸ ਹੋਣੀ ਸੀ, ਉਹ ਚਲੋ ਇਸ ਕੰਮ ਦੇ ਭੇਂਟ ਚੜ ਗਿਆ। ਅਗਾਂਹ ਹਾਲੇ ਬਹੁਤ ਸਮਾਂ ਪਿਆ, ਉੱਥੇ ਵੇਖੀ ਜਾਊਗੀ ਕਾਰਗੁਜ਼ਾਰੀ, ਪਰ ਉਤਰਾ ਕੱਲੀ ਕੁਰਸੀ ਦਾ ਨੀ, ਆਹ ਹੁਣ ਇਹਨਾਂ ਦੀ ਕੋਠੀ ਦਾ ਰੌਲਾ ਪੈ ਗਿਆ। ਫੁਲਕਾ ਸਾਹਿਬ ਕਹਿੰਦੇ ਕਿ ਮੈਂ ਆਹ ਕੋਠੀ ਨੀ ਆਹ ਕੋਠੀ ਲੈਣੀ ਹੈ, ਤੇ ਹੁਣ ਲੋਕ ਹੱਸਣ ਡੇ ਆ ਕਿ ਪੰਜਾਬ ਲਈ ਤਾਂ ਭਾਵੇਂ ਕੋਈ ਮੋਰਚਾ ਲੱਗੇ ਜਾਂ ਨਾ ਲੱਗੇ, ਕੋਠੀ ਵੀ ਹੋ ਸਕਦਾ ਕੋਈ ਚਾਬੀ ਮੋਰਚਾ ਲੱਗ ਜਾਵੇ। ਜੀ ਜੀ ਜੀ। ਅਗਲੇ ਕਾਲਰ ਬਲਵਿੰਦਰ ਸਿੱਧੂ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਇੱਕ ਖੁਦਮੁਖਤਿਆਰੀ ਦਾ ਕੇਸ ਕੀਤਾ ਸੀ ਦਿੱਲੀ ਸਰਕਾਰ ਨੇ ਜੀ ਸੁਪਰੀਮ ਕੋਰਟ ਦੇ ਵਿੱਚ, ਉਹ
ਸਿੰਘਲ ਬੈਂਚ ਨੇ ਸੁਪਰੀਮ ਕੋਰਟ ਦੇ ਨੇ ਫੁੱਲ ਬੈਂਚ ਨੂੰ ਕੇਸ ਦਿੱਤਾ ਸੀ ਤਕਰੀਬਨ ਫਰਵਰੀ ਚ, ਓਹਦੇ ਬਾਰੇ ਜੀ ਮੁੜ ਕੇ ਕੋਈ ਪਤਾ ਨੀ ਲੱਗਿਆ ਜੀ ਕੀ ਗੱਲਬਾਤ ਬਣੀ। ਨਹੀਂ ਓਹਦੀ ਹਲੇ ਸੁਣਵਾਈ ਨੀ ਹੋਈ ਸਰਦਾਰ ਸਾਹਿਬ, ਔਰ ਮੇਰੇ ਖਿਆਲ ਦੇ ਨਾਲ ਓਹਦੀ ਸੁਣਵਾਈ ਇਮੀਡੀਏਟਲੀ ਹੋਣੀ ਚਾਹੀਦੀ ਆ, ਕਿਉਂਕਿ ਇੱਥੇ ਸਰਕਾਰ ਓਹਦੇ ਬਾਅਦ ਤੇ ਸਗੋਂ ਮੁਸ਼ਕਾਂ ਵਧੀਆ ਗਈਆਂ ਸਰਕਾਰ ਦੀਆਂ, ਸਰਕਾਰ ਬਿਲਕੁਲ ਪਾਵਰਲੈਸ ਹੈ ਇਸ ਸਮੇਂ ਦਿੱਲੀ ਦੀ। ਔਰ ਮੈਂ ਹਮੇਸ਼ਾ ਇਹੀ ਗੱਲ ਕਹਿਣਾ, ਪਿਛਲੇ ਹਫਤੇ ਦੋ ਹਫਤੇ ਤੋਂ ਗੁਜ਼ਸ਼ਤਾ 15-20 ਦਿਨਾਂ ਤੋਂ ਇਹ ਗੱਲ ਮੈਂ ਲਗਾਤਾਰ ਮੁਸਲਸਲ ਕਹਿਣ ਡਿਆ ਵਾਂ ਕਿ ਅਰਵਿੰਦ ਕੇਜਰੀਵਾਲ ਨੂੰ ਸੰਭਲ ਕੇ MCD ਜਿੱਤਣੀ ਚਾਹੀਦੀ ਆ। ਸਭ ਤੋਂ ਵੱਡੀ ਗੱਲ ਤੇ ਆ ਕਿ MCD ਦਾ ਅਧਿਕਾਰ ਖੇਤਰ ਇੱਕ ਵਾਰੀ ਹਾਲ ਦੀ ਘੜੀ ਜਿੰਨੀ ਕੋਈ ਇਹਨਾਂ ਦੇ ਕੋਲ ਸ਼ਕਤੀ ਆ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਉਸ ਅਧਿਕਾਰ ਖੇਤਰ ਦੀ ਸ਼ਕਤੀ, ਤੇ ਜੇ MCD ਚੋਣਾਂ ਜਿੱਤ ਜਾਂਦੇ ਆ ਬਹੁਤ ਹੱਥ ਇਹਨਾਂ ਦਾ ਖੁੱਲ ਜਾਊਗਾ, ਬਹੁਤ ਹੱਦ ਤੱਕ ਖੁੱਲ ਜਾਊਗਾ। ਪਰ ਜਿਹੜੀ ਤੁਸੀਂ ਉਹ ਗੱਲ ਕਹੀ ਆ, ਮੈਂ ਵੀ ਹੈਰਾਨ ਆ ਕਿ ਇਹੋ ਜਿਹੇ ਮੁੱਦੇ ਜਿਹੜੇ ਕਿ ਸੰਵਿਧਾਨਿਕ ਸਿਧਾਂਤਾਂ ਦੇ ਨਾਲ ਜੁੜੇ ਮੁੱਦੇ ਆ ਉਹਨਾਂ ਤੇ ਵੀ ਜੁਡੀਸ਼ਰੀ ਇੰਨੀ ਜ਼ਿਆਦਾ ਸੁਸਤ ਆ, ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਆਮ ਬੰਦਾ ਜੇ ਉੱਥੋਂ ਤੱਕ ਇਨਸਾਫ ਲੈਣ ਚਲਾ ਜਾਵੇ ਤੇ ਉਹਦੀਆਂ ਤੇ ਮੇਰੇ ਖਿਆਲ ਦੇ ਨਾਲ ਪੀੜ੍ਹੀਆਂ ਗਲ ਜਾਣਗੀਆਂ। ਔਰ ਸਾਡੇ ਇੱਥੇ ਹੋਇਆ ਵੀ ਆ, 3-3 ਪੀੜ੍ਹੀਆਂ 4-4 ਪੀੜ੍ਹੀਆਂ ਕੇਸ ਝਗੜਦੀਆਂ ਪਈਆਂ ਤੇ ਕੇਸ ਉੱਥੇ ਦਾ ਉੱਥੇ ਹੀ ਖੜਾ, ਇਹਦਾ ਫੈਸਲਾ ਹੋਣਾ ਚਾਹੀਦਾ। ਔਰ ਇਸ ਗੱਲ ਨੂੰ ਵੀ ਮੈਂ ਹੈਰਾਨ ਆ ਕਿ ਜੇਠ ਮਲਾਨੀ ਵਰਗਾ ਜੇਠ ਇਹਨਾਂ ਦੇ ਕੋਲ ਆ, ਘੱਟੋ ਘੱਟ ਉਹਨੂੰ ਕਹਿ ਕੇ ਕੇਸ ਦੀ ਸੁਣਵਾਈ ਦੀ ਛੇਤੀ ਕਰਾਉਣ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਸ਼ੋਕ ਵਰਮਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਭਾਅ ਜੀ, ਸਤਿ ਸ੍ਰੀ ਅਕਾਲ, ਮੈਂ ਬੋਲ ਰਿਹਾ ਅਸ਼ੋਕ ਵਰਮਾ ਲੁਧਿਆਣੇ ਤੋਂ ਜੀ। ਸਤਿ ਸ੍ਰੀ ਅਕਾਲ ਜੀ, ਮੇਰਾ ਕੁਐਸਚਨ ਇਹ ਹੈ ਕਿ ਆਪਣੇ ਆਪ ਨੂੰ ਸੁਪਰ ਸਟਾਰ ਕੁਹਾਂਦੀ ਬਾਲੀਵੁੱਡ ਦੀ ਅਭਿਨੇਤਰੀ ਰਾਖੀ ਸਾਵੰਤ ਨੂੰ ਪੰਜਾਬ ਪੁਲਿਸ ਫੜਨ ਗਈ ਖਾਲੀ ਹੱਥ ਵਰਤੀ ਹੈ, ਤੇ ਹੁਣ ਉਹਦਾ ਕੇਸ ਕੀ ਬਣਿਆ ਜੀ? ਦੇਖੋ ਉੱਥੇ ਵੀ ਬੜਾ ਡਰਾਮਾ ਹੋਇਆ, ਵੈਸੇ ਤਾਂ ਉਹ ਡਰਾਮਾ ਕੁਈਨ ਰਾਖੀ ਸਾਵੰਤ ਹੈ ਜਿਹੜੀ ਬੀਬੀ, ਉਹ ਡਰਾਮਿਆਂ ਚ ਮਾਹਰ ਆ, ਪਰ ਉੱਥੇ ਬੜਾ ਡਰਾਮਾ ਵੱਡਾ ਹੋਇਆ। ਪੰਜਾਬ ਪੁਲਿਸ ਗਈ ਔਰ ਉਹਦੀ ਜਿਹੜੀ ਓਫੀਸ਼ੀਅਲ ਟੀਮ ਆ ਜਿਹੜੀ ਉਹਦੇ ਨਾਲ ਕੰਮ ਕਰਦੀ ਆ, ਉਹਨੇ ਸਾਰੇ ਮੀਡੀਆ ਨੂੰ ਆਪ ਟੈਲੀਫੋਨ ਕਰਕੇ ਦੱਸਿਆ ਕਿ ਸਾਡੀ ਮੈਡਮ ਫੜੀ ਗਈ ਆ, ਗ੍ਰਿਫਤਾਰ ਕਰ ਲਿਆ ਗਿਆ, ਉਹਨੂੰ ਅਰੈਸਟ ਹੋ ਗਈ ਆ। ਉਹ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਹੈ ਜਿਹੜਾ ਲੁਧਿਆਣੇ ਦਾ ਪੁਲਿਸ ਕਮਿਸ਼ਨਰ, ਉਹ ਕਹਿੰਦਾ ਜੀ ਕਿ ਨਹੀਂ ਉਹ ਗ੍ਰਿਫਤਾਰ ਨਹੀਂ ਹੋਈ। ਸੋ ਬਾਅਦ ਦੇ ਵਿੱਚ ਅਗਲੇ ਦਿਨ ਕੀ ਹੋਇਆ ਕੀ ਨਹੀਂ ਉਹ ਸਾਰਿਆਂ ਦੀ ਸਮਝ ਤੋਂ ਬਾਹਰ ਆ ਗੱਲ, ਕਿ ਇੱਕ ਵਾਰੀ ਇਹ ਵੀ ਹੋਇਆ ਕਿ ਜਦੋਂ ਖਬਰ ਆਈ ਪੰਜਾਬ ਪੁਲਿਸ ਉੱਥੇ ਪਹੁੰਚ ਗਈ ਹੈ, ਨਾਲ ਦੀ ਨਾਲ ਰਾਖੀ ਸਾਵੰਤ ਦਾ ਵੀਡੀਓ ਵੀ ਆ ਗਿਆ ਕਿ ਉਹਨੇ ਵਾਲਮੀਕ ਸਮਾਜ ਤੋਂ ਮਾਫ਼ੀ ਮੰਗ ਲਈ ਹੈ, ਔਰ ਉਹ ਪਹਿਲਾਂ ਤਾਂ ਮੰਗੀ ਨੀ, 6-7 ਮਹੀਨਿਆਂ ਤੋਂ ਰੇੜਕਾ ਪਿਆ ਰਿਹਾ, ਵਾਰੰਟ ਵੀ ਨਿਕਲੇ ਉਹਦੇ, ਪਹਿਲਾਂ ਤਾਂ ਮੰਗੀ ਨੀ। ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਤੇ ਉਹਦੀ ਸੰਗੀ ਦੇ ਨੇੜੇ ਗੂਠਾ ਗਿਆ ਜਿਹੜਾ ਉਹਨੇ ਉਦਨ ਤੱਤ ਫੱਟ ਵੀਡੀਓ ਪਾਇਆ। ਤਾਂ ਪੁਲਿਸ ਗਈ, ਪੁਲਿਸ ਜਾ ਕੇ ਕਿੱਥੋਂ ਪਰਤਾਈ ਆ, ਇਹ ਵਾਕਿਆ ਹੈਰਾਨਗੀ ਵਾਲਾ ਮਸਲਾ ਹੈ। ਦੂਜੀ ਗੱਲ ਇਹ ਆ ਕਿ ਬੀਬੀ ਰਾਖੀ ਸਾਵੰਤ ਦਾ ਖਹਿੜਾ ਛੁੱਟਣਾ ਨਹੀਂ, ਪੰਜਾਬ ਪੁਲਿਸ ਬੇਸ਼ੱਕ ਉੱਥੇ ਬੰਬੇ ਦੀ ਸੈਰ ਕਰਕੇ ਇੱਕ ਵਾਰੀ ਮੁੜਾ ਹੀ ਹੋਊਗੀ, ਦੋ ਵਾਰੀ ਮੁੜਾ ਵੇ, ਅਖੀਰ ਬੀਬੀ ਰਾਖੀ ਸਾਵੰਤ ਨੂੰ ਇੱਥੇ ਆਉਣਾ ਹੀ ਪੈਣਾ, ਉਹਨੂੰ ਹਾਜ਼ਰ ਹੋਣਾ ਪੈਣਾ, ਕਿਉਂਕਿ ਉਹਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਆ। ਉਹ ਜਾਂ ਤੇ ਇੱਕ ਵਾਰੀ ਅਦਾਲਤ ਚ ਆ ਕੇ ਉੱਥੇ ਜਿਹੜੇ ਵਾਲਮੀਕ ਸਮਾਜ ਦੇ ਜਿਹੜੇ ਉੱਥੇ ਪਟੀਸ਼ਨ ਕਰਤਾ ਉਹਨਾਂ ਦੇ ਕੋਲ ਮਾਫ਼ੀ ਮੰਗ ਕੇ ਉਹਨਾਂ ਨੂੰ ਰਜਾਮੰਦ ਕਰ ਲਵੇ। ਨਹੀਂ ਤਾਂ ਮੇਰੇ ਖਿਆਲ ਦੇ ਨਾਲ ਜੇ ਬੀਬੀ ਰਾਖੀ ਸਾਵੰਤ ਇਸ ਤਰ੍ਹਾਂ ਠੀਕ ਹੈ, ਇੱਕ ਵਾਰੀ ਟਰਕਾ ਕੇ, ਦੋ ਵਾਰੀ ਟਰਕਾ ਕੇ ਪੰਜਾਬ ਪੁਲਿਸ ਨੂੰ ਮੋੜ ਦੂ, ਤੀਜੀ ਚੌਥੀ ਵਾਰ ਇਹ ਕੰਮ ਨਹੀਂ ਚੱਲਣਾ, ਮੁੜ ਕੇ ਫਿਰ ਇਸ ਬੀਬੀ ਨੂੰ ਜੇਲ੍ਹ ਦੇ ਵੀਜ਼ੇ ਤੇ ਕੁਛ ਚਿਰ ਲਈ ਯਾਤਰਾ ਵੀ ਕਰਨੀ ਪੈ ਸਕਦੀ ਹੈ। ਜੀ ਜੀ, ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਹਰਭਜਨ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਰੇਡੀਓ ਸਟਾਫ ਤੇ ਸਾਰੇ ਸੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਵੀ, ਮੈਂ ਪਹਿਲਾਂ ਵੀ ਕਈ ਵਾਰ ਪੁਆਇੰਟ ਦੇ ਚੁੱਕਾ, ਮੇਰਾ ਪੁਆਇੰਟ ਹੈ ਜੀ ਇੱਕ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ ਜਿਹੜੇ ਆ ਉਹ ਐਕਸੀਡੈਂਟ ਕਰਾ ਰਹੇ ਪਸ਼ੂ ਤੇ ਲੋਕਾਂ ਦੀਆਂ ਫਸਲਾਂ ਜਾ ਰਹੇ, ਕੁੱਤੇ ਲੋਕਾਂ ਨੂੰ ਖਾ ਰਹੇ ਆ, ਇਹ ਕੋਈ ਸਰਕਾਰ ਤਾਂ ਹੀ ਆਵਾਜ਼ ਤੁਸੀਂ ਉਠਾਓਗੇ ਪਿਛਾਓਗੇ ਜਾਂ ਇਹਦਾ ਕੀ ਬੰਦੋਬਸਤ ਹੋਊਗਾ ਜੀ? ਇਹ ਸਵਾਲ ਮੇਰੇ ਕੋਲ ਸਾਲ ਤੋਂ ਹੋ ਗਿਆ ਜੀ ਇਹ ਪੁਆਇੰਟ ਦੇ। ਜੀ ਤੇ ਹਰਭਜਨ ਜੀ ਦੱਸ ਜੀਏ, ਮਿੰਟੂ ਜੀ ਤਾਂ ਉਸਦੇ ਵਿੱਚ ਨੀਤੀ ਘਾੜੇ ਨਹੀਂ ਆ, ਸੋ ਇਹ ਨੀਤੀਆਂ ਤਾਂ ਜਿਹੜੇ ਹੁਣ ਉੱਥੇ ਚੁਣ ਕੇ ਪਹੁੰਚੇ ਆ ਉਹੀ ਘੜ ਸਕਦੇ ਨੇ। ਬਾਕੀ ਮਿੰਟੂ ਜੀ ਕੀ ਤੁਸੀਂ ਇੱਥੇ ਵਿਚਾਰ ਦੇਣਾ ਚਾਹੁੰਦੇ ਹੋ? ਜੀ ਦੇਖੋ, ਬਿਲਕੁਲ ਤੁਹਾਡੀ ਸਮੱਸਿਆ ਔਰ ਤੁਹਾਡੀ ਚਿੰਤਾ ਮੈਂ ਦੋਨਾਂ ਦੀ ਕਦਰ ਕਰਦਾ ਜੀ, ਜਿਹੜੀ ਤੁਸੀਂ ਇਹ ਸਮੱਸਿਆ ਚੁੱਕਿਆ, ਤੁਸੀਂ ਸਮੱਸਿਆ ਦੇ ਪਿੱਛੇ ਜਿਹੜੀ ਪੀੜ ਆਪਦੀ ਦਰਸਾਈ ਆ ਉਹ ਵਾਕਈ ਲਾਮਿਸਾਲ ਆ, ਬੇਮਿਸਾਲ ਆ। ਪਰ ਇੱਥੇ ਦੇਖੋ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਖੇਤਾਂ ਦੇ ਵਿੱਚ ਉਹ ਫਸਲਾਂ ਚਰਦੇ ਪਏ ਆ, ਕੁੱਤੇ ਆ ਜਿਹੜੇ ਉਹ ਨਸਲਾਂ ਚਰਦੇ ਪਏ ਆ ਪਿੰਡਾਂ ਦੇ ਵਿੱਚ,
ਪਰ ਦੋਨਾਂ ਹੀ ਸੂਰਤਾਂ ਦੇ ਵਿੱਚ ਕੋਈ ਬੰਦਾ ਉਹਨਾਂ ਦੇ ਅੱਗੋਂ ਡੰਡਾ ਨਹੀਂ ਮਾਰਦਾ, ਡਰਦਾ ਕਿਤੇ ਸਿਆਪਾ ਹੋਰ ਨਾ ਪਾ ਲਈਏ, ਆਪ ਤੇ ਚਲੋ ਧੁਨੀ ਚ ਕੋਈ 8-7 ਟੀਕੇ ਲਵਾ ਲਾਂਗੇ, ਕੋਈ 1000 ਖੰਡ ਰੁਪਈਆ ਹੀ ਆ, ਪਰ ਜੇ ਕਿਤੇ ਇਹ ਕੇਸ ਪੈ ਗਿਆ ਮੁੜ ਕੇ ਇਹਨਾਂ ਨੇ ਅੱਡੀਆਂ ਰਗੜਾ ਦੇਣੀਆਂ। ਸੋ ਬੜੀ ਅਜੀਬੋ ਗਰੀਬ ਜੀ ਹਾਲਤ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਚਿੰਤਾ ਤੁਹਾਡੀ ਜਾਇਜ਼ ਆ, ਜਿਹੜਾ ਤੁਸੀਂ ਇਸ ਸਮੱਸਿਆ ਨੂੰ ਚੁੱਕ ਰਹੇ ਹੋ ਉਹ ਵਾਜਬ ਆ ਕਿ ਪੰਜਾਬ ਦੀ ਇਹ ਇੱਕ ਬੁਨਿਆਦੀ ਸਮੱਸਿਆ ਬਣਦੀ ਜਾ ਰਹੀ ਆ, ਗੰਭੀਰ ਹੋਵੇ, ਇਹਦਾ ਕੋਈ ਨਾ ਕੋਈ ਹੱਲ ਖੋਜਣਾ ਚਾਹੀਦਾ। ਪਰ ਇਹਦਾ ਹੱਲ ਨਿਕਟ ਵਰਤੀ ਸਮੇਂ ਦੇ ਵਿੱਚ ਮੈਨੂੰ ਹੁੰਦਾ ਜਾਪਦਾ ਨਹੀਂ, ਕਿਉਂਕਿ ਜੇ ਕੋਈ ਹੱਲ ਕਰਨਾ ਪਵੇਗਾ ਤੇ ਥੋੜੇ ਜੇ ਤੁਹਾਨੂੰ ਫਿਰ ਸਮਝੌਤੇ ਕਰਨੇ ਪੈਣਗੇ, ਕਾਨੂੰਨ ਕਾਇਦੇ ਬਦਲਣੇ ਪੈਣਗੇ, ਇੱਛਾ ਸ਼ਕਤੀ ਵਿਖਾਉਣੀ ਪਏਗੀ। ਪੰਜਾਬ ਸਰਕਾਰ ਨੇ ਜੇ ਆਪਣੇ ਪੱਧਰ ਤੇ ਕਰਨਾ ਤੇ ਫਿਰ ਛਾਤੀ ਠੋਕ ਕੇ ਇਹਨਾਂ ਨੂੰ ਜ਼ਰੂਰਤ ਵੀ ਵਿਖਾਉਣੀ ਪਵੇਗੀ ਕਿ ਅਸੀਂ ਆਪਣੇ ਪੱਧਰ ਤੇ ਕੋਸ਼ਿਸ਼ ਕਰਾਂਗੇ, ਤੁਸੀਂ ਸਾਨੂੰ ਰੋਕ ਕੇ ਦਿਖਾਉਣਾ ਤੇ ਦਿਖਾਓ। ਚੰਡੀਗੜ੍ਹ ਦੀ ਮੇਅਰ ਹੁੰਦੀ ਸੀ ਬੀਬੀ ਪੂਨਮ ਸ਼ਰਮਾ ਜਾਂ ਇਹੋ ਜਿਹਾ ਨਾਮ ਸੀ ਉਹਦਾ, ਮੈਨੂੰ ਪੱਕਾ ਤੇ ਨਹੀਂ ਪਤਾ। ਉਹਨੇ ਫਿਰ ਇਸੇ ਤਰੀਕੇ ਨਾਲ ਕੀਤਾ ਸੀ, 2015 ਦੇ ਵਿੱਚ ਨਸਬੰਦੀ ਕਰਾਤੀ ਸੀ ਕੁੱਤਿਆਂ ਦੀ। ਇੱਕ ਵੱਡੋਂ ਐਨ ਜੀ ਓ ਆਉਂਦੇ ਸੀ, ਅਸੀਂ ਕੇਸ ਕਰ ਦਿਆਂਗੇ ਕਰ ਦਿਆਂਗੇ, ਉਹਨੇ ਆਖਿਆ ਜਾਓ ਭਾਜੋ ਇੱਥੋਂ, ਜਿੱਥੇ ਕਰਨਾ ਕਰ ਦਿਓ, ਇਹ ਮੇਰੇ ਲੋਕਾਂ ਦਾ ਮਸਲਾ ਹੈ, ਜੋ ਹੋਏਗਾ ਮੈਂ ਦੇਖ ਲਵਾਂਗੀ, ਪਰ ਹਾਲ ਦੀ ਘੜੀ ਮੈਨੂੰ ਆਪਣਾ ਕੰਮ ਕਰ ਦਿਓ। ਉਹਨੇ ਇਹ ਕੰਮ ਕਰਕੇ ਦਿਖਾਇਆ ਸੀ ਕਿ ਕੁੱਤਿਆਂ ਤੋਂ ਉੱਥੇ ਲੋਕਾਂ ਨੂੰ ਨਿਜਾਤ ਦਵਾਤੀ ਸੀ। ਸੋ ਇਸ ਤਰ੍ਹਾਂ ਦਾ ਸਾਡੇ ਪੰਜਾਬ ਵਿੱਚ ਵੀ ਹੋ ਜਾਵੇ ਤੇ ਬਹੁਤ ਚੰਗੀ ਗੱਲ ਆ, ਪਰ ਹਾਲ ਦੀ ਘੜੀ ਮੈਨੂੰ ਨੀ ਲੱਗਦਾ ਕਿ ਨੇੜਲੇ ਸਮੇਂ ਦੇ ਵਿੱਚ ਇਹ ਹੋ ਜਾਵੇਗਾ ਸਭ ਕੁਛ। ਜੀ ਜੀ, ਤੇ ਆਪਣੇ ਅੱਜ ਦੇ ਅਖੀਰਲੇ ਕਾਲਰ ਆਪਾਂ ਲਵਾਂਗੇ ਬਲਬੀਰ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਮੈਂ ਦੋ ਨਿੱਕੇ ਨਿੱਕੇ ਸਵਾਲ ਹੀ ਕਰਨੇ ਸੀਗੇ। ਇੱਕ ਤਾਂ ਮਿੰਟੂ ਭਾਅ ਨੇ ਥੋੜਾ ਦੱਸ ਹੀ ਦਿੱਤਾ ਵੀ ਆਪਣਾ ਜਥੇਦਾਰ ਕੀ ਇਹ ਹੁਕਮ ਨਹੀਂ ਪਾਸ ਕਰ ਸਕਦਾ ਵੀ ਜਿਵੇਂ ਹੁਣ ਦਮਦਮਾ ਸਾਹਿਬ ਵਿਸਾਖੀ ਆ ਰਹੀ ਹੈ ਕਿ ਉੱਥੇ ਕਿਸੇ ਵੀ ਸਿਆਸੀ ਪਾਰਟੀ ਦੀ ਕਾਨਫਰੰਸ ਨਾ ਹੋਵੇ। ਔਰ ਦੂਸਰਾ ਜਿਹੜਾ ਪੁਲਿਸ ਦੀ ਇਹਨਾਂ ਨੇ ਗੱਲ ਕੀਤੀ ਸੀਗੀ ਵੀ ਪਹਿਲਾਂ ਬਾਦਲ ਦੇ ਟਾਈਮ 'ਚ ਤਾਂ ਚਲੋ ਪੁਲਿਸ ਨੇ ਜਿਹੜਾ ਗੰਦ ਪਾਇਆ ਸੀ, ਹੁਣ ਲੋਕ ਸੋਚਦੇ ਸ਼ਾਇਦ ਕੈਪਟਨ ਸਾਹਿਬ ਆ ਕੇ ਕੋਈ ਝੁਰਲੂ ਲੈ ਕੇ ਹੁਣ ਤਾਂ ਸਾਰਾ ਕੁਛ ਸਹੀ ਹੋ ਜੂਗਾ, ਇਹ ਫੇਰ ਉਹੀ ਕੁਝ ਕਰੀ ਜਾਂਦੇ ਆ, ਫਿਰ ਕਿਵੇਂ ਸੁਧਰੂਗਾ ਪੰਜਾਬ। ਜੀ ਥੈਂਕ ਯੂ ਜੀ। ਦੇਖੋ ਜਿਹੜੀ ਜਥੇਦਾਰ ਵਾਲੀ ਗੱਲ, ਸਭ ਕੁਛ ਕਰ ਸਕਦਾ ਜੇ ਜਥੇਦਾਰ ਚਾਹੇ, ਪਰ ਜਥੇਦਾਰ ਕਰੂਗਾ ਕੀ? ਉਹ ਤੇ ਆ ਜਿਹੜੇ ਸਾਲ ਬਿਤਾਏ ਉਹਨੇ ਆਪਣੇ ਉੱਥੇ ਗੱਡੀ ਤੇ ਬਹਿ ਕੇ, ਉਹ ਸਾਰੇ ਟੈਲੀਫੋਨ ਤੇ ਬਿਤਾਏ ਆ। ਜਿਹਨੇ ਪ੍ਰੈਸ ਨੋਟ ਜਾਰੀ ਕਰਨਾ ਹੈ ਤੇ ਪ੍ਰੈਸ ਨੋਟ ਵੀ ਉਹਨੇ ਟੈਲੀਫੋਨ ਤੇ ਪਹਿਲਾਂ ਪੁੱਛ ਕੇ ਜਾਰੀ ਕਰਨਾ ਕਿ ਜਾਰੀ ਕਰਦੇ ਆ। ਬਿਆਨ ਜੇ ਦੇਣਾ ਕੋਈ ਬਾਇਟ ਦੇਣੀ ਹੈ ਤਾਂ ਟੈਲੀਫੋਨ ਦੇਖ ਲਓ, ਤਾਂ ਬੰਦ ਹੋ ਗਿਆ ਸੀਗਾ ਜਦੋਂ ਇਹਨਾਂ ਨੇ ਡੇਰੇ ਦਾ ਸਮਰਥਨ ਲਿਆ, ਤੇ ਜਿੱਦਣ ਵੋਟਾਂ ਪੈ ਗਈਆਂ 1 ਘੰਟੇ ਬਾਅਦ ਉਹਦਾ ਟੈਲੀਫੋਨ ਖੁੱਲ ਗਿਆ। ਇਹੋ ਜਿਹਾ ਜਥੇਦਾਰ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈ ਸਕਦਾ। ਮੈਂ ਤੇ ਹੈਰਾਨ ਆ ਕਿ ਅਸਰੂਪੇ ਵਾਲਾ ਫੈਸਲਾ ਪਤਾ ਨੀ ਕਿਵੇਂ ਲੈ ਲਿਆ, ਔਰ ਲਿਆ ਵੋਟਾਂ ਤੋਂ ਬਾਅਦ ਆ। ਜੇ ਵੋਟਾਂ ਤੋਂ ਪਹਿਲਾਂ ਲੈ ਲੈਂਦਾ ਤੇ ਹੋ ਸਕਦਾ ਸੀ ਹੁਣ ਜਥੇਦਾਰ ਮੁਕਤਸਰ ਵਾਲੀ ਬੱਸ ਚੜਾਇਆ ਹੁੰਦਾ। ਸੋ ਇਹ ਜਥੇਦਾਰ ਤੋਂ ਬਹੁਤੀ ਉਮੀਦ ਤੇ ਨਹੀਂ ਰੱਖੀ ਜਾ ਸਕਦੀ। ਪਰ ਜਥੇਦਾਰ ਦੇਖੋ ਜਥੇਦਾਰ ਹੀ ਆ, ਮੇਰੇ ਖਿਆਲ ਦੇ ਨਾਲ ਜਥੇਦਾਰ ਵਾਲੀ ਕੋਈ ਗੱਲ ਹੈ ਨਹੀਂ ਗੀ। ਜਥੇਦਾਰ ਬਹੁਤ ਬਹੁਤ ਵੱਡਾ ਅਹੁਦਾ ਹੈ, ਔਰ ਖਾਸ ਤੌਰ ਤੇ ਅਕਾਲ ਤਖ਼ਤ ਦੇ ਜਥੇਦਾਰ ਦਾ ਤੇ ਬਹੁਤ ਹੀ ਵੱਡਾ ਅਹੁਦਾ ਹੈ, ਬੜਾ ਮਰਿਆਦਿਕ, ਬੜਾ ਸਿਧਾਂਤਕ ਅਹੁਦਾ ਹੈ। ਪਰ ਇਸ ਜਥੇਦਾਰ ਨੇ ਕੁਛ ਨੀ ਕੀਤਾ। ਹੁਣ ਇਹਦੀ ਛੱਡੋ, ਮੈਂ ਤਾਂ ਕਹਿੰਦਾ ਵੀ ਬਹੁਤੀ ਗੱਲ ਕਰਨ ਦੀ ਜ਼ਰੂਰਤ ਨੀ, ਪਰ ਜਿਹੜੀ ਗੱਲ ਤੁਸੀਂ ਪੁਲਿਸ ਦੀ ਕੀਤੀ ਹੈ, ਬੜੀ ਗੱਲ ਤੁਸੀਂ ਠੋਸ ਕੀਤੀ ਹੈ ਕਿ ਸਰਕਾਰ ਬਦਲ ਜਾਵੇਗੀ ਤਾਂ ਸੋਚਦੇ ਸਨ ਲੋਕ ਕਿ ਕੁਛ ਨਾ ਕੁਛ ਬਦਲਾ ਆਏਗਾ। ਪਰ ਦੇਖੋ ਪੰਜਾਬ ਪੁਲਿਸ ਦਾ ਮੈਨੂੰ ਨੀ ਲੱਗਦਾ ਤਵਾਜ਼ਨ ਜਿਹੜਾ ਉਹ ਸੈੱਟ ਹੋਇਆ ਹੋਇਆ ਨਾ, ਉਹਦਾ ਮਾਨਸਿਕ ਤਵਾਜ਼ਨ ਹੈ ਜਿਹੜਾ, ਮੈਨੂੰ ਨੀ ਲੱਗਦਾ ਕੋਈ ਰਾਤੋ ਰਾਤ ਬਦਲ ਸਕਦਾ। ਜੇ ਇਹਦੇ ਲਈ ਇਹ ਨਿਯਮਤ ਲਗਾਤਾਰ ਕੋਸ਼ਿਸ਼ਾਂ ਕਰਨ ਫਿਰ ਹੋ ਸਕਦਾ, ਥੋੜੀ ਸਖਤਾਈ ਕਰਨ। ਇਹ ਹੁੰਦਾ ਕੀ ਆ ਕਿ ਇੱਕ ਪੁਲਿਸ ਮੁਲਾਜ਼ਮ ਜੇ ਕਿਸੇ ਕਾਰਵਾਈ ਦੇ ਸ਼ਿਕੰਜੇ ਚ ਫਸਦਾ ਵੀ ਹੈ, ਉਹਦਾ ਕੀ ਆ ਵੱਧ ਤੋਂ ਵੱਧ? ਉਹਨੂੰ ਪਹਿਲੀ ਗੱਲ ਤੇ ਬਦਲ ਕੇ ਇੱਕ ਥਾਣੇ ਚੋਂ ਦੂਜੇ ਥਾਣੇ ਜਾਂ ਵੱਧ ਤੋਂ ਵੱਧ ਪੁਲਿਸ ਲਾਈਨ ਚ ਕਰ ਦਿੰਦੇ ਆ। ਜੇ ਜ਼ਿਆਦਾ ਹੀ ਹੋਵੇ ਉਹਨੂੰ ਸਸਪੈਂਡ ਕਰ ਦਿੰਦੇ ਆ, ਫਿਰ 2 ਮਹੀਨਿਆਂ ਬਾਅਦ ਫਿਰ ਬਹਾਲ ਕਰ ਦਿੰਦੇ ਆ। ਜੇ ਅਦਾਲਤ ਚ ਵੀ ਮਾਮਲਾ ਚਲਾ ਜਾਵੇ ਤੇ ਉਹ ਕਈ ਕਈ ਸਾਲ ਅੱਧੀ ਤਨਖਾਹ ਲਈ ਜਾਂਦਾ ਘਰ ਬੈਠਾ ਹੀ, ਤੇ ਉਹ ਕਿਤੋਂ ਨਾ ਕਿਤੋਂ ਅੱਗੇ ਜਾ ਕੇ ਫਿਰ ਬਰੀ ਬੁਰੀ ਹੋ ਆਉਂਦਾ, ਤੇ ਜਿਹੜਾ ਬਕਾਇਆ ਜੁੜਿਆ ਹੁੰਦਾ ਉਹ ਫ੍ਰੀ ਦੇ ਵਿੱਚ ਫਿਰ ਸਾਰਾ ਕੁੱਟ ਲੈਂਦਾ। ਸੋ ਸਾਰਾ ਕੁਛ ਕਰਨ ਦੀ ਜ਼ਰੂਰਤ ਆ, ਇਹਨਾਂ ਦੀ ਮਾਨਸਿਕਤਾ ਬਦਲਣ ਦੀ ਵੀ ਜ਼ਰੂਰਤ ਹੈ, ਉਹਦੇ ਲਈ ਪ੍ਰੋਗਰਾਮ ਆਯੋਜਿਤ ਕਰਨ ਦੀ ਜ਼ਰੂਰਤ ਹੈ। ਦੂਸਰਾ ਕਿ ਕਾਇਦਾ ਕਾਨੂੰਨ ਕੁਛ ਇਸ ਟਾਈਪ ਦਾ ਹੋਵੇ ਕਿ ਡਰ ਪੈ ਹੋਵੇ ਕਿ ਸਾਡੇ ਉੱਤੇ ਡੰਡਾ। ਇਹਨਾਂ ਨੇ ਅਸਲ ਦੇ ਵਿੱਚ ਇੱਕ ਲੌਬੀ ਖੜੀ ਕੀਤੀ ਹੋਈ ਹੈ ਆਪਣੀ, ਔਰ ਉਹ ਲੌਬੀ ਇੱਕ ਤਰ੍ਹਾਂ ਨਾਲ ਸਿਆਸੀ ਸੰਗਠਨ ਬਣ ਕੇ ਵਿਚਰਦੀ ਹੈ। ਜੇ ਕਿਸੇ ਉਸ ਲੌਬੀ ਦੇ ਛੋਟੇ ਤੋਂ ਛੋਟੇ ਪੁਲਿਸ ਕਰਮਚਾਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਉਹ ਆਪਣੇ ਪੱਧਰ ਤੇ ਚੁਟਕੀਆਂ ਚ ਹੱਲ ਕਰ ਦਿੰਦੇ ਆ, ਕਿਉਂਕਿ ਉਹ ਸੇਵਾ ਜੋ ਉਹਨਾਂ ਦੀ ਸਿਆਸਤਦਾਨਾਂ ਦੀ ਕਰਦੇ ਆ। ਸੋ ਇਹ ਸਾਰਾ ਜਿਹੜਾ ਇਹ ਨਿਜ਼ਾਮ ਆ ਨਾ, ਇਹ ਨਿਜ਼ਾਮ ਇੱਕ ਸਿਰੇ ਤੋਂ ਬਦਲੇਗਾ
ਸਾਰਾ ਟੋਟਲੀ ਬਦਲੇਗਾ, ਫਿਰ ਕੋਈ ਉਮੀਦ ਕੀਤੀ ਜਾ ਸਕਦੀ ਹੈ। ਹਾਲ ਦੀ ਘੜੀ ਤੇ ਪੁਲਿਸ ਮੈਨੂੰ ਨਹੀਂ ਲੱਗਦਾ ਕਿ ਰਾਤੋ ਰਾਤ ਤੇ ਗੰਗਾ ਨਾਲ ਕੇ ਐ ਸ਼ਰੀਫ ਬਣ ਜੂਗੀ, ਇਸ ਤਰ੍ਹਾਂ ਦੇ ਰੰਗ ਦਿਖਾਉਂਦੀ ਰਹੂਗੀ ਸਮੇਂ ਸਮੇਂ ਤੇ। ਇਹ ਹੈ ਕਿ ਥੋੜਾ ਘੱਟ ਘੱਟ ਜਾਵੇ, ਥੋੜਾ ਫਰਕ ਪੈ ਜਾਵੇ, ਇਹ ਉਮੀਦ ਕੀਤੀ ਜਾ ਸਕਦੀ ਹੈ। ਜੀ ਜੀ ਮਿੰਟੂ ਜੀ, ਜਾਂਦੇ ਜਾਂਦੇ ਛੋਟੀ ਜਿਹੀ ਗੱਲ ਕਰਦੇ ਹਾਂ। ਜਿਹੜੇ ਭਾਜਪਾ ਦਾ ਇੱਕ ਬੰਦਾ ਤਰੁਣ ਵਿਜੇ ਅਲ ਜਜ਼ੀਰਾ ਦੇ ਨਾਲ ਗੱਲ ਕਰਦਾ ਸੀ, ਜਿਹੜੇ ਆਪਾਂ ਦੇਖ ਰਹੇ ਹਾਂ ਵੀ ਫਿਰਕੂ ਜਿਹੜੇ ਉੱਥੇ ਨਸਲੀ ਹਮਲੇ ਜਿਹੜੇ ਹੋ ਰਹੇ ਆ, ਜਿਹੜੇ ਖਾਸ ਕਰਕੇ ਨਾਈਜੀਰੀਅਨਸ ਨੂੰ ਲੈ ਕੇ, ਤਾਂ ਉੱਥੇ ਉਹ ਕਹਿ ਬੈਠਾ ਵੀ ਸਾਡੇ ਅਸੀਂ ਵੀ ਤਾਂ ਸਾਊਥ ਇੰਡੀਅਨਸ ਦੇ ਨਾਲ ਰਹਿੰਦੇ ਹਾਂ, ਤਮਿਲਨਾਡੂ, ਕੇਰਲਾ, ਕਰਨਾਟਕਾ, ਆਂਧਰਾ ਪ੍ਰਦੇਸ਼, ਸਾਡੇ ਮੁਲਕ ਵਿੱਚ ਵੀ ਤਾਂ ਕਾਲੇ ਲੋਕ ਹੈਗੇ, ਅਸੀਂ ਉਹਨਾਂ ਨਾਲ ਰਹੀ ਜਾਂਦੇ ਹਾਂ, ਇਹ ਨਸਲੀ ਜਿਹੜਾ ਭੇਦਭਾਵ ਆਪ ਹੀ ਕਰੀ ਜਾਂਦੇ ਆਪਣਿਆਂ ਨਾਲ ਹੀ। ਦੇਖੋ ਇਹਦੇ ਇਹਦੇ ਬਿਆਨ ਤੋਂ ਬਾਅਦ ਕੋਈ ਸ਼ੱਕ ਰਹਿ ਗਿਆ ਕਿ ਇਹ ਉਹਨਾਂ ਲੋਕਾਂ ਨੂੰ ਸਾਊਥ ਵਾਲੇ ਹੋਣ, ਕੇਰਲਾ ਵਾਲੇ ਹੋਣ, ਕਰਨਾਟਕ ਵਾਲੇ ਹੋਣ ਜਾਂ ਘੱਟ ਗਿਣਤੀਆਂ ਹੋਣ, ਉਹਨਾਂ ਨੂੰ ਕਿਸ ਅੱਖ ਨਾਲ ਦੇਖਦੇ, ਕੋਈ ਸ਼ੱਕ ਰਹਿ ਗਿਆ? ਸੋ ਇਹ ਤੇ ਉਹਦਾ ਕਵਾਲੀਆ ਬਿਆਨ ਆ। ਔਰ ਦੂਜੀ ਗੱਲ ਆ, ਜਿਹਨਾਂ ਨੂੰ ਇਹ ਗੱਲ ਕਹਿੰਦਾ ਤੇ ਉਹ ਕਰਨਾਟਕ ਦੇ ਵਿੱਚ ਦਰਾਵੜ ਨੇ, ਦਰਾਵੜ ਇਸ ਮੁਲਕ ਦੇ ਅਸਲੀ ਵਾਰਸ ਆ, ਇਹਨਾਂ ਨੂੰ ਗੱਲ ਸੋਚਣੀ ਚਾਹੀਦੀ ਆ। ਦੱਖਣ ਵਾਲੇ ਆ ਜਿਹੜੇ, ਉਹ ਇੱਥੋਂ ਦੇ ਮੂਲ ਵਸ਼ਿੰਦੇ ਆ। ਇਹ ਕੌਣ ਆ ਉਹਨਾਂ ਨੂੰ ਕਹਿਣ ਵਾਲੇ? ਉਹ ਇਹ ਤੇ ਸਗੋਂ ਇਹ ਕਹਿਣ ਕਿ ਉਹ ਬੰਦੇ ਧੰਨ ਆ ਜਿਹੜੇ ਸਾਨੂੰ ਬਰਦਾਸ਼ਤ ਕਰੀ ਜਾਂਦੇ ਆ, ਕੁਛ ਫੀਸਦੀਆਂ ਨੂੰ ਆਪਣੇ ਸਿਰ ਤੇ ਧੂਈ ਜਾਂਦੇ ਸਦੀਆਂ ਤੋਂ, ਔਰ ਇਹਨਾਂ ਨੂੰ ਬੈਠਿਆਂ ਨੂੰ ਖਵਾਈ ਜਾਂਦੇ, ਬੈਠਿਆਂ ਨੂੰ ਪੂਜੀ ਜਾਂਦੇ ਆ। ਜੇ ਉਹੋ ਜਿਹੇ ਹੁੰਦੇ ਤੇ ਉਹਨੂੰ ਸਿਰ ਤੋਂ ਲਾਹ ਕੇ ਤੇ ਥੱਲੇ ਬਿਠਾਏ ਹੁੰਦੇ, ਇਹ ਕਹਿਣਾ ਚਾਹੀਦਾ। ਪਰ ਇਹ ਬੰਦੇ ਬਿਲਕੁਲ ਗਲਤ ਕਰਾਏ ਪਏ ਹੋਏ ਆ। ਇਹਨਾਂ ਦੇ ਇੱਕ ਲੀਡਰ ਨੇ ਤੇ ਰਾਜਕਰਨਵੀਰ ਸਿੰਘ ਜੀ ਫੌਜ ਬਾਰੇ ਬਹੁਤ ਗਲਤ ਬੋਲ ਦਿੱਤਾ ਸੀ, ਇਹਨਾਂ ਦਾ MLC ਸੀ ਇੱਕ, ਉਹਨੇ ਕਹਿਤਾ ਸੀਗਾ ਕਿ ਫੌਜੀ ਜਿਹੜਾ BSF ਦਾ ਜਵਾਨ ਆ ਉਹ ਸਾਲ ਬਾਅਦ ਘਰ ਆਉਂਦਾ ਤੇ ਉਹਦੇ ਨੂੰ ਜਵਾਕ ਖੇਡਦਾ ਹੁੰਦਾ। ਦੇਖੋ ਇਹਦੋ ਪਤਾ ਕੋਈ ਬਿਆਨ ਹੋ ਸਕਦਾ? ਇਹ ਤੇ ਬਹੁਤ ਜ਼ਿਆਦਾ ਲੀਓ ਲੱਥੇ ਹੋਏ ਆ, ਪਤਾ ਨੀ ਹੁਣ ਇਹਨਾਂ ਨੇ ਕਿੱਧਰ ਨੂੰ ਲਿਜਾਣਾ। ਪਰ ਇਹ ਜਿਹੜਾ ਆਹ ਬਿਆਨ ਆ, ਇਹ ਬਿਆਨ ਸਮਝੋ ਬਿਆਨ ਨਹੀਂ ਹੈ, ਇਹ ਜਿਹੜੀ ਅੰਦਰਲੀ ਮਾਨਸਿਕਤਾ ਜੋ ਅੰਦਰ ਦੇ ਵਿੱਚ ਵਿਸ ਘੁਲਦੀ ਹੈ ਨਾ, ਉਹ ਉਹਦੀ ਭਾਫ ਆ। ਭਾਫ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅੰਦਰ ਵਿਸ ਕਿਹੋ ਜਿਹੀ ਹੋਏਗੀ। ਜੀ ਜੀ ਬਿਲਕੁਲ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।